ਹਾਂਜੀ, ਮੈਂ ਹਾਦਰ ਜਮਾਨ, ਤੁਸੀਂ ਦੇਖ ਰਹੇ ਹੋ ABCD ਪੰਜਾਬੀ ਅਤੇ ਚੈਪਟਰ ਨੰਬਰ 1726 ਨੰਬਰ ਪੇਜ 17ਵਾਂ ਚੈਪਟਰ ਦਾ ਅਗਲਾ ਐਪੀਸੋਡ ਹੈ। ਕਹਿੰਦੇ ਬੇ ਇਹ ਹੈਗਾ ਜੁਬੋਤਰ ਬਰਤੇਲੇ ਰਤਰ ਸੈਦਾਂਤੀ ਆਲਤਾ ਵਿਜੀਬਿਲਤਾ। ਜੁਬੋਤੋ ਜੈਕਟਾਂ ਜਿਹੜੀਆਂ ਔਰ ਬਰਤੇਲੇ ਉਹ ਬੈਟ ਡਰਾਈਵ ਦੇ ਹੁੰਦੇ ਨੇ, ਜਿਹੜੇ ਰਿਫਲੈਕਟਿਡ ਹੁੰਦੇ ਨੇ ਜ਼ਿਆਦਾ ਵਿਜੀਬਿਲਟਾ ਲਈ। ਕਦ ਤੇ ਯੂਜ਼ ਕਰਦੇ ਹੋ ਤੁਸੀਂ? ਜਿਸ ਟਾਈਮ ਤੁਸੀਂ ਟ੍ਰੈਂਗਲ ਮੂਵੀ ਦੀ ਪੈਰਕੁਲਰ ਲਗਾਉਣਾ ਚਾਹੁੰਦੇ ਨਾ, ਉਸ ਓਪਰੇਸ਼ਨ ਦੇ ਦੌਰਾਨ ਟ੍ਰੈਂਗਲ ਮੂਵੀ ਦੀ ਪੈਰਕੁਲਰ, ਇਨਕੇਸ ਜੇ ਗੱਡੀ ਖਰਾਬ ਹੋ ਗਈ, ਐਕਸੀਡੈਂਟਲੀ ਸਮਾਨ ਡਿੱਗ ਪਿਆ, ਐਕਸੀਡੈਂਟ ਹੋ ਗਿਆ, ਤੁਸੀਂ ਟ੍ਰੈਂਗਲ ਮੂਵੀ ਦੀ ਪੈਰਕੁਲਰ ਲਗਾਉਣਾ, ਗੱਡੀ ਤੋਂ ਨੀਚੇ ਉਤਰਨਾ, ਇਹ ਜੇ ਪਾਏ ਹੋਣ ਨੇ ਦੋਵਾਂ ਚੁੱਕ ਚੀਜ਼ ਦਾ, ਇਹ ਰਿਫਲੈਕਟਡ ਹੁੰਦੀਆਂ ਨੇ ਪਿੱਛੇ, ਜਿਹੜੀ ਗੱਡੀਆਂ ਆਉਣਗੀਆਂ ਤੁਹਾਨੂੰ ਵਧੀਆ ਤਰੀਕੇ ਨਾਲ ਨਜ਼ਰ ਆਓਗੇ ਤੁਸੀਂ ਉਹਨਾਂ ਨੂੰ। ਦੌਰਾਨ ਤੇਲਾ ਓਪਰੇਸ਼ਨ ਪਰਸੀ ਨੇ ਰਸ਼ੀ ਨੇ ਸਿਗਨਲ ਲਗਾਉਣ ਦੇ ਓਪਰੇਸ਼ਨ ਕਰਨ ਦੇ ਦੌਰਾਨ ਕੌਨ ਸਿਨਿਆਲ ਮੋਬੀਲ ਦੀ ਪੈਰੀਗਲੋ, ਸਿਨਿਆਲ ਮੋਬੀਲ ਦੀ ਪੈਰੀਗਲੋ ਜਿਹੜਾ ਅਸੀਂ ਪਿੱਛੇ ਪੜਿਆ, ਸਿਨਿਆਲ ਮੋਬੀਲ ਦੀ ਪੈਰੀਗਲੋ ਟ੍ਰੈਂਗਲ ਹੁੰਦਾ ਜਿਹੜਾ ਮੈਨੂਅਲੀ ਲਗਾਉਣਾ ਹੁੰਦਾ ਗੱਡੀ ਦੇ ਪਿੱਛੇ, ਕਹਿੰਦਾ ਉਹਦੇ ਓਪਰੇਸ਼ਨ ਕਰਨ ਦੇ ਦੌਰਾਨ ਜਾਂ ਉਹ ਲਗਾਉਣ ਦੇ ਦੌਰਾਨ ਇੱਕ ਅੰਦੂਚਿਆਂ ਤੇ ਦੇਵੇ ਡਰਾਈਵਰ ਨੂੰ ਚਾਹੀਦਾ ਰੈਂਦੇਰ ਸੀ ਵਿਜੀਬਿਲੇ, ਰੈਂਦੇਰ ਸੀ ਆਪਣੇ ਆਪ ਨੂੰ ਬਣਾਏ ਵਿਜੀਬਲ, ਆਪਣੇ ਆਪ ਨੂੰ ਬਣਾਏ ਵੇਖਣ ਦੇ ਕਾਬਲ, ਯਾਨੀ ਕਿ ਨਜ਼ਰ ਆਉਣ ਦੇ ਕਾਬਲ, ਰਹਿੰਦੇ ਸੀ ਵਿਜੀਬਲ ਆਪਣੇ ਆਪ ਨੂੰ ਦੇਖਣ ਦੇ ਕਾਬਲ ਬਣਾਏ, ਵਿਜੀਬਲ ਬਣਾਏ ਹਿੰਦੁਸਤਾਨ ਦੋ ਇਲ ਜੁਬੇਤੋ ਉਹ ਬਰਤੇਲੇ ਰਤਰੋ ਸਦੇ ਜਬੋਤੋ ਜਾਂ ਬਰਤੇਲੇ ਬੈਲਟ ਜਿਹੜੇ ਹੁੰਦੇ ਨੇ ਜਾਂ ਜਬੋਤੋ ਜਿਹੜੀ ਜੈਕਾ ਹੁੰਦੀ ਹੈ ਇਹ ਰਿਫਲੈਕਟਡ ਪਾਣੀ ਹੈ, ਤੁਸੀਂ ਰਤਰੋ ਸਦੇ ਅਤੇ ਅਦਾਲਤ ਵਿਜੀਬਲ ਜ਼ਿਆਦਾ ਵਿਜੀਬਿਲਟੀ ਨਹੀਂ ਹੁੰਦੀ ਹੈ ਇਹਦੇ ਵੀ, ਦਿਸ ਕੈਨ ਬੀ ਵੇਅਰ ਹੋਇਆ, ਇਹਦਾ ਕੋਈ ਵੀ ਕਲਰ ਹੋ ਸਕਦਾ ਹੈ, ਕੋਈ ਵੀ ਇਹ ਹੋ ਸਕਦੀ ਹੈ, ਇਹ ਸਿਰਫ ਰਿਫਲੈਕਟਡ ਹੋਣੀ ਚਾਹੀਦੀ ਹੈ, ਠੀਕ ਹੈ, ਜਿਹੜੀ ਤੁਸੀਂ ਬੈਕ ਬੈਰ ਨਿਕਲਦੇ ਹੋ। ਤੁਸੀਂ ਆਮ ਤੌਰ 'ਤੇ ਦੇਖਿਓ ਬੰਦੇ ਰਿਪੇਅਰ ਵਗੈਰਾ ਚੱਲ ਰਹੇ ਹੁੰਦੇ ਨੇ ਰੋਡ ਦੇ ਉੱਤੇ, ਬੰਦੇ ਖੱਟੇ ਜਿਹੇ ਰੰਗ ਦੀਆਂ ਪਾ ਕੇ ਨਿਕਲੇ ਹੁੰਦੇ ਨੇ, ਠੀਕ ਹੈ, ਔਰੇਂਜ ਕਲਰ ਦੀਆਂ ਤਕਰੀਬਨ, ਅਤੇ ਇਹ ਗੱਡੀ ਦੇ ਵਿੱਚ ਇੱਕ ਓਬਲੀਗਟੋਰੀ ਲਾਜ਼ਮੀ ਹੈ ਕਿ ਹੋਣੀ ਚਾਹੀਦੀ ਹੈ, ਇਨ ਕੇਸ ਆਫ ਐਕਸੀਡੈਂਟ ਇੱਕ ਹੋਣੀ ਚਾਹੀਦੀ, ਜਿਹੜਾ ਡਰਾਈਵਰ ਉੱਤਰ ਕੇ ਜਾਏ ਤਾਂ ਟ੍ਰੈਂਗਲ ਮੋਬਾਈਲ 'ਤੇ ਵਰਕ ਲਗਾਏ। ਕਹਿੰਦੇ ਈ ਜੁਬੋਤੋ ਜਾਂ ਬਰਤੇਲੇ ਰਤਰ ਸਤਿਆਂ ਦੇ ਜਿਹੜੇ ਨੇ ਰਿਫਲੈਕਟਡ ਜਿਹੜੇ ਹੁੰਦੇ ਨੇ ਆਲਤ ਵਿਜੀਬਲ ਤੋਂ ਜ਼ਿਆਦਾ ਵਿਜੀਬਿਲਟਾ ਲਈ, ਜ਼ਿਆਦਾ ਕਰਕੇ ਵਧੀਆ ਨੁਮਾਇਆਂ ਕਰਕੇ ਵਿਖਾਉਣ ਲਈ ਤੁਹਾਨੂੰ ਦੇਵੇ, ਇਸ ਤਰ੍ਹਾਂ ਦੇਵੇ ਉਜ਼ਾਰ ਇਹਦਾ ਪ੍ਰਯੋਗ ਕਰੋ, ਇਸਤੇਮਾਲ ਕਰੋ। ਦੌਰਾਨ ਤੇਲਾ ਪ੍ਰਸ਼ੀਓ ਨੇ ਦੀ ਪਰਸੇਨੇ ਰਸ਼ੀਓ ਨੇ ਕੌਨ ਸਿਨਿਆਲ ਹੈ ਮੋਬੀਲ ਦੀ ਪੈਰੀਕਲੋ, ਸਿਨਿਆਲ ਮੋਬੀਲ ਦੀ ਪੈਰੀਕਲੋ ਲਗਾਉਣ ਦੇ ਦੌਰਾਨ ਇਸ ਓਪਰੇਸ਼ਨ ਦੇ ਦੌਰਾਨ ਕਹਿੰਦੇ ਇਹਦਾ ਪ੍ਰਯੋਗ ਕਰੋ, ਇਸਤੇਮਾਲ ਕਰੋ, ਸਿਨਿਆਲ ਮੂਵੀ ਦੀ ਪੈਰੀਕਲੋ ਜਿਹੜਾ ਹੁੰਦਾ, ਠੀਕ ਹੈ, ਜਿਹੜਾ ਮੈਨੂਅਲੀ ਪਿੱਛੇ ਲੱਗੇ ਦੇ ਹੁਣ ਇਸ ਤਰ੍ਹਾਂ ਦੀ ਧਿੱਪੋ ਪ੍ਰਵਾਹ ਤੋਂ, ਇਹ ਪ੍ਰਵਾਹ ਤੋਂ ਯਾਨੀ ਕਿ ਮਨਜ਼ੂਰ ਸ਼ੁਦਾ ਹੋਣੇ ਚਾਹੀਦੇ ਨੇ। ਦੁਰਸ਼ਕਨ ਵੀ ਫੇਰ ਹੋਇਆ ਦੌਰਾਨ ਤੇਲਾ ਪ੍ਰਸ਼ੀਓ ਨੇ ਦੀ ਪਰਸੇਨੇਲਾਸ਼ੀਓ ਨੇ ਸਿਨਿਆਲ ਹੈ ਮੋਬੀਲ ਦੀ ਪੈਰੀਕਲੋ, ਸਿਨਿਆਲ ਮੋਬੀਲ ਦੀ ਪੈਰੀਕਲੋ ਦੇ ਓਪਰੇਸ਼ਨ ਦੇ ਦੌਰਾਨ, ਸਿਨਿਆਲ ਮੋਬੀਲ ਦੀ ਪੈਰੀਕਲੋ ਜਿਸ ਟਾਈਮ ਤੁਸੀਂ ਲਾਉਣ ਜਾਂਦੇ ਹੋ, ਪਹਿਲੀ ਲੈਣ ਤਕਰੀਬਨ ਇੱਕ ਦੋ ਲੈਣਾ ਤਕਰੀਬਨ ਸੇਮ ਹੀ ਹੁੰਦੀਆਂ ਸਭਾਂ ਦੀਆਂ, ਠੀਕ ਹੈ, ਇਸ ਵਿੱਚ ਕੁਐਸਚਨ ਵੱਡਾ ਦੇਖ ਕੇ ਘਾਬਣਾ ਕਦੀ ਵੀ ਨਹੀਂ ਹੈ, ਦੋ ਲੈਣਾ ਤਕਰੀਬਨ ਸੇਮ ਹੀ ਹੋਣਗੀਆਂ। ਕਹਿੰਦੇ ਕੰਦੂਚਿਆਂ ਤੇ ਦੇਵੇ ਇੰਦੂਸਾਰ ਡਰਾਈਵਰ ਨੂੰ ਚਾਹੀਦਾ ਪੈਨ ਯੂਜ਼ ਕਰੇ ਜੁਬੋਤੋ ਜੈਕਟ ਜਿਹੜੀ ਹੈ ਐਦ ਆਲਤ ਵਿਜੀਬਿਲਟਾ ਜ਼ਿਆਦਾ ਵਿਜੀਬਿਲਟਾ ਲਈ, ਅਨ ਕੇਸੇ ਸੀ ਤਰੋਵਾ ਸੁਲਕੋਰਸੀ ਦੀ ਐਮਰਜੈਂਸਾ ਉਹ ਸੁਲਪਿਆਜ਼ੋ ਲੈ ਸੋਸਤਾ, ਭਾਵੇਂ ਇਹ ਬੰਦਾ ਲੱਭਦਾ ਹੈ ਕੋਰਸੀ ਦੀ ਐਮਰਜੈਂਸਾ ਦੇ ਉੱਤੇ, ਕੁਰਸੀ ਐਮਰਜੈਂਸੀ ਜਿਹੜੀ ਕੁਰਸੀ ਹੁੰਦੀ ਹੈ ਉਹ ਪਿਆਜ਼ੋ ਲੈ ਸੋਸਤਾ ਦੇ ਉੱਤੇ ਜਾਂ ਫਿਰ ਪਿਆਜ਼ੋ ਲੈ ਸੋਸਤਾ ਦੇਵੇ ਕਿਤੇ ਵੀ ਹੋਵੇ ਇਹਦਾ ਪ੍ਰਯੋਗ ਕਰੇ, ਇਸਤੇਮਾਲ ਕਰੇ, ਦੁਰਸ ਕਹਿੰਦੇ ਫੇਰ ਹੋਇਆ। ਪਰ ਫਿਤਵਾਰ ਵਾਲਾ ਓਪਰੇਸ਼ਨ ਹੋਏ ਪਰਸੀਨੇਲਾਸੀਓ ਨੇ ਕਰਨ ਲਈ ਜਿਹੜਾ ਓਪਰੇਸ਼ਨ ਹੈ ਸਿਗਨਲਾਸੀਓ ਨੇ ਸਿਗਨਲ ਲਗਾਉਣ ਦਾ ਓਪਰੇਸ਼ਨ ਜਿਹੜਾ ਹੈ, ਕੁਨ ਸਿਨਿਆਲ ਮੋਬੀਲ ਦੀ ਪੈਰੀਗਲੋ, ਸਿਨਿਆਲ ਮੋਬੀਲ ਦੀ ਪੈਰੀਗਲੋ ਦਾ ਓਪਰੇਸ਼ਨ ਕਰਨ ਲਈ ਇਹ ਵਿਅਤਾ ਤੁਲ ਗੰਦੂ ਚਾਹੁੰਦੇ ਮਨਾ ਹੀ ਹੈ ਡਰਾਈਵਰ ਨੂੰ ਸ਼ੈਂਦਰ ਦਲ ਵਿਕੋਲ ਗੱਡੀ ਤੋਂ ਨੀਚੇ ਉਤਰਨਾ, ਇਹ ਚਿਰਕੁਲਾ ਰਹੇ ਸੁਸਤਰਾ ਦਾ ਔਰ ਚੱਲਣਾ ਰੋਡ ਦੇ ਉੱਤੇ ਸੈਨਸਾ ਇੰਦੋ ਸਾਰੇ ਜੁਬੇ ਤੋਂ ਅਦਾਲਤਾ ਵਿਜੀਬਿਲਤਾ। ਕਹਿੰਦੇ ਬਿਨਾਂ ਕਹਿੰਦੇ ਮਨਾ ਹੀ ਹੈ ਗੰਦੂ ਚਾਹੁੰਦੇ ਡਰਾਈਵਰ ਨੂੰ ਸ਼ੈਂਦਰ ਦਲ ਵਿਕੋਲ ਗੱਡੀ ਤੋਂ ਉਤਰਨਾ, ਇਹਦੇ ਤੋਂ ਬਿਨਾਂ ਗੱਡੀ ਤੋਂ ਉਤਰਨਾ ਔਰ ਚਿਰਕੁਲਾ ਰਹੇ ਸੁਸਤਰਾ ਦਾ ਜ਼ਰੂਰ ਦੇ ਉੱਤੇ ਚੱਲਣਾ, ਸੈਨਸਾ ਇੰਦੋ ਸਾਰੇ ਬਿਨਾਂ ਯੂਜ਼ ਕੀਤਿਆਂ ਪਹਿਨਿਆ ਲਗਾਇਆ ਜਬੋਤੋ ਅਦਾਲਤ ਵਿਜੀਬਲ ਜੈਕਟ ਪਹਿਨੇ ਬਗੈਰ ਤੁਸੀਂ ਰੋਡ ਦੇ ਉੱਤੇ ਉਤਰਨਾ ਔਰ ਚੜ੍ਹਨਾ ਮਨਾ ਹੀ ਹੈ। ਫਿਰ ਹੋਇਆ ਇਹ ਸਾਨੂੰ ਪਹਿਲੀ ਪਤਾ ਸੀ। ਦੌਰਾਨ ਤੇਲਾ ਪ੍ਰਸ਼ੀਓ ਨੇ ਪਰਸੇਨੇਲਾਸੀਓ ਨੇ ਓਪਰੇਸ਼ਨ ਦੌਰਾਨ ਜਿਹੜਾ ਸਿਗਨਲ ਲਗਾਉਣਾ ਤੁਸੀਂ ਸਿਨਿਆਲ ਮੋਬੀਲ ਦੀ ਪੈਰੀਗਲੋ, ਕਹਿੰਦੇ ਸਿਨਿਆਲ ਮੋਬੀਲ ਦੀ ਪੈਰੀਗਲੋ ਦੇ ਲਗਾਉਣ ਦੇ ਦੌਰਾਨ ਫੋਕੋਲਤਾ ਤੋਂ ਵੀ ਹੁੰਦਾ ਵੀ ਤੁਹਾਡੀ ਜਿਵੇਂ ਮਰਜ਼ੀ ਹੈ, ਉਹਦਾ ਦਿਲ ਜੁਬੋਤੋ ਬਰਤੇਲੇ ਬੈਲਟ ਜਾਂ ਜੈਕਟ ਜਿਹੜੀ ਹੈ ਉਹਦਾ ਪ੍ਰਯੋਗ ਕਰਨਾ, ਕਹਿੰਦੇ ਫੋਕੋਲਤਾ ਵਾ ਮਰਜ਼ੀ ਹੈ। ਦੇਖੋ ਮਰਜ਼ੀ ਥੋੜ੍ਹੀ ਹੁੰਦੀ ਹੈ, ਇਹ ਤਾਂ ਓਬਲੀਗਟੋਰੀ ਹੁੰਦਾ, ਇਸ ਕਰਕੇ ਇੱਥੇ ਫਾਲਸ ਹੋ ਗਿਆ। ਕਹਿੰਦੇ ਜੁਬੋਤੋ ਬਰਤੇਲੇ ਰਤਰ ਸਤਨ ਅਤੇ ਆਲਤ ਵਿਜੀਬਿਲਤਾ ਜਿਹੜੇ ਰਿਫਲੈਕਟਡ ਹੁੰਦੇ ਨੇ ਜ਼ਿਆਦਾ ਵਿਜੀਬਿਲਟਾ ਲਈ, ਉਹਨਾਂ ਦਾ ਪ੍ਰਯੋਗ ਕਰਨਾ, ਇਸਤੇਮਾਲ ਕਰਨਾ ਫੋਕੋਲਤਾ ਹੈ ਮਰਜ਼ੀ ਹੈ, ਇਹ ਓਬਲੀਗਟੋਰੀ ਹੁੰਦਾ ਹੈ, ਫੋਕੋਲਤਾ ਵਾ ਮਰਜ਼ੀ ਨਹੀਂ ਹੈਗੀ, ਇਹ ਲਾਜ਼ਮੀ ਜ਼ਰੂਰੀ ਹੁੰਦਾ, ਇਸ ਕਰਕੇ ਫਾਲਸ ਹੋ। ਦੌਰਾਨ ਤੇਲਾ ਪ੍ਰਸ਼ੀਓ ਪਰਸੀਨੇਸੀਓ ਨੇ ਕੌਨ ਸਿਨਿਆਲ ਮੂਵੀ ਦੀ ਪੈਰੀਕਲੋ, ਸਿਨਿਆਲ ਮੂਵੀ ਦੀ ਪੈਰੀਕਲੋ ਲਗਾਉਣ ਦੇ ਦੌਰਾਨ ਇੱਕ ਅੰਦੂਚਿਆਂ ਤੇ ਨੋਨ ਦੇਵੇ ਇੰਦੋ ਸਾਰੇ ਡਰਾਈਵਰ ਨੂੰ ਚਾਹੇ ਨਾ ਇਸਤੇਮਾਲ ਕਰੇ ਯੂਜ਼ ਕਰੇ ਜੁਬੋਤੋ ਐਦ ਆਲਤਾ ਵਿਜੀਬਿਲਤਾ, ਜੁਬੋਤੋ ਜਿਹੜੀ ਜ਼ਿਆਦਾ ਵਿਜੀਬਿਲਟੀ ਲਈ ਹੈ, ਸੇ ਸੀ ਤਰੋਵਾ ਸੁਲ ਕੋਰਸੀ ਦੀ ਐਮਰਜੈਂਸਾ।
ਕਹਿੰਦੇ ਜੇ ਬਹੁਤਾ ਦਾ ਪ੍ਰਯੋਗ ਨਾ ਕਰੋ ਜੇ ਤੁਸੀਂ ਕੁਰਸੀ 'ਤੇ ਐਮਰਜੈਂਸ ਆਤਾ ਹੋ ਤਾਂ ਉਸ ਵੇਲੇ ਪਿਆਜ਼ੋਲਾ ਦੀ ਸੁਸਤਾ ਜਾਂ ਫਿਰ ਪਿਆਜ਼ੋਲਾ ਸੁਸਤਾ ਤਾਓ ਭਾਵੇਂ ਤੁਸੀਂ ਕੁਰਸੀ 'ਤੇ ਐਮਰਜੈਂਸ ਆਦਾ ਹੋ ਭਾਵੇਂ ਤੁਸੀਂ ਪਿਆਜ਼ੋਲਾ ਸੁਸਤਾ ਪਿਆਜ਼ੋਲਾ ਸੁਸਤਾ 270 ਨੰਬਰ ਭੇਜਦੇ ਵਾਈ ਹਾਲਤ ਜਗ੍ਹਾ ਲਿਖੋ 270 ਉੱਥੇ ਤੁਹਾਨੂੰ ਮਿਲੇਗਾ ਪਿਆਜ਼ੋਲਾ ਦੀ ਸੁਸਤਾ ਜਿਹੜਾ ਸੈਰ ਤੋਂ ਰੁਕਣ ਵਾਲੀ ਥਾਂ ਹੁੰਦੀ ਕਰ ਜੇ ਤੂੰ ਬਾਹਰ ਹੁੰਦਾ ਉਹ ਭਾਵੇਂ ਤੁਸੀਂ ਪਿਆਜ਼ੋਲਾ ਸੁਸਤਾ ਭਾਵੇਂ ਕਰੇ ਜਾ ਔਰ ਕੁਰਸੀ 'ਤੇ ਐਮਰਜੈਂਸ ਆਓ ਜਿੱਥੇ ਵੀ ਹੋ ਇਹਦਾ ਪੈਣਾ ਯੂ ਲਾਜ਼ਮੀ ਹੈ ਇਸ ਕਰਕੇ ਫਾਲਸ ਹੋਇਆ ਇੱਕ ਹੁੰਦੀ ਚਾਹੁੰਦੇ ਦੇਵੇ ਹੁੰਦੇ ਸਾਰੇ ਜਬੋਤੋ ਅਦਾਲਤ ਵਿਜੀਬਿਲਤਾ ਜਾਂ ਡਰਾਈਵਰ ਨੂੰ ਚਾਹੀਦਾ ਹੈ ਕਿ ਉਹ ਅਲਤ ਵਿਜੀਬਿਲਤਾ ਜ਼ਿਆਦਾ ਵਿਜੀਬਿਲਟੀ ਲਈ ਜਬੋਤੋ ਦਾ ਪ੍ਰਯੋਗ ਕਰੇ ਵਿਜੀਬਿਲਤਾ ਦੇ ਨਾਂ ਉੱਤੇ ਜਿਹਦੀ ਵਿਜੀਬਿਲਟਾ ਹੈਗੀ ਹੈ ਅਲਤ ਵਿਜੀਬਿਲਤਾ ਨਾਂ ਉੱਤੇ ਰਾਤ ਨੂੰ ਜ਼ਿਆਦਾ ਜਿਹੜਾ ਵਿਜੀਬਲ ਨਜ਼ਰ ਆਵੇ ਅਣਗਿਣੇ ਚੰਦਰੇ ਵਿੱਚ ਸ਼ਹਿਰ ਦੇ ਵਿੱਚ ਨਹੀਂ ਇੱਥੇ ਗਲਤ ਹੋ ਗਿਆ ਸ਼ਹਿਰ ਦੇ ਵਿੱਚ ਤਾਂ ਪ੍ਰਯੋਗ ਕਰਨਾ ਨਹੀਂ ਕਿਉਂ ਨਹੀਂ ਕਰਨਾ ਕਿਉਂਕਿ ਸ਼ਹਿਰ ਦੇ ਵਿੱਚ ਰੰਗ ਮੂਵੀ ਦੀ ਬਿਲਕੁਲ ਲਾਣ ਹੀ ਨਹੀਂ ਹੁੰਦਾ ਇਹ ਤਾਂ ਲਾਣਾ ਹੁੰਦਾ ਸ਼ਹਿਰ ਤੋਂ ਬਾਹਰ ਇਸ ਕਰਕੇ ਫਾਲਸ ਹੋ ਇੱਥੇ ਗਲਤ ਹੋ ਗਿਆ ਚੰਦਰੀ ਬਤਾ ਦਿਓ ਕਹਿੰਦੇ ਕੋਲੋਰੋ ਦੇ ਬਾ ਫਿਰ ਮਾਰ ਸੀ ਜੇ ਇੱਥੇ ਤੁਹਾਨੂੰ ਰੁਕਣਾ ਪੈਣਾ ਸੁਪਰ ਜਾ ਤਾਂ ਰੋਡ ਦਿੱਤੇ ਫਿਰ ਕਿ ਉਲਸੂ ਹੈ ਵੀ ਕੋਹਲੀ ਹਾਓ ਨੂੰ ਗੁਆਸ ਦਿਓ ਕਿਉਂਕਿ ਤੁਹਾਡੀ ਗੱਡੀ ਨੂੰ ਇੱਕ ਖਰਾਬੀ ਹੈ ਪ੍ਰੋਬਲਮ ਹੋ ਗਈ ਖਰਾਬ ਹੋ ਗਈ ਬਿਮਾਰ ਹੋ ਗਈ ਗੱਡੀ ਜਿਵੇਂ ਹੈ ਨਾ ਦੇਖੋ ਸ਼ਹਿਰ ਦੇ ਵਿੱਚ ਨਹੀਂ ਲੱਗਦਾ ਕਿਉਂ ਨਹੀਂ ਸ਼ਹਿਰ ਦੇ ਵਿੱਚ ਲੱਗਦਾ ਹੁਣ ਸ਼ਹਿਰ ਦੇ ਵਿੱਚ ਕਿਉਂ ਤਰੰਗਲ ਮੂਵੀ ਦੀ ਬਿਲਕੁਲ ਲੱਗਦਾ ਸ਼ਹਿਰ ਤੋਂ ਬਾਹਰ ਕਿਉਂ ਲੱਗਦਾ ਜਿਵੇਂ ਗੱਲ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੋਵੇਗਾ ਕਿ ਸ਼ਹਿਰ ਦੇ ਵਿੱਚ ਕਿਉਂਕਿ ਗੱਡੀਆਂ ਦੀ ਸਪੀਡ ਬਹੁਤ ਆਸਤਾ ਹੁੰਦੀ ਹੈ ਮੈਕਸੀਮਮ ਕਿੰਨੀ ਨਾਰਮਲੀ 50 ਕਿਲੋਮੀਟਰ ਪਰ ਆਵਰ ਇਸ ਕਰਕੇ ਉੱਥੇ ਜਿੱਥੇ ਵੀ ਤੁਸੀਂ ਜਲਦੀ ਰੋਕਣਾ ਚਾਹੋ ਗੱਡੀ ਤੁਸੀਂ ਸੂਬੀ ਤੋਂ ਰੋਕ ਸਕਦੇ ਹੋ ਲੇਕਿਨ ਸ਼ਹਿਰ ਤੋਂ ਬਾਹਰ ਗੱਡੀਆਂ ਦੀ 30 ਸਪੀਡ ਹੁੰਦੀ ਹੈ ਤੇਜ਼ ਅਤੇ ਜੇ ਉਹਨਾਂ ਨੂੰ ਨੋਟਿਸ ਨਾ ਦਿੱਤਾ ਜਾਏ ਤਾਂ ਗੱਡੀ ਦਾ ਰੁਕਣਾ ਮੁਸ਼ਕਲ ਹੁੰਦਾ ਇਸ ਕਰਕੇ ਟ੍ਰੈਂਗਲ ਮੂਵੀ ਦੀ ਬਿਲਕੁਲ ਲੈਣਾ ਹੁੰਦਾ ਇਸ ਕਰਕੇ ਇਹ ਕਹਿੰਦੇ ਸ਼ਹਿਰ ਦੇ ਵਿੱਚ ਫਾਲਸ ਹੋ ਗਿਆ ਇੱਥੇ ਠੀਕ ਹੈ ਅੱਗੇ ਉਹੀ ਉਹਦੇ ਦੂਜਾ ਪੇਜ ਹੈ ਕਹਿੰਦੇ ਜਬੋਤੋ ਜਾਂ ਜੈਕਟ ਜਿਹੜੀ ਬੈਲਟ ਜਿਹੜੇ ਰਿਫਲੈਕਟਡ ਨੇ ਅਲਤ ਵਿਜੀਬਿਲਤਾ ਜ਼ਿਆਦਾ ਵਿਜੀਬਿਲਟੀ ਨਹੀਂ ਪੋਸਟ ਹੋਣਾ ਸੁਚ ਤਸਵੀਰ ਹੈ ਇਹ ਚੇਂਜ ਹੋ ਸਕਦੇ ਨੇ ਉਨੀ ਕਾਜ਼ੋ ਹਰ ਕੇਸ ਵਿੱਚ ਯਾਰ ਚੇਂਜ ਥੋੜ੍ਹੀ ਹੋ ਸਕਦੇ ਨੇ ਕਹਿੰਦਾ ਤ੍ਰੈਂਗੋਲੋ ਮੋਬੀਲ ਦੀ ਵੈਰੀਗੁਲਰ ਕਹਿੰਦੇ ਚੇਂਜ ਹੋ ਸਕਦੇ ਨੇ ਯਾਨੀ ਕਿ ਇਹਦੇ ਬਦਲੇ ਜਾਂ ਅਦਲ ਬਦਲ ਹੋ ਸਕਦਾ ਹੈ ਤ੍ਰੈਂਗੋਲੋ ਮੂਵੀ ਦੀ ਵੈਰੀਗੁਲਰ ਨਹੀਂ ਨਿਹਾਇਤ ਫਜ਼ੂਲ ਦੀ ਗੱਲ ਕੀਤੀ ਨੇ ਤ੍ਰੈਂਗੋਲੋ ਮੂਵੀ ਦੀ ਵੈਰੀਗੁਲਰ ਲੈਣਾ ਹੁੰਦਾ ਗੱਡੀ ਤੋਂ 50 ਮੀਟਰ ਪਿੱਛੇ 100 ਮੀਟਰ ਦੀ ਵਿਜੀਬਿਲਟੀ 1 ਮੀਟਰ ਬਾਹਰ ਲੱਗਣਾ ਤੂੰ ਕਿੱਥੇ 50 ਮੀਟਰ ਗੱਡੀ ਦੇ ਪਿੱਛੇ 100 ਮੀਟਰ ਤੂੰ ਨਜ਼ਰ ਆਉਣਾ ਚਾਹੀਦਾ 1 ਮੀਟਰ ਬਾਹਰ ਲੱਗਣਾ ਤੂੰ ਅਤੇ ਜਿਹੜੀ ਇਹ ਜਬੋਤੋ ਆਉਂਦੀਆਂ ਨੇ ਇਹ ਤਾਂ ਪਾਣੀ ਤੁਹਾਡੀ ਆਪਣੀ ਵਿਜੀਬਿਲਟੀ ਲਈ ਇਸ ਕਰਕੇ ਫਾਲਸ ਹੋਇਆ ਇਹ ਕਿਸੇ ਦੀ ਜਗ੍ਹਾ ਨਹੀਂ ਲੈ ਸਕਦੀ ਕੋਈ ਚੀਜ਼ ਠੀਕ ਹੈ ਫਾਲਸ ਹੋ ਜਬੋਤੋ ਜੈਕਾ ਜਿਹੜਾ ਹੁੰਦਾ ਉਹ ਬਰਤੇ ਲਈ ਜਿਹੜਾ ਬੈਲਟ ਰਿਫਲੈਕਟ ਜਿਹੜੇ ਹੁੰਦੇ ਅਲ ਤਾਂ ਵਿਜੀਬਿਲਤਾ ਜ਼ਿਆਦਾ ਵਿਜੀਬਿਲਟੀ ਦੀ ਪੋਸਟ ਹੋਣਾ ਇਸ ਰਸੋਲ ਦੀ ਕਲੋਰ ਹੈ ਯਾਲੋ ਕਹਿੰਦੇ ਸਿਰਫ ਪੀਲੇ ਰੰਗ ਦੇ ਹੋ ਸਕਦੇ ਨੇ ਨਹੀਂ ਦੇਖੋ ਔਰੇਂਜ ਕਲਰ ਦੇ ਆਉਣ ਯੈਲੋ ਦੇ ਆਉਣ ਕਿਹੜੇ ਵੀ ਰੰਗ ਹੋਣ ਜਿਹੜੇ ਵੀ ਹੋਣ ਉਹਨੇ ਰਿਫਲੈਕਟਡ ਚਾਹੀਦੇ ਜ਼ਰੂਰੀ ਨੇ ਇੱਕ ਯੈਲੋ ਕਲਰ ਜ਼ਰੂਰੀ ਨਹੀਂ ਇਸ ਕਰਕੇ ਫਾਲਸੋ ਜਬੋਤੋ ਇਹ ਜਬੋਤੋ ਰਿਫਲੈਕਟ ਰਿਫਲੈਕਟਿਡ ਜਿਹੜੀ ਜਬੋਤੋ ਹੈ ਅਲ ਤਾਂ ਵਿਜੀਬਿਲਤਾ ਜ਼ਿਆਦਾ ਵਿਜੀਬਿਲਟੀ ਵਾਲੀ ਜਿਹੜੀ ਪ੍ਰੋਤੇਜੇ ਇਲਕੰਦੂਚਿਆਂ ਦੇ ਪ੍ਰੋਟੈਕਟ ਕਰਦੀ ਹੈਗੀ ਹੈ ਇਹ ਡਰਾਈਵਰ ਨੂੰ ਦਾ ਰਿਸਕੀ ਕੈਮੀਚੀ ਕਹਿੰਦੀ ਕੈਮੀਕਲ ਦੇ ਰਿਸਕ ਤੋਂ ਇਹ ਬਚਾਉਂਦੇ ਨੇ ਇਹ ਨਹਾਇਤ ਫਜ਼ੂਲ ਦੀ ਗੱਲ ਨਹੀਂ ਹੁੰਦੀ ਇਹ ਤਾਂ ਪਤਲੀ ਜਿਹੀ ਜਾਕਾ ਹੁੰਦੀ ਰਿਫਲੈਕਟਿਡ ਹੁੰਦੀ ਹੈ ਸਿਰਫ ਇਹ ਕੈਮੀਕਲ ਦੇ ਰਿਸਕ ਵਿੱਚ ਇਹਨੇ ਬਚਾ ਕਹਿੰਦੇ ਕਲੋਰੇ ਆ ਗਰਮਾਇਸ਼ ਤੋਂ ਫੋਕੋ ਐਦ ਇਲੈਕਟ੍ਰੀਕੋ ਅੱਗ ਤੋਂ ਔਰ ਇਲੈਕਟ੍ਰੀਕੋ ਇਲੈਕਟ੍ਰੀਚਿਤਾ ਯਾਨੀ ਕਿ ਬਿਜਲੀ ਤੋਂ ਬਚਾਏ ਗਏ ਇਹ ਤਾਂ ਦੇਖੋ ਕੋਈ ਟਾਰਜ਼ਨ ਵਾਲਾ ਸੂਟ ਇਹਨਾਂ ਨੇ ਕਹਿ ਦਿੱਤਾ ਕੋਈ ਅਤੇ ਇਹ ਤਾਂ ਨਹਾਇਤ ਹੀ ਫਜ਼ੂਲ ਜੀ ਗੱਲ ਕਰਦੇ ਨੇ ਇਸ ਕਰਕੇ ਇਹ ਵੀ ਫਾਲਸ ਹੋਏ ਕਹਿੰਦਾ ਇਹਨਾਂ ਦੀ ਵੀ ਗੋਲੀ ਗੱਡੀ ਦੇ ਵਿੱਚ ਬਿਜ਼ੋ ਨੇ ਤਾਂ ਨਹਿਰ ਬਿਜੋ ਬਹੁਤ ਅਤੇ ਕਹਿੰਦੇ ਅਦਾਲਤ ਵਿਜੀਬਿਲਤਾ ਕਹਿੰਦੇ ਰੱਖਣੇ ਚਾਹੀਦੇ ਨੇ ਲਾਜ਼ਮੀ ਗੱਡੀ ਦੇ ਵਿੱਚ ਜੈਕਟਾਂ ਜਾਂ ਬੈਲਟ ਜਿਹੜੇ ਨੇ ਰਿਫਲੈਕਟਿਡ ਇਹ ਨੂਮਰੋ ਪਾਰੀ ਕੋਲੇ ਪੋਸਟੀ ਡਿਸਪੋਨੀਬਲ ਹੈ ਨੂਮਰੋ ਪਾਰੀ ਬਰਾਬਰ ਪਾਰੀ ਹੁੰਦਾ ਬਰਾਬਰ ਇਹ ਨੂਮਰੋ ਪਾਰੀ ਬਰਾਬਰ ਨੰਬਰ ਹੋਣੇ ਚਾਹੀਦੇ ਕੁਆਲੀ ਪੋਸਤੀ ਡਿਸਪੋਨੀਬਲ ਹੈ ਜਿੰਨੀ ਪੋਸਤੀ ਗੱਡੀ ਹੈ ਜਿਹਨੀ ਕਿ ਇੱਕ ਕਰ ਲਓ ਕਿ ਬੱਸ ਦੇ ਵਿੱਚ 30-35-40 ਹੋਣੇ ਚਾਹੀਦੇ 30-35 ਹੋਣੇ ਚਾਹੀਦੇ ਜਿੰਨੀਆਂ ਪੋਸਤਾਂ ਨੇ ਕਾਰ ਦੇ ਵਿੱਚ 5 ਹੋਣੇ ਚਾਹੀਦੇ ਆ ਮੋਟਰਸਾਈਕਲ ਜਿੰਨੀਆਂ ਪੋਸਤਾਂ ਹੋਣ ਔਰ ਉਹਦੇ ਹਿਸਾਬ ਨਾਲ ਉਸ ਗੱਡੀ ਦੇ ਅਕੋਰਡਿੰਗ ਉਨੇ ਹੋਣੇ ਚਾਹੀਦੇ ਆ ਬਿਲਕੁਲ ਗਲਤ ਕਹਿਣ 'ਤੇ ਫਾਲਸ ਹੋਇਆ ਕਿਉਂਕਿ ਇੱਕ ਹੋਣਾ ਲਾਜ਼ਮੀ ਕਿਉਂਕਿ ਜੈਕਟ ਚਾਹੀਦੀ ਹੁੰਦੀ ਹੈ ਰਿਫਲੈਕਟਿਡ ਡਰਾਈਵਰ ਲਈ ਵੀ ਤ੍ਰੈਂਗਲ ਮੋਬਾਈਲ ਦੀ ਪੈਰੀਕਲ ਲਗਾਉਣ ਲਈ ਬਾਕੀ ਹੋਰ ਕਿਸੇ ਲਈ ਲਾਜ਼ਮੀ ਨਹੀਂ ਹੈ ਵੀ ਠੀਕ ਹੈ ਇੱਕ ਹੋਣਾ ਲਾਜ਼ਮੀ ਹੈ ਇੱਕ ਤੋਂ ਬਾਅਦ ਹੋਣਾ ਲਾਜ਼ਮੀ ਨਹੀਂ ਹੈ ਸਿਰ ਕੇ ਫਾਲਸੋ ਓਬਲੀਗੋ ਦੀ ਇੰਦਸਾਰੇ ਇਹ ਜੋ ਬਹੁਤੋ ਅਦਾਲਤ ਵਿਜੀਬਿਲਤਾ ਓਬਲੀਗੋ ਹੈਗਾ ਇੰਦਸਾਰੇ ਪ੍ਰਯੋਗ ਕਰਨਾ ਇਸਤੇਮਾਲ ਕਰਨਾ ਜਬੋਤੋ ਦਾ ਜਿਹੜੀ ਜ਼ਿਆਦਾ ਵਿਜੀਬਿਲਟੀ ਲਈ ਹੈ ਸੀ ਹਾ ਕੁਆਂਦੋ ਇਹ ਕੁਆਂਦੋ ਸੀ ਸੋਸਤਾ ਫੋਰੀ ਦੇ ਚੰਦਰੀ ਵਿਦਾਤੀ ਭਾਵੇਂ ਤੁਸੀਂ ਸੋਸਤਾ ਸ਼ਹਿਰ ਤੋਂ ਬਾਹਰ ਵੀ ਕਰਦੇ ਹੋ ਮਹਿੰਤਰੇ ਬਰਤੇਲੇ ਜਦਕਿ ਜਿਹੜੇ ਬਰਤੇਲੇ ਨੇ ਜਦਕਿ ਬਰਤੇਲੇ ਜਿਹੜੇ ਨੇ ਰਿਫਲੈਕਟਡ ਨੇ ਵਨ ਇੰਦਸਾਹ ਅਤੇ ਨਲਾ ਏਰੀਆ ਉਰਬਾਨ ਹੈ ਇਹ ਸ਼ਹਿਰ ਦੇ ਏਰੀਆ ਵਿੱਚ ਰਹਿਣੇ ਚਾਹੀਦੇ ਨੇ ਕਹਿੰਦੇ ਬਰਤੇਲੇ ਜਿਹੜੇ ਨੇ ਉਹ ਸ਼ਹਿਰ ਵਿੱਚ ਔਰ ਜਾਕੇ ਜਿਹੜੇ ਨੇ ਇਹ ਸ਼ਹਿਰ ਤੋਂ ਬਾਹਰ
ਨਿਹਾਇਤ ਹੀ ਗਲਤ ਕਹਿੰਦੇ, ਨਿਹਾਇਤ ਹੀ ਫਜ਼ੂਲ ਗੱਲ ਕੀਤੀ ਨੇ, ਇਸ ਕਰਕੇ ਵੀ ਫਾਲਸੋ। ਠੀਕ ਹੈ, ਇਹ ਜਿਹੜੇ ਨੇ ਸ਼ਹਿਰ ਦੇ ਵਿੱਚ ਇਹਨਾਂ 'ਚੋਂ ਕੋਈ ਚੀਜ਼ ਨਹੀਂ ਚਾਹੀਦੀ ਹੈ। ਸ਼ਹਿਰ ਦੇ ਵਿੱਚ ਵੈਸੇ ਗੱਡੀਆਂ ਦੀ ਗਤੀ ਸਪੀਡ ਹੀ ਥੋੜ੍ਹੀ ਹੁੰਦੀ ਹੈ, ਜਿਲ ਚਾਹੋ ਰੋਕ ਸਕਦੇ ਹੋ, ਇਸ ਕਰਕੇ ਫਾਲਸੋ ਹੈ। ਸ਼ਹਿਰ ਦੇ ਵਿੱਚ ਇਹਨਾਂ ਨੂੰ ਯੂਜ਼ ਪ੍ਰਯੋਗ ਹੀ ਨਹੀਂ ਕਰਨਾ ਹੁੰਦਾ। ਜਬੋਤੋ, ਇਹ ਜਬੋਤੋ ਰੈਤਰੋਫੈਦੈਂਤੇ ਲਿਫਰੈਕਟਰੀ, ਜਿਹੜੀ ਜਬੋਤੋ ਹੈ ਆਲਤਾ ਵਿਜੀਬਲ ਦਾ ਜ਼ਿਆਦਾ ਵਿਜੀਬਿਲਟਾ ਲਈ ਸਰਵਾਨੋਂ ਪਰ ਕੇ ਦਰੇ ਯੂਤੋ ਲਈ ਆਟੋਮੋਬਿਲੀ ਜੀਤੋ, ਕਹਿੰਦੇ ਸਰਵਾਨੋਂ ਚਾਹੀਦੇ ਹੁੰਦੇ ਨੇ ਕੇ ਦਰੇ ਪੁੱਛਣ ਲਈ ਅਯੂਤੋ ਮਦਦ ਆਟੋਮੋਬਿਲੀਸ ਦੀ ਇਨ ਟ੍ਰਾਂਜ਼ੀਟੋ, ਜਿਹੜੇ ਆਟੋਮੋਬਿਲੀਸ ਦੀ ਟ੍ਰਾਂਜ਼ਿਟ ਕਰ ਰਹੇ ਨੇ ਨਾ, ਚੱਲਦੇ ਨੇ ਪੇ, ਕਹਿੰਦੇ ਉਹਨਾਂ ਦੇ ਕਹਿੰਦੇ ਉਹਨਾਂ ਲਈ ਚਾਹੀਦੀ ਹੁੰਦੀ ਹੈ, ਜੇ ਰਿਫਲੈਕਟਰ ਜੈਕਟ ਹੈ ਨਾ ਜ਼ਿਆਦਾ ਵਿਜੀਬਿਲਟਾ ਲਈ ਚਾਹੀਦੀ ਹੁੰਦੀ ਹੈ, ਕਿਹ ਦਰ ਯੂ ਤੋਂ ਮਦਦ ਲੈਣ ਲਈ ਡਰਾਈਵਰਾਂ ਤੋਂ, ਜੇ ਟ੍ਰਾਂਜ਼ਿਟ ਕਰ ਰਹੇ ਨੇ ਜਿਹੜੇ ਦੂਜੀ ਗੱਡੀਆਂ ਡਰਾਈਵਰ ਨੇ ਨਾ ਉਹਨਾਂ ਤੋਂ ਮਦਦ ਲੈਣ ਲਈ। ਨਿਹਾਇਤ ਗੱਲ ਕੀਤੀ ਨੇ, ਨਿਹਾਇਤ ਹੀ ਫਾਲਸੋ ਤਰੀਨ ਗੱਲ ਕੀਤੀ ਨੇ, ਇਸ ਕਰਕੇ ਇਹ ਇਹਨੂੰ ਅਸੀਂ ਫਜ਼ੂਲ ਤਰੀਨ ਅਤੇ ਫਾਲਸੋ ਤਰੀਨ ਗੱਲ ਮੰਨਾਂਗੇ। ਫਾਲਸੋ ਇਹ ਜਬੋਤੋ ਰੈਤਰੋਫੈਦੈਂਤ ਰਿਫਲੈਕਟਿਵ ਜੈਕਟ ਹੈਗੀ ਹੈ ਆਲਤਾ ਵਿਜੀਬਿਲਤਾ ਜ਼ਿਆਦਾ ਵਿਜੀਬਿਲਟਾ ਲਈ ਉਤਲੇ ਉਤਲੇ ਹੁੰਦੀ ਫਾਇਦਾਮੰਦ ਹੈ। ਫਾਇਦਾਮੰਦ ਹੈ ਸੋਲੋ ਕੁਆਂਦੋ ਸੀ ਦੇਵੇ ਸੁਸਤਿਤਵੀਰ ਰੋਤਾ ਫੋਰਾਤਾ, ਕਹਿੰਦੇ ਉਤਲੇ ਫਾਇਦਾਮੰਦ ਹੈ ਸੋਲੋ, ਸਿਰਫ ਇੱਥੋਂ ਗਲਤ ਹੋ ਗਿਆ ਸਵਾਲ, ਕਹਿੰਦੇ ਸਿਰਫ ਗਲਤ ਤਾਂ ਫਾਇਦਾਮੰਦ ਹੈ ਕੁਆਂਦੋ ਜਦ ਕਿ ਜਦ ਸੀ ਦੇਵੀ ਸੁਸਤਿਤਵੀਰ ਰੋਤਾ ਫੋਰਾਤਾ, ਜਦ ਇੱਕ ਪੈਂਚਰ ਹੋਇਆ ਟਾਇਰ ਚੇਂਜ ਕਰੋ ਤਦ, ਨਹੀਂ ਯਾਰ ਸਮਾਨ ਡਿੱਗ ਗਿਆ ਤਦ ਵੀ, ਜੇ ਤੁਸੀਂ ਗੱਡੀ ਖਰਾਬ ਹੋ ਗਈ ਤਦ ਵੀ, ਕਿਸੇ ਵੀ ਸੂਰਤ ਵਿੱਚ ਤੁਸੀਂ ਬਾਹਰ ਨਿਕਲਦੇ ਨਾ ਹਮੇਸ਼ਾ, ਔਰ ਉਹ ਫਾਇਦਾਮੰਦ ਹੈ, ਇਸ ਕਰਕੇ ਗਲਤ ਕਹਿੰਦੇ ਪਏ ਫਾਲਸੋ। ਅੱਗੇ ਆ ਜਾਓ 17 ਨੰਬਰ ਚੈਪਟਰ 728 ਨੰਬਰ ਨੰਬਰ ਪੇਜ, ਠੀਕ ਹੈ ਜੀ। ਕਹਿੰਦੇ ਨੂਮਰੋ ਦੀ ਪਰਸੋਨ ਹੈ ਟਰਾਂਸਪੋਰਟਾ ਬੀਲੇ, ਜਿੰਨੇ ਬੰਦੇ ਤੁਸੀਂ ਟਰਾਂਸਪੋਰਟ ਕਰ ਸਕਦੇ ਹੋ, ਸੋ ਬਿਕੋਲ ਹੀ ਇੰਡੀਕਾ ਤੋਂ ਸੁਲ ਕਰਤੇ ਚਿਕਰਸ਼ਨ ਹੈ, ਜਿਹੜੀ ਗੱਡੀ ਨੂੰ ਇੰਡੀਕਾ ਕਰਦੇ ਕਰਤਾ ਦੀ ਚਿਰਕਲਸ਼ੀ ਹੋਣੇ ਦੇ ਦਰੁਸਤ ਵੇਅਰ ਹੋਇਆ, ਜਿੰਨੇ ਬੰਦੇ ਤੁਸੀਂ ਟਰਾਂਸਪੋਰਟ ਕਰ ਸਕਦੇ ਹੋ ਉਹਦੇ ਬਾਰੇ ਦੱਸ ਰਹੇ, ਠੀਕ ਹੈ ਵੇਅਰ ਹੋਇਆ। ਪਹਿਲਾ ਕੁਸ਼ਚਨ ਹੀ ਇਹੀ ਸੀ, ਯਾਨੀ ਕਿ ਗੱਡੀ ਦੇ ਕਰਤੇ ਚਿਕਾਉਣੀ, ਗੱਡੀ ਜਿਹੜੀ ਲਿਬਰੇ ਤੋਂ ਆ, ਗੱਡੀ ਜਿਹੜੀ ਡਾਕੂਮੈਂਟ ਹੈ, ਗੱਡੀ ਦੀ ਜਿਹੜੀ ਕਾਪੀ ਹੁੰਦੀ ਹੈ ਉਹਦੇ ਲਿਖਿਆ ਹੁੰਦਾ। ਕਹਿੰਦੇ ਇੰਡੀਕਾ ਦੇ ਪੋਸਟੀ ਦੀ ਉਹਨਾਂ ਵਿਕੋਲ ਹੋ, ਇੰਡੀਕਾ ਕਰਦੇ ਕਿੰਨੇ ਪੋਸਟੀ ਗੱਡੀ ਹੈ, ਇੰਡੀਕਾ ਸੁਕਾਰਤਾ ਚਿਕਾਉਣੀ, ਇੰਨੇ ਇੰਡੀਕੇਟ ਕਰ ਲੱਗੇ ਹੁੰਦੇ ਨੇ ਕਰਤੇ ਦੀ ਚਿਰਕਲਸ਼ੀ ਹੋਣੇ ਦੁਰੁਸਤ ਕਰਨ ਵੇਅਰ ਹੋਇਆ ਵੀ ਜੀ। ਚਾਰਵਾਂ ਕੁਸ਼ਚਨ ਹੈ, ਇਹ ਨੂਮਰੋ ਮਾਸੀਮੋ ਦੀ ਪੋਸਟੀ ਦਲਤ ਵਧੂਰੇ ਪਰ ਪਾਰੀਆ ਨੋਵੇ, ਕਹਿੰਦੇ ਮੈਕਸੀਮਮ ਪੋਸਟੀ ਹੁੰਦੀਆਂ ਨੋਵੇ ਪੋਸਤੀ ਹੁੰਦੀਆਂ ਗੱਡੀਆਂ, ਕੰਪਰੈਸ ਕੁਆਲਿਕ ਹੁੰਦੀ ਚਾਹੀਦੇ ਸ਼ਾਮਿਲ ਹੈ ਦੇ ਡਰਾਈਵਰ ਵੀ, ਦਰੁਸਤ ਕਰਨ ਵੇਅਰ ਹੋਇਆ, ਡਰਾਈਵਰ ਸਮੇਤ ਕਿੰਨੇ ਪੋਸਤੀ ਗੱਡੀ ਚਲਾ ਸਕਦੇ ਤੁਸੀਂ, ਮੈਕਸੀਮਮ ਨੋਵੇ ਪੋਸਤੀ ਅਤੇ ਵਧੂਰੇ ਵਿੱਚ। ਕਹਿੰਦੇ ਇਹ ਨੂਮਰੋ ਦੀ ਪਰਸੋਨ ਹੈ ਟਰਾਂਸਪੋਰਟਾ ਵੀ ਲਏ, ਜਿਹੜੇ ਬੰਦੇ ਤੁਸੀਂ ਟਰਾਂਸਪੋਰਟ ਕਰ ਸਕਦੇ ਹੋ, ਸੋ ਅਤੇ ਵਧੂਰੇ ਦੇ ਪੋ ਇਸ ਰੇ ਹੋ ਸਕਦਾ ਹੈ ਅਲਮਾਸੀਮੋ ਦੀ ਨੋਵੇ ਪਰਸੋਨ, ਨੋਵੇ ਕੰਪਰੈਸਰ ਕੰਦੂ ਚਾਹੀਦੇ ਡਰਾਈਵਰ ਸਮੇਤ ਨੌ ਬੰਦੇ, ਦਰੁਸਤ ਕਰਨ ਵੇਅਰ ਹੋਇਆ ਵੀ। ਕਿ ਨੂਮਰੋ ਦੀ ਪਰਸੋਨ ਹੈ ਟਰਾਂਸਪੋਰਟਾ ਵੀ ਲਏ, ਸੋ ਮੋਟਰਸਾਈਕਲ, ਜਿਹੜੇ ਬੰਦੇ ਤੁਸੀਂ ਟਰਾਂਸਪੋਰਟ ਕਰ ਸਕਦੇ ਹੋ ਮੋਟਰਸਾਈਕਲ ਦੇ ਉੱਤੇ, ਸੈਂਪਰੇ ਦੂਏ ਅਲਤਰੇ ਕੰਦੂ ਜਾਂਦੇ, ਕਹਿੰਦੇ ਹਮੇਸ਼ਾ ਦੋ ਹੁੰਦੇ ਇਹਦੇ ਤੋਂ ਇਲਾਵਾ ਡਰਾਈਵਰ, ਯਾਨੀ ਕਿ ਟੋਟਲ ਤਿੰਨ, ਮੋਟਰਸਾਈਕਲ ਤਾਂ ਸੈਂਪਰੇ ਦੋ ਬੰਦੇ ਪਲੱਸ ਡਰਾਈਵਰ ਹੈ, ਨਹੀਂ ਬਰਾਬਰ ਸ਼ਾਬਾਸ਼, ਸੈਂਪਰੇ ਦੋ ਨਹੀਂ ਹੈ ਅਤੇ ਦੇਖੋ ਸੈਂਪਰੇ ਤਿੰਨ ਵੀ ਨਹੀਂ ਹੈ, ਇਹ ਤਿੰਨ ਕਹਿ ਰਹੇ ਜਨਰਲੀ ਅਲਤਰੇ ਕੰਦੂ ਜਾਂਦੇ ਇਲਾਵਾ ਡਰਾਈਵਰ, ਠੀਕ ਹੈ। ਦੇਖੋ ਮੋਟਰਸਾਈਕਲ ਇੱਕ ਸੀਟਰ ਵੀ ਹੁੰਦੇ ਨੇ ਜਿਹੜਾ ਸਿਰਫ ਡਰਾਈਵਰ ਹੀ ਬੈਕ ਚਲਾਈ ਜਾਵੇ, ਠੀਕ ਹੈ, ਡਿਪੈਂਡ ਕਰਦਾ ਕਰਤੇ ਚਿਕਸ਼ਨ ਕੀ ਲਿਖਿਆ, ਇਹ ਕਹਿੰਦੇ ਹਮੇਸ਼ਾ ਤੁਸੀਂ ਦੋ ਬੰਦੇ ਪਲੱਸ ਡਰਾਈਵਰ ਲੈ ਕੇ ਜਾ ਸਕਦੇ, ਫਾਲਸ ਹੋਇਆ, ਠੀਕ ਹੈ। ਸੈਂਪਰੇ ਦੋ ਵੀ ਨਹੀਂ ਹੋ ਸਕਦੇ ਕਿਉਂਕਿ ਬੰਦਾ ਮੁਮਕਿਨ ਹੈ ਇਕੱਲਾ ਇੱਕੋ ਹੀ ਅਲਾਓ ਹੋਇਆ ਤੁਹਾਨੂੰ, ਔਰ ਬੱਚਾ 5 ਸਾਲ ਤੋਂ ਵੱਧ ਮੋਟਰਸਾਈਕਲ ਦੇ ਉੱਤੇ। ਕਹਿੰਦੇ ਨੂਮਰੋ ਪਰਸੋਨ ਟਰਾਂਸਪੋਰਟਾ ਵੀ ਲਏ, ਜਿੰਨੇ ਬੰਦੇ ਤੁਸੀਂ ਟਰਾਂਸਪੋਰਟ ਕਰ ਸਕਦੇ ਹੋ ਮੋਟਰਸਾਈਕਲ ਦੇ ਉੱਤੇ, ਸੋਰੀ ਅੱਤ ਵਧੂਰੇ ਕਾਰ ਦੇ ਉੱਤੇ, ਅਲ ਮਾਸੀਮੋ ਦੀ ਕੁਆਤਰੋ, ਫਾਲਸ ਹੋ ਗਿਆ, ਕੁਆਤਰੋ ਨਹੀਂ ਹੈ, ਮੈਕਸੀਮਮ ਨੌ ਡਰਾਈਵਰ ਸਮੇਤ, 8 ਡਰਾਈਵਰ ਤੋਂ ਬਿਨਾਂ ਡਰਾਈਵਰ ਸਮੇਤ 9, ਸ਼ਾਬਾਸ਼ ਵੇਅਰ ਹੋਇਆ, ਇਹ ਫਾਲਸ ਹੋਇਆ ਜੀ। ਕਹਿੰਦੇ ਨੂਮਰੋ ਦੀ ਪਰਸੋਨ ਟਰਾਂਸਪੋਰਟਾ ਵੀ ਲਏ, ਜਿਹੜੇ ਬੰਦੇ ਤੁਸੀਂ ਟਰਾਂਸਪੋਰਟ ਕਰ ਸਕਦੇ ਹੋ, ਆਤੋਕਾਰੀ ਟਰੱਕ ਦੇ ਉੱਤੇ, ਸੈਂਪਰੇ ਚੀਂਕੂਏ, ਕਹਿੰਦੇ ਹਮੇਸ਼ਾ 5 ਹੁੰਦੇ ਨੇ ਕੰਪਰੈਸਿਵ ਕੰਦੂ ਚਾਹੁੰਦੇ ਸ਼ਾਮਿਲ, ਜਿਹੜੇ ਡਰਾਈਵਰ ਵੀ ਆਤੋਕਾਰੀ 5 ਹੁੰਦੇ ਨੇ, ਕਿੰਨੇ ਹੁੰਦੇ ਨੇ, 7 ਨੂੰ 3 ਆਉਂਦੇ ਨੇ, ਸ਼ਾਬਾਸ਼ 3 ਆਉਂਦੇ ਨੇ, ਠੀਕ ਹੈ, ਨਾ 5 ਨਾ 7 ਨਾ 9, ਠੀਕ ਹੈ। ਆਤੋਕਾਰੀ ਟਰੱਕ ਹੁੰਦੀ ਹੈ ਨਾ, ਅੱਗੇ 3 ਸੀਟਾਂ ਹੁੰਦੀਆਂ, ਬਸ ਡਰਾਈਵਰ ਪਲੱਸ 2 ਬੰਦੇ। ਇਹ ਨੂਮਰੋ ਮਾਸੀਮੋ ਦੀ ਪਰਸੋਨ ਹੈ ਟਰਾਂਸਪੋਰਟਾ ਵੀ, ਜਿੰਨੇ ਬੰਦੇ ਤੁਸੀਂ ਮੈਕਸੀਮਮ ਟਰਾਂਸਪੋਰਟ ਕਰ ਸਕਦੇ ਹੋ, ਡਰਪੋਰਤੋ ਤੋਂ
ਸੋ ਕੱਤ 'ਚ ਕੁਸ਼ਚਨ, ਕਹਿੰਦੇ ਕੱਤ 'ਚ ਕੁਸ਼ਚਨ ਲਿਖਿਆ ਹੋਵੇਗਾ ਨੋਨ, ਕਹਿੰਦੇ ਨੋਨ ਕੋਂਪਰੈਂਦ ਕੁੰਦ ਜਾਂਦੇ, ਕਹਿੰਦੇ ਜਿਹੜੇ ਕੱਤ 'ਚ ਕੁਸ਼ਚਨ ਹੋਇਆ ਨੀ ਕੋਂਪਰੈਂਦ, ਨੀ ਸ਼ਾਮਿਲ ਹੈ ਡਰਾਈਵਰ, ਗਲਤ ਕਹਿੰਦੇ ਫਾਲਸ ਹੋਇਆ, ਡਰਾਈਵਰ ਦੇ ਸਮੇਤ ਹੁੰਦੇ ਲਿਖਿਓ, ਠੀਕ ਹੈ, ਇਸ ਕਰਕੇ ਨਿਹਾਇਤ ਇਸ ਨੂੰ ਫਜ਼ੂਲ ਗੱਲ ਮੰਨਾਂ ਗਏ ਅਸੀਂ। ਟਰਾਂਸਪੋਰਟ ਦੇ ਪਰਸੋਂ ਨੇ ਨਹੀਂ, ਉਹ ਸਾਡੇ ਮੁਲਕਾਂ ਚੱਲਣੇ ਨੇ, ਇੱਥੇ ਥੋੜ੍ਹੀ ਚੱਲਣ ਦੇਣਾ ਉਹਨਾਂ ਨੇ, ਇੱਥੇ ਤਾਂ ਦੇਖਿਆ ਤੁਸੀਂ, ਇੱਥੇ ਤੁਸੀਂ ਕਾਰ ਲੈਣੀ ਹੈ ਜੀ, ਅਸੀਂ ਕੱਲ੍ਹ ਹੀ ਗੱਲ ਕਰ ਰਹੇ ਸੀ, ਇੱਥੇ ਕਾਰ ਲੈਣੀ, ਕਾਰ ਲੈ ਕੇ ਚਲਾਉਣੀ ਸੌਖੀ ਹੈ, ਮੋਟਰਸਾਈਕਲ ਜੇ ਕੋਈ ਲੈਂਦਾ ਨਾ ਤਾਂ ਸ਼ੌਕੀਆ ਤੌਰ 'ਤੇ ਕੋਈ ਲੈਂਦਾ, ਸ਼ੌਕੀਆ ਤੌਰ 'ਤੇ ਕੋਈ ਪੈਸੇ ਖਰਚਦਾ, ਸ਼ੌਕੀਆ ਤੌਰ 'ਤੇ ਕੋਈ ਰਿਸਕ ਲੈਂਦਾ, ਕਿ ਇੱਥੇ ਮੋਟਰਸਾਈਕਲ ਆਮ ਤੌਰ 'ਤੇ ਅਵੇਲੇਬਲ ਹੁੰਦੇ ਨਹੀਂ ਹੈ ਵੀ, ਆਮ ਤੌਰ 'ਤੇ ਬੰਦੇ ਗੱਡੀਆਂ ਸਸਤੀਆਂ ਲੱਭ ਜਾਂਦੀਆਂ, ਗੱਡੀਆਂ ਨੇ ਯੂਜ਼ ਕਰਦੇ ਨੇ, ਮੋਟਰਸਾਈਕਲ ਲਓ ਉਹਦੇ ਫਿਰ ਤੁਸੀਂ ਜੋ ਬੋਤੋਂ ਲਵੋ, ਉਹਦੇ ਸਪੈਸ਼ਲ ਕੱਪੜੇ ਲਵੋ, ਹੈਲਮਟ ਲਵੋ, ਉਹਦੇ ਖਰਚੇ ਵੱਖਰੇ ਨੇ, ਔਰ ਉਹਦੇ ਲਈ ਪਾਬੰਦੀਆਂ ਵੀ ਵੱਖਰੀਆਂ ਨੇ, ਜੈਕਟ ਪਾਈ ਹੋਣੀ ਚਾਹੀਦੀ ਹੈ, ਹੈਲਮਟ, ਦਸਤਾਨੇ, ਅਤੇ ਭਾਅ ਜੀ ਕੀ ਠੀਕ ਹੈ, ਉਹ ਸਪੈਸ਼ਲ ਬੂਟ, ਸਾਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ, ਅਸੀਂ ਤਾਂ ਚੱਪਲੀਆਂ ਵੀ ਚਲਾਈ ਜਾਂਦੇ ਹਾਂ ਮੋਟਰਸਾਈਕਲ, ਇਹ ਤਾਂ ਇੱਥੇ ਤਿੰਨ ਤਿੰਨ ਚਾਰ ਚਾਰ ਹਜ਼ਾਰ ਯੂਰੋ ਦੇ ਮੋਟਰਸਾਈਕਲ ਹੁੰਦੇ ਨੇ, ਅਤੇ ਫਿਰ ਪਲੱਸ ਹੁੰਦੀ ਇੰਸ਼ੋਰੈਂਸ ਕਰਾ ਕੇ, ਇਹ ਚੀਜ਼ਾਂ ਜਿਹੜੀ ਇੰਸਟਰੂਮੈਂਟ ਜਿਹੜੇ ਉਹਦੇ ਚਲਾਉਣ ਲਈ ਚਾਹੀਦੇ ਨੇ, ਬੰਦੇ ਦਾ ਵੈਸੇ ਹੀ ਦਿਲ ਚੜ ਗਿਆ ਹੁੰਦਾ ਸਟੂਡੈਂਟ ਦਾ, ਬਿਲਕੁਲ 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 ਇਸੇ ਤਰ੍ਹਾਂ ਹੀ ਹੈ, ਬਿਲਕੁਲ, ਕਹਿੰਦੇ ਨੇ ਇੱਥੇ ਕੋਈ ਸ਼ੌਂਕ ਨਾਲ ਚਲਾਉਂਦਾ, ਕਹਿੰਦੇ ਤੁਤੀ ਪੈਸੰਜਰ ਹੀ ਕੋਲ ਹੀ ਚੜੇ, ਸਾਰੇ ਪੈਸੰਜਰ ਨੇ ਗੱਡੀ ਦੇ ਮੋਟਰ ਮੋਟਰ ਵੱਜਦੇ, ਦੇਵੋਨੋ ਪ੍ਰਹਿੰਦੇ ਰਹੇ ਪੋਸਤੋ ਇਨ ਮੋਦੋ, ਉਹ ਸਾਰੇ ਪੋਸਤੋ ਆਪਣੀ ਆਪਣੀ ਜਗ੍ਹਾ ਲਾਉਣ, ਇਸ ਤਰ੍ਹਾਂ ਨੋਨ ਲਿਮਿਤਾਰੇ ਲਿਬੇਰਤਾ ਦਿਲ ਕੰਦੂ ਚੈਨ, ਅਤੇ ਕਹਿੰਦੇ ਡਰਾਈਵਰ ਦਾ ਖੁੱਲ੍ਹਾ ਡੁੱਲਾ ਆਜ਼ਾਦ ਹੋ ਕੇ ਕੰਮ ਕਰਨਾ, ਉਹਨੂੰ ਉਹਦੇ ਲਿਮਿਟਿਡ ਨਾ ਕਰਨਾ, ਰੁਕਾਵਟ ਨਾ ਬਣਨ, ਦਾ ਨੋਨ ਇੰਪੇਦੀਰ ਵਿਜੀਬਿਲਤਾ, ਔਰ ਉਹਦੀ ਵਿਜੀਬਿਲਤਾ ਵੀ ਨਾ ਰੋਕਣਾ ਵੀ, ਠੀਕ ਹੈ, ਦੁਰੂਸ ਕਹਿੰਦੇ ਬਵੇਅਰ ਹੋਇਆ ਵੀ ਇਨ ਉਮਰ ਵਾਸੀ ਮੁਦੀ ਪੋਸਤੀ, ਸੋਲ ਅੱਤ ਵਧੂਰੇ, ਜਿਹੜੇ ਮੈਕਸੀਮਮ ਪੋਸਤੀ ਹੁੰਦੀਆਂ ਨੇ ਅੱਤ ਵਧੂਰੇ ਵਿੱਚ, ਇੰਦਿਕਾਤ ਸੁਲ ਕਰਤ ਚਕਰਸ਼ੀ ਨੇ, ਕਹਿੰਦੇ ਇੰਡੀਕੇਟ ਕਰਦੇ ਕਾਰਤ ਦੀ ਚਕਰਸ਼ੀ ਦੇ ਉੱਤੇ, ਦੁਰੂਸ ਕਹਿੰਦੇ ਬਵੇਅਰ ਹੋਇਆ ਵੀ, ਕਹਿੰਦੇ ਤੁਸੀਂ ਵਿਕੋਲੀ ਕੌਂਸਲ ਦੀ ਤੁਸੀਂ ਗੱਡੀ ਦੀ ਇਜਾਜ਼ਤ ਹੈ, ਟਰਾਂਸਪੋਰਟ ਤੋਂ ਦੀ ਉਹਨਾਂ ਅਨਿਮਾਲ ਹੈ ਡੋਮੈਸਟਿਕ, ਉਹ ਕਹਿੰਦੇ ਡੋਮੈਸਟਿਕ ਜਾਨਵਰ ਲੈ ਜਾਣ ਦੀ ਇਜਾਜ਼ਤ ਹੈ, ਕਮੂੰ ਕੁਏ ਇਨ ਕੰਡੀਸ਼ਨ ਦੀ ਦਾ ਨੋਨ ਕੋਸਤੀਤੀਰ ਪੈਰੀ ਇੰਪੇਦੀ ਇੰਪੇਦੀ ਮੈਨ ਤੋਂ ਉਹ ਪੈਰੀਕੁਲੋ ਪੈਰ ਲਗਵੀ ਦਾ, ਯਕੀਨਨ ਤੁਸੀਂ ਲੈ ਕੇ ਜਾ ਸਕਦੇ ਹੋ ਜੇ ਉਹ ਖਤਰਾ ਰੁਕਾਵਟ ਨਹੀਂ ਬਣਦਾ ਡਰਾਈਵ ਕਰਨ ਲਈ, ਦੁਰੂਸ ਕਹਿੰਦੇ ਬਵੇਅਰ ਹੋਇਆ ਵੀ, ਅਗਰ ਤੁਸੀਂ ਵਿਕੋਲੀ ਕੌਨਸੈਂਟੀ ਤੋਂ ਟਰਾਂਸਪੋਰਟ ਤੋਂ ਲਈ ਐਨੀਮਾਲ ਹੀ ਡੋਮੈਸਟਿਕ ਚੀਜ਼, ਕਹਿੰਦੇ ਤੁਹਾਡੀ ਗੱਡੀ ਦੀ ਇਜਾਜ਼ਤ ਟਰਾਂਸਪੋਰਟ ਕਰਨੇ ਜਾਨਵਰ ਡੋਮੈਸਟਿਕ ਜਿਹੜੇ ਨੇ, ਅਨ ਕੇ ਇਨ ਨੂਮਰੋ ਸੁਪਰੀਓਰੇ ਦੀ ਅਦੂਨੋ ਭਾਵੇਂ ਹੋਏਗੀ ਤੋਂ ਵੱਧ ਵੀ ਹੁੰਦੇ ਨੇ, ਫਿਰ ਕੇ ਕੁਛ ਦੀ ਦਿਉਤੀ ਇਨ ਗਾਪ ਵੀ ਆ, ਕਿਉਂਕਿ ਉਹ ਪਿੰਜਰੇ ਵਿੱਚ ਨੇ, ਉਹ ਨਾਲਾ ਵਾਹਨੋ ਪੋਸਟਰੀਓਰੇ ਜਾਂ ਫਿਰ ਪਿਛਲੇ ਵਾਹਨੋ ਵਿੱਚ ਜਿਹੜਾ ਪਿਛਲਾ ਉਹਦਾ ਸਪੈਸ਼ਲ ਕਮਰਾ ਜਿਹਾ ਬਣਿਆ ਹੁੰਦਾ, ਅਪੋਜ਼ਿਟ ਮੈਂ ਤੇ ਦੀ ਵੀਜ਼ਾ ਦਾ ਰਾਹ 'ਤੇ ਸਪੈਸ਼ਲ ਹਿਸਾਬ ਤਾਬ ਨਾਲ ਜਿਹੜਾ ਤਕਸੀਮ ਹੋਇਆ ਹੁੰਦਾ, ਠੀਕ ਹੈ, ਦੁਰੂਸ ਕਿਵੇਂ ਬਵੇਅਰ ਹੋਇਆ ਵੀ, ਇਨੋਮਰ ਦਾ ਪ੍ਰਸੋ ਨੇ ਟਰਾਂਸਪੋਰਟਾ ਵੀ ਲੇ, ਜਿੰਨੇ ਬੰਦੇ ਤੁਸੀਂ ਟਰਾਂਸਪੋਰਟ ਕਰ ਸਕਦੇ ਹੋ ਸੁਲੱਤ ਵਤੂਰੇ ਦੇ ਉੱਤੇ, ਇੰਡੀਕਾ ਤੋਂ ਸੁਲਕਾਤਾ ਚਕਰਸ਼ਨ ਹੈ, ਇੰਡੀਕੇਟ ਕਹਿੰਦੇ ਕਾਰਤਾ ਦੀ ਚਿਰਕੁਲੇਸ਼ਨ ਦਿੰਦੇ ਹੈ, ਨੋਨ ਕੰਪਰੈਂ ਦਿਲ ਕੰਦੂ ਚਾਹੁੰਦੇ, ਇਹਦੀ ਸ਼ਾਮਿਲ ਨਹੀਂ ਹੈਗਾ ਕੰਦੂ ਚਾਹੁੰਦੇ ਡਰਾਈਵਰ, ਇਹ ਗਲਤ ਕਹਿੰਦੇ ਵੀ ਫਾਲਸ ਹੋਇਆ, ਕਰਦੂ ਚਾਹੁੰਦੇ ਉਹ ਡਰਾਈਵਰ ਉਹਦੇ ਵਿੱਚ ਸ਼ਾਮਿਲ ਹੁੰਦਾ, ਇਹ ਕੁਸ਼ਚਨ ਅਸੀਂ ਪਿੱਛੇ ਪਿਛਲੇ ਪੇਜ 'ਤੇ ਪੜ ਚੁੱਕੇ ਹਾਂ, ਕਹਿੰਦੇ ਨੂਮਰ ਦੀ ਪਰਸੋਂ ਨੇ ਟਰਾਂਸਪੋਰਟਾ ਵੀ, ਜਿੰਨੇ ਬੰਦੇ ਤੁਸੀਂ ਟਰਾਂਸਪੋਰਟ ਕਰ ਸਕਦੇ ਹੋ ਸੁਰ ਅੱਤ ਵਧੂਰੇ ਕਾਰ ਗੱਡੀ ਦੇ ਉੱਤੇ, ਪੋ ਰੀ ਜੁੰਜੇਰੇ ਅਲਮਾਸੀਮੋ ਦੀ ਦੀਏਚੀ, ਕਹਿੰਦੇ ਮੈਕਸੀਮਮ 10 ਹੋ ਸਕਦੇ ਨੇ, ਗਲਤ ਕਹਿੰਦੇ ਫਾਲਸ ਹੋਇਆ, 10 ਨਹੀਂ ਹੋ ਸਕਦੇ, 9 ਮੈਕਸੀਮਮ ਤੁਸੀਂ ਹੋ ਸਕਦੇ ਨੇ, ਠੀਕ ਹੈ, ਅੱਤ ਵਧੂਰੇ ਦੇ, ਇਸ ਕਰਕੇ ਫਾਲਸ ਹੋ, ਬੱਸ ਥੋੜ੍ਹੀ ਹੈ ਇਹ, ਕਹਿੰਦੇ ਸੁਲ ਵਿਕੋਲੀ ਕੌਨਸੈਂਟੀ ਤੋਂ ਟਰਾਂਸਪੋਰਟ ਤੋਂ ਦੀ ਕਹਾਣੀ ਅਨ ਕੇ ਇਨ ਨੂਮਰੋ ਸੁਪਰੀਓਰ ਹੈ ਦੂਨੋ, ਭਾਵੇਂ ਇੱਕ ਤੋਂ ਵੱਧ ਵੀ ਹੋਵਣ, ਕੁੱਤੇ ਲੈ ਕੇ ਜਾ ਸਕਦੇ ਹੋ, ਫਿਰ ਕੇ ਐਤਗੋ ਤਾਂ ਮਿਹਨਤ ਤਰਤ ਨੂੰ ਤਾਂ ਇਨ ਗੁੰਜਾਲੀ ਹੋ, ਕਿਉਂਕਿ ਮੁਨਾਸਬ ਤਰੀਕੇ ਨਾਲ ਉਹ ਗੁੰਜਾਲੀ ਹੋ, ਪਟਾ ਪੁਟਾ ਉਹਨਾਂ ਨੂੰ ਪਿਆ ਹੋਇਆ, ਗਲਤ ਕਹਿੰਦੇ ਫਾਲਸ ਹੋਇਆ, ਪਟਾ ਵਗੈਰਾ ਪਿਆ ਹੋਇਆ ਮੁਨਾਸਬ ਨਹੀਂ ਦੇਖਣਾ ਹੈ ਵੀ, ਠੀਕ ਹੈ, ਕਹਿੰਦੇ ਵੀ ਇੱਕ ਤੋਂ ਵੱਧ ਲੈ ਕੇ ਜਾ ਸਕਦੇ ਹੋ, ਪਟੇ ਵਿੱਚ ਲੈ ਕੇ ਜਾ ਸਕਦੇ ਇੱਕ ਤੋਂ ਵੱਧ ਕੁੱਤਾ ਵੇਲਾ, ਗਾਬੀਆ ਪਿੰਜਰਾ ਹੋਣਾ ਚਾਹੀਦਾ ਜਾਂ ਫਿਰ ਸਪੈਸ਼ਲ ਵਾਹਨ ਉਹ ਜਿਹੜਾ ਉਹਨਾਂ ਦਾ ਡਿਵੀਜ਼ ਹੋਣਾ ਚਾਹੀਦਾ, ਪਿਛਲੇ ਬੈਕ ਸਾਈਡ ਡਿਵਾਈਡ ਹੋਣੀ ਜਿਹਦੇ ਜਾਲੀ ਜੁਲੀ ਲੱਗੀ ਹੁੰਦੀ ਹੈ, ਜੇ ਇੱਕ ਤੋਂ ਵੱਧ ਜਾਨਵਰ ਤੁਸੀਂ ਖੜਨਾ, ਇੱਕ ਡੋਮੈਸਟਿਕ ਜਾਨਵਰ ਤੁਸੀਂ ਇੱਕ ਲੈ ਕੇ ਜਾ ਸਕਦੇ ਹੋ, ਇੱਕ ਤੋਂ ਵੱਧ ਖੜਨਾ ਤਾਂ ਗੁੰਜਾਲੀ ਹੋ ਜਾਂਦਾ ਪਟਾ, ਸਿਰਫ ਪਟਾ ਕਾਫੀ ਨਹੀਂ ਹੈ, ਇਸ ਕਰਕੇ ਫਾਲਸ ਹੋ, ਕਹਿੰਦੇ ਤੁਸੀਂ ਮੁੱਤ ਚੀਗਲੀ ਵਿਅਤਾ ਤੋਂ ਟਰਾਂਸਪੋਰਟਾਂ ਨੇ ਮੈਨੂੰ ਜੀ ਗਿਆ ਨਹੀਂ, ਕਹਿੰਦੇ 5 ਸਾਲ ਤੋਂ ਘੱਟ ਵਾਲਾ ਬੱਚਾ ਲੈ ਜਾਣਾ ਵਿਅਤਾ ਤੋਂ ਮਨਾਈਏ, ਤੁਸੀਂ ਕਿਵੇਂ ਬਵੇਅਰ ਹੋਇਆ ਵੀ,
ਤੁਸੀਂ ਮੋਟਰਸਾਈਕਲ ਵੀ ਅਤਾ ਤੋਂ ਟਰਾਂਸਪੋਰਟ ਆ ਰਹੇ ਹੋ ਜੇਤੀ ਕਿਨੇ ਚੀਜ਼ਾਂ ਲਿਜਾਣੀ ਮਨਾਈ ਹੈ ਕਿ ਨੁਨ ਸਿਆਨੋ ਸੋਲੀ ਦਾ ਮਹਿੰਦੇ ਸ਼ਿਕਰਾ ਦੀ ਜਿਹੜੀ ਸਿਕਿਓਰ ਤਰੀਕੇ ਨਾਲ ਨਹੀਂ ਬੱਜੀਆਂ ਹੋਈਆਂ ਕਿਨੇ ਚੀਜ਼ਾਂ ਲਿਜਾਣੀਆਂ ਮਨਾਈ ਹੈ ਦੂਸਰੇ ਨੇ ਪੇਪਰ ਹੋਇਆ ਸਿਕਿਓਰ ਤਰੀਕੇ ਨਾਲ ਜਿਹੜੀ ਚੀਜ਼ਾਂ ਨਹੀਂ ਬੱਜੀਆਂ ਹੈ ਵੀ ਉਹ ਲਿਜਾਣੀਆਂ ਮਨਾਈ ਹੁੰਦੀ ਹੈ ਠੀਕ ਹੈ ਕਿਨੇ ਤੁਸੀਂ ਮੋਟਰਸਾਈਕਲ ਵੀ ਅਤਾ ਤੋਂ ਟਰਾਂਸਪੋਰਟ ਆ ਰਹੇ ਹੋ ਜੀਤੀ ਕਿ ਇੰਪੇਦੀਸ਼ਕਨੋ ਉਹ ਲਿਮਿਤਾਨੋ ਲਾ ਵਿਜੀਬਿਲਤਾ ਤਲਕ ਹੁੰਦੀ ਜਾਂਦੇ ਕਹਿੰਦੇ ਜਿਹੜੇ ਵਿਜੀਬਿਲ ਜਿਹੜੇ ਰੁਕਾਵਟ ਬਣਦੇ ਨੇ ਲਿਮਿਟਡ ਕਰਦੇ ਨੇ ਵਿਜੀਬਿਲਟਾ ਡਰਾਈਵਰ ਦੀ ਕਹਿੰਦੇ ਵਿਅਤਾ ਤੋਂ ਮੋਟਰਸਾਈਕਲ ਦੀ ਚੀਜ਼ਾਂ ਲੈ ਜਾਣੇ ਦੂਸਰੇ ਕਹਿੰਦੇ ਪੇਪਰ ਹੋਇਆ ਵੀ ਕਹਿੰਦੇ ਸੋਏ ਮੋਟਰਸਾਈਕਲ ਹੀ ਇੰਪੋਸੀਬਲ ਹੈ ਟਰਾਂਸਪੋਰਟ ਆ ਰਹੇ ਕਹਿੰਦੇ ਮੋਟਰਸਾਈਕਲ ਦਾ ਇੰਪੋਸੀਬਲ ਹੈ ਟਰਾਂਸਪੋਰਟ ਕਰਨਾ ਉਹਨਾਂ ਪੈਸੇਂਜਰੋ ਸੋਲੋ ਸਿਕਵੇਸ ਤੋਂ ਉਲਟੀਮੋ ਮਾਇਓਰੇ ਨੇ ਸਿਰਫ ਜੇ ਇਹ ਵੱਡਾ ਜਾਂ ਜਵਾਨ ਹੋਵੇ ਤਾਂ ਕਹਿੰਦਾ ਪੋਸੀਬਲ ਹੈ ਇੱਕ ਪੋਸੀਬਲ ਹੈ ਇੱਕ ਪੈਸੇਂਜਰ ਲੈ ਕੇ ਜਾਣੀ ਸਿਰਫ ਜੇ ਇਹ ਵੱਡਾ ਜਾਂ ਜਵਾਨ ਹੋਵੇ ਤਾਂ ਦੇਖੋ ਵੱਡਾ ਜਵਾਨ ਹੋਣਾ ਲਾਜ਼ਮੀ ਨਹੀਂ ਹੈ ਮਾਇਓਰੀ ਨਹੀਂ ਹੁੰਦਾ ਜਿਵੇਂ ਕਿ 24 ਸਾਲ ਤੋਂ ਉੱਤੇ ਹੁੰਦੇ ਨੇ ਜਿਹੜੇ ਠੀਕ ਹੈ ਅਤੇ ਮਾਇਓਰੀ ਨਹੀਂ ਹੋਣਾ ਲਾਜ਼ਮੀ ਨਹੀਂ ਹੈ ਵੀ ਠੀਕ ਹੈ 18 ਜਾਂ 24 ਸਾਲ ਤੋਂ ਉੱਤੇ ਮੰਨਦੇ ਨੇ ਮਾਇਓਰੀ ਨਹੀਂ ਮਾਇਓਰੀ ਲਾਜ਼ਮੀ ਹੈ ਕਿ ਕੱਟ ਚ ਕੁਸ਼ਨ ਇਜਾਜ਼ਤ ਹੈ ਕਿ ਨਹੀਂ ਸਿਰ ਕੇ ਫਾਲਸੋ ਕਹਿੰਦੇ ਸੋਈ ਮੋਟਰਸਾਈਕਲੀ ਵੀ ਅੱਧਾ ਤੋਂ ਟਰਾਂਸਪੋਰਟ ਆ ਰਹੇ ਮੈਂ ਨਾ ਇਹ ਟਰਾਂਸਪੋਰਟ ਕਰਨਾ ਮੋਟਰਸਾਈਕਲ ਦੇ ਉੱਤੇ ਉਹ ਜੀਤੀ ਚੀਜ਼ਾਂ ਸਪੋਰਟ ਕਰਨ ਲੋਕ ਦੇ ਨਾਲ ਮਿਹਨਤ ਰਿਸਪੈਕਟ ਵਾਲ ਸੁਗੋਮੇ ਦੇ ਵੀ ਗੋਲ ਕਹਿੰਦੇ ਗੱਡੀ ਦੇ ਸੁਗੋਮੇ ਦੇ ਹਿਸਾਬ ਨਾਲ ਲੰਬਾਈ ਵਾਲੀ ਸਾਈਡ 'ਤੇ ਜਿਹੜੀ ਚੀਜ਼ਾਂ ਵੱਧਦੀਆਂ ਨਾ ਕਹਿੰਦੇ ਲਿਜਾਣੀ ਮਨਾਈ ਨੇ ਕਿਉਂਕਿ 50 ਸੈਂਟੀਮੀਟਰ ਸਪੋਰਟ ਜੇ ਰਹੇ ਹੋਵੇ ਨਾ ਸਮਾਨ ਮੋਟਰਸਾਈਕਲ 'ਤੇ ਲੈ ਕੇ ਜਾ ਸਕਦੇ ਹੋ ਇਸ ਕਰਕੇ ਫਾਲਸੋ ਅੱਗੇ ਆ ਗਿਆ ਸਿਸਤਮਾਰੇ ਕਾਰੀ ਕੋਸੁਰ ਵੀ ਗੋਲੀ ਸਿਸਤਮਾਰੇ ਕਰਨਾ ਕਾਰੀ ਕੋਈ ਗੱਡੀ ਦੇ ਉੱਤੇ ਸਿਸਤਮਾਰੇ ਕਰਨਾ ਚਾਹੀਦਾ ਮਜ਼ਬੂਤੀ ਨਾਲ ਬਣਨਾ ਚਾਹੀਦਾ ਡਿੱਗਰ ਨਾ ਸਪਸਤਾਰੇ ਨਾ ਹੋਵੇ ਆਪਣੀ ਜਗ੍ਹਾ ਚੇਂਜ ਨਾ ਕਰਾਇਆ ਵੀ ਠੀਕ ਹੈ ਲਟੇ ਟੁੱਟ ਨਾ ਜਾਇਆ ਵੀ ਖੁੱਲ ਨਾ ਜਾਇਆ ਵੀ ਠੀਕ ਹੈ ਇੱਦਾਂ ਕਰਕੇ ਔਰ ਸਪੁਰਜੇਰੇ ਅੱਗੇ ਪੜਾਂਗੇ ਸਪੁਰਜੇਰੇ ਗੱਡੀ ਤੋਂ ਪਿਛਲੀ ਸਾਈਡ ਦਾ 50-30% 3% ਔਰ 3 ਸੈਂਟੀਮੀਟਰ ਵੀ ਫਰਕ ਪਤਾ ਨਾ ਤੁਹਾਨੂੰ 3% ਹੋਇਆ 3/3 ਜ਼ਬਰਦਸਤ 3% ਹੋਇਆ 3/10 ਯਾਨੀ ਕਿ ਗੱਡੀ ਦਾ ਤੀਜਾ ਹਿੱਸਾ ਪਿੱਛੇ ਲਟਕਾ ਸਕਦੇ ਹੋ ਜਿੰਨੀ ਲੰਬੀ ਗੱਡੀ ਹੈ 30 ਸੈਂਟੀਮੀਟਰ ਹੁੰਦਾ ਇਹਨਾਂ ਦੋਵਾਂ ਨੂੰ ਮਿਕਸਅਪ ਨਹੀਂ ਕਰਨਾ ਸੱਜੇ ਖੱਬੇ 30 ਸੈਂਟੀਮੀਟਰ ਲੂਚੇ ਦੀ ਪੋਜੀਸ਼ਨ ਤੋਂ ਲੈ ਕੇ 30 ਸੈਂਟੀਮੀਟਰ ਠੀਕ ਹੈ ਕਹਿੰਦੇ ਕਾਰੀ ਕੋਈ ਗੋਲੀ ਕਹਿੰਦੇ ਜਿਹੜੇ ਕਾਰੀ ਕੋਈ ਗੱਡੀਆਂ ਦੇ ਇਸ ਤਰ੍ਹਾਂ ਸਿਸਤੇਮਾ ਤੁਸੀਂ ਇਨ ਮੋਹ ਦੋ ਸਿਸਤੇਮਾਰੇ ਕਰਨੇ ਇਸ ਤਰ੍ਹਾਂ ਦਾ ਐ ਵਿਤਾਰੇ ਲਾ ਕਦੂਤਾ ਵੀ ਡਿੱਗਣ ਤੋਂ ਬਚ ਸਕੇ ਉਹ ਦਿਸ ਪੋਜੀਸ਼ਨ ਔਰ ਪੋਜੀਸ਼ਨ ਚੇਂਜ ਕਰਨ ਤੋਂ ਵੱਖਰੀ ਕਰਨ ਤੋਂ ਖਰਾਬ ਕਰਨ ਤੋਂ ਬਚ ਸਕੇ ਦਰੁਸਤ ਕਹਿੰਦੇ ਫੇਰ ਹੋਇਆ ਜੀ ਜੀ ਅਸੀਂ ਉਹ ਹੋ ਤੁਸੀਂ ਸੌਂ ਗਏ ਜੀ 732 ਨੰਬਰ ਪੇਜ ਕਿੱਧਰ ਗਏ ਸੀ ਤੁਸੀਂ ਹੈ ਜੀ ਅੱਛਾ ਮੈਨੂੰ ਦੱਸ ਦਿਆ ਕਰੋ ਕਦੇ ਕਦੇ ਮੈਂ ਵੀ ਸੌਂ ਜਾਂਦਾ ਯਾਰ ਕਮਾ ਲੋ ਕੋਈ ਦੋ ਅੱਗੇ ਪੇਜ ਅੱਗੇ ਨਿਕਲ ਗਿਆ ਹੋਣਾ ਸੋਰੀ ਕਹਿੰਦੇ ਵੀ ਅਤਾ ਤੋਂ ਪਿੱਛੇ ਆ ਜਾਓ 731 ਤੇ ਸਾਰੇ ਸਾਰੇ ਸੁੱਤੇ ਹੋ ਸਿਰਫ ਇੱਕ ਭਾਅ ਜੀ ਜਿਹੜੇ ਜਾਗਦੇ ਨੇ ਜਿਨ੍ਹਾਂ ਨੇ ਦੱਸਿਆ ਤੇ ਇੱਕ ਭਾਬੀ ਰੀ ਮੈਂ ਸਾਰਿਆਂ ਨੂੰ ਚੈੱਕ ਕਰ ਰਿਹਾ ਸੀ ਕਿਹੜਾ ਕਿਹੜਾ ਜਾਗਦਾ ਸਿਰਫ ਇੱਕ ਬੰਦਾ ਜਾਗਦਾ ਓਕੇ ਕਹਿੰਦੇ ਨੇ ਪੇ ਵੀ ਅਤਾ ਤੋਂ ਇੱਕ ਹਾਂਜੀ ਤੁਸੀਂ ਚੈੱਕ ਕਰ ਰਹੇ ਸੀ ਕਿਹੜਾ ਦੱਸੇਗਾ ਹੈ ਨਾ ਕਹਿੰਦੇ ਵੀ ਅਤਾ ਤੋਂ ਇੱਕ ਅੰਦੂ ਚੈਨ ਤੇ ਦੀ ਮੋਟਰਸਾਈਕਲੀ ਕਹਿੰਦੇ ਪਤਾ ਹੀ ਹੈ ਮੋਟਰਸਾਈਕਲ ਦੇ ਡਰਾਈਵਰ ਨੂੰ ਤ੍ਰੇਨਾਰੇ ਉਹ ਫਾਰਸੀ ਤ੍ਰੇਨਾਰੇ ਦਾ ਅਲਤਰੀ ਵੀ ਕੋਲ ਹੀ ਕਹਿੰਦੇ ਉਹਨਾਂ ਨੂੰ ਮਨਾਈ ਹੈ ਟੋਪ ਪਾ ਕੇ ਖਿੱਚਣਾ ਜਾਂ ਉਹ ਟੋਪ ਕਿਸੇ ਨੂੰ ਪਾ ਕੇ ਖਿੱਚਣ ਮੋਟਰਸਾਈਕਲਾਂ ਨੂੰ ਮੋਟਰਸਾਈਕਲ ਨਾ ਟੋਪ ਪਾ ਖਿੱਚ ਸਕਦੇ ਨੇ ਨਾ ਹੀ ਮੋਟਰਸਾਈਕਲਾਂ ਨੂੰ ਕੋਈ ਟੋਪ ਪਾ ਖਿੱਚ ਸਕਦਾ ਠੀਕ ਹੈ ਜੀ ਵੇਰ ਹੋਇਆ ਕਹਿੰਦੇ ਕੁਸ਼ਨ ਦੀ ਤੋਂ ਮੋਟਰਸਾਈਕਲੀ ਫਾਰਸੀ ਤ੍ਰੇਨਾਰੇ ਮਾ ਸੋਲੋ ਦਾ ਅੱਤ ਵਧੂਰੇ ਕਹਿੰਦੇ ਜਾ ਤਾਂ ਮੋਟਰਸਾਈਕਲਾਂ ਨੂੰ ਟ੍ਰੇਨਾਰੇ ਕੀਤਾ ਜਾਣਾ ਸਿਰਫ ਅੱਤ ਵਧੂਰਿਆਂ ਨੂੰ ਗਲਤ ਕਹਿੰਦੇ ਫਾਲਸੋ ਇਹਨਾਂ ਨਾ ਤੁਸੀਂ ਟੋਪ ਪਾ ਖਿੱਚ ਸਕਦੇ ਨਾ ਇਹ ਕਿਸੇ ਨੂੰ ਖਿੱਚ ਸਕਦੇ ਫਾਲਸੋ ਉੱਥੇ ਹੀ ਆ ਜਾਓ ਜਿੱਥੇ ਮੈਂ ਤੁਹਾਨੂੰ ਲੈ ਗਿਆ ਸੀ ਪਹਿਲੇ ਦੋ ਵਾਰ ਟੱਚ ਹੋ ਜਾਂਦਾ ਕਈ ਵਾਰੀ ਹੱਥ ਕਹਿੰਦੇ ਨੇ ਇੱਕ ਕਾਰੀ ਕੋਈ ਦਿਲਵੀ ਗੋਲੀ ਜਿਹੜਾ ਕਾਰੀ ਕੋਈ ਗੱਡੀ ਦਾ ਦੇਵੇ ਇਸ ਰੇ ਸਿਸਤੇਮਾ ਤੋਂ ਮੋਹ ਦੋ ਸਿਸਤੇਮਾਰੇ ਕਰਨਾ ਇਸ ਮੋਹ ਇਸ ਤਰ੍ਹਾਂ ਦਾ ਵਿਤਾਰੇ ਕਾ ਦੂਤਾ ਉਹ ਡਿਸਪੋਜੀਸ਼ਨ ਹੈ ਲੋ ਡਿਸਪੋਜੀਸ਼ਨ ਹੈ ਆਪਣੀ ਪੋਜੀਸ਼ਨ ਚੇਂਜ ਕਰਨ ਤੋਂ ਔਰ ਡਿੱਗਣ ਤੋਂ ਬਚ ਸਕਿਆ ਦਰੁਸ ਕਰਨ ਪੇਵੇਅਰ ਹੋਇਆ ਕਾਰੀ ਕੋਈ ਦਿਵੀ ਗੋਲੀ ਦੋਨੋਂ ਕੁਸ਼ਚਨ ਦੇਵੇ ਇਸ ਰੇ ਸਿਸਤੇਮਾ ਤੋਂ ਸਿਸਤੇਮਾਰੇ ਕਰਨਾ ਇਨ ਮੋਹ ਦੋ ਦਾ ਨੋਨ ਡਿਮਿਨਿਊਰੇ ਲਾ ਵਿਜੀਬਿਲਤਾ ਤਲਕ ਹੁੰਦੀ ਚਾਹੁੰਦੇ ਕਿੰਨੇ ਵਿਜੀਬਿਲਤਾ ਡਰਾਈਵਰ ਦੀ ਘੱਟ ਨਾ ਕਰੇ ਨੇ ਇੰਪੇਦੀਲੀ ਲਾ ਲਿਬੇਰਤਾ ਇਹ ਦਿਲ ਮੂਵਮੈਂਟ ਤਲਕ ਹੁੰਦੀ ਚਾਹੁੰਦੇ ਔਰ ਨਾ ਰੁਕਾਵਟ ਬਣੇ
ਰੁਕਾਵਟ ਪੈਦਾ ਕਰਿਆ ਲਿਬੇਰ ਦਾ, ਜਿਹੜੀ ਆਜ਼ਾਦ ਹੋਣਾ ਡਰਾਈਵਰ ਦਾ, ਔਰ ਮੂਵਮੈਂਟ ਦੇ ਵਿੱਚ ਰੁਕਾਵਟ ਵਗੈਰਾ ਨਾ ਬਣਿਆ ਵੀ ਦਰੁਸ ਕੈਨ ਪਿਵੇਅਰ ਹੋਇਆ ਡਰਾਈਵਰ ਦੀ ਮੂਵਮੈਂਟ ਵਿੱਚ। ਜਿਵੇਂ ਕਿ ਮੂਵਮੈਂਟ ਦੇ ਵਿੱਚ ਕਿਵੇਂ, ਜਿਵੇਂ ਕਿ ਤੁਸੀਂ ਸਮਾਨ ਵਗੈਰਾ ਆਪਣੇ ਪੈਰਾਂ ਵਿੱਚ ਰੱਖ ਲੈਂਦੇ ਹੋ, ਤੁਹਾਡੇ ਆਲੂ ਗੰਡੇ ਜਿਹੜੇ ਰੁੜ ਕੇ ਚਲੇ ਜਾਣ ਕਲੱਚ ਪੈਡਲ ਥੱਲੇ, ਬ੍ਰੇਕ ਪੈਡਲ ਥੱਲੇ, ਰੇਸ ਪੈਡਲ ਥੱਲੇ, ਜਿਵੇਂ ਕੋਈ ਲੇਡੀਜ਼ ਨੇ ਜਿਹੜੀਆਂ ਉਹ ਪਰਸ ਵਗੈਰਾ ਹੈਂਡ ਬ੍ਰੇਕ ਦੀ ਥਾਂ 'ਤੇ ਰੱਖ ਦੇਣ, ਹੈ ਨਾ ਜੀ। ਮੈਨੂੰ ਆ ਰਿਹਾ ਘੱਟ ਹੋਣਾ, ਘੱਟ ਕਰਨਾ ਕਹਿੰਦੇ ਕਾਰੀਕੋ ਦੇ ਵਿਕੋਲ, ਜਿਹੜਾ ਕਾਰੀਕੋ ਗੱਡੀ ਦਾ ਦੇਵੇ ਇਸ ਇਸਤੇਮਾਲ ਤੋਂ ਮੌਤ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤੁਹਾਰੇ ਦਾ ਨੋਨ ਕੋਮਪ੍ਰੋਮੇਟ ਤੇਰੇ ਔਰ ਰਿਸਕ ਵਿੱਚ ਨਾ ਪਾਏ ਸਟੈਬਿਲਿਟੀ ਦੇ ਵਿਕੋਲੀ ਗੱਡੀ ਸਟੈਬਿਲਿਟੀ ਜਿਹੜੀ ਰਿਸਕ ਵਿੱਚ ਨਾ ਹੋਏ ਦੂਸ ਕਿਨ ਬਿਵੇਅਰ ਹੋਇਆ ਇਸ ਤਰ੍ਹਾਂ ਕਾਰੀਕੋ ਲੱਦਣਾ ਚਾਹੀਦੇ। ਜਿਵੇਂ ਕਿ ਫੋਰ ਐਗਜ਼ਾਮਪਲ ਸਾਰਾ ਇੱਕ ਸਾਈਡ ਦੇ ਨਾਲ ਲੱਦੇ ਹੋਏ ਵੀ, ਠੀਕ ਹੈ। ਔਰ ਜੇ ਕਾਰੀਕੋ ਭਾਰਾ ਹੋਵੇ ਤਾਂ ਕਿੱਥੇ ਲੱਦਣਾ ਹੁੰਦਾ ਹੈ, ਗੱਡੀ ਦੇ ਧੂਰੇ ਦੇ ਉੱਤੇ, ਗੱਡੀ ਦੇ ਹਿੱਸੇ ਦੇ ਉੱਤੇ, ਗੱਡੀ ਦੇ ਦੋ ਟਾਇਰਾਂ ਦੇ ਥੋੜ੍ਹੇ ਜਿੰਨਾ ਅਗਲੀ ਸਾਈਡ ਦੇ, ਪਿਛਲੇ ਦੋ ਟਾਇਰਾਂ ਦੇ। ਅਤੇ ਜੇ ਵਰਟੀਕਾ ਲਿਆ ਹੋਵੇ ਅਗਲੀ ਸਾਈਡ ਦਾ ਗੱਡੀ ਦੇ, ਕਹਿੰਦੇ ਵੀ ਇੱਕ ਕਾਰੀਕੋ ਦੇਵੇ ਦੇ ਵਿਕੋਲੀ ਦੇਵੇ ਇਸ ਤਰ੍ਹਾਂ ਸਿਸਟਮਾਂ ਤੋਂ ਮੌਤ ਸਿਸਟਮਾਂ ਕਰਨਾ, ਇਸ ਤਰ੍ਹਾਂ ਦਾ ਨੋਨ ਮਿਸਕਿਆਰੇ ਡਿਸਪੋਜ਼ਿਟਿਵ ਇਲੂਮੀਨੇਸ਼ਨ ਹੈ, ਲਾਈਟਾਂ ਵਾਲੇ ਜਿਹੜੇ ਸਿਗਨਲ ਉਹਦੇ ਵਿੱਚ ਮਿਕਸ ਨਾ ਹੋਵੇ ਕਾਰੀਕੋ, ਯਾਨੀ ਕਿ ਲਟਕ ਕੇ ਸਮਾਂ ਸਾਹਮਣੇ ਨਾ ਆਇਆ ਹੋਵੇ, ਇਸ਼ਾਰੇ ਸ਼ੁਰੂ ਹੋ ਗਏ, ਸਿਗਨਲ ਸ਼ੂਨ ਵਿਜੀ ਹੋ ਜਿਹੜੇ ਨਜ਼ਰ ਵਾਲੇ ਆਉਣ ਵਾਲੇ ਸਿਗਨਲ ਨੇ, ਨੇਲੇ ਤਾਰਗੇ ਔਰ ਨੰਬਰ ਪਲੇਟਾਂ ਦੀ ਇਕਨੋਸ਼ੀ ਮਿਹਨਤ ਦਿਲ ਸਿਨਿਆਲੀ ਦੀ ਫਾਤ ਕੋਲ ਲਬਰਾਚੋ, ਔਰ ਇਨ ਕੇਸ ਜਿਹੜੇ ਤੁਸੀਂ ਨੰਬਰ ਪਲੇਟਾਂ ਜਿਹੜੀ ਗੱਡੀ ਦੀ ਪਛਾਣ ਲਈ ਹੁੰਦੀਆਂ ਨੇ, ਔਰ ਜਿਹੜੀ ਤੁਸੀਂ ਹੱਥ ਨਾਲ ਜਿਹੜੇ ਇਸ਼ਾਰੇ ਕਰਦੇ ਹੋ ਉਹਨਾਂ ਨੂੰ ਵੀ ਨਾ ਕਾਵੜ ਬਣ। ਫੋਰ ਐਗਜ਼ਾਮਪਲ ਤੁਸੀਂ ਸਾਈਕਲ ਵਗੈਰਾ ਚਲਾਉਣ ਲੱਗੇ ਹੋਵੇ ਤਾਂ ਬੰਦਾ ਪਤਾ ਹੱਥ ਨਾਲ ਇਸ਼ਾਰੇ ਕਰਦੇ ਨੇ ਉੱਥੇ, ਠੀਕ ਹੈ, ਉਹਦੇ ਲਈ ਵੀ ਰੁਕਾਵਟ ਨਾ ਬਣਨ, ਦਰੁਸਤ ਕਿਵੇਂ ਬਿਵੇਅਰ ਹੋਇਆ। ਇੱਕ ਕਾਰੀਕੋ ਦਰ ਵਿਕੋਲ ਹੋ, ਜਿਹੜਾ ਕਾਰੀਕੋ ਗੱਡੀ ਦਾ ਦੇਵੇ ਇਸ ਰੇ ਸਿਸਟਮਾਂ ਤੋਂ ਨਿਮੋਦ ਹੋ, ਸਿਸਟਮਾਂ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਇਹ ਵੀ ਤਾਰੇ ਲਾ ਕਦੂ ਤਾਂ ਵੀ ਡਿੱਗਣ ਤੋਂ ਬਚ ਸਕੇ। ਉਹ ਲਾ ਡਿਸਪੋਜ਼ਿਸ਼ਨੇ ਪ੍ਰੈਸ਼ਨੇ ਸੋਲੋ ਸੇ ਕੰਦੂਚੈਂਤ ਦੇਵੇ ਕੰਦੂਰੇ ਇਲ ਵਿਕੋਲ ਇਸ ਇਸ ਤਰ੍ਹਾਂ ਦਾ ਐਕਸਟਰਾਵਾਨ ਹੈ, ਨਾ ਹੀ ਆਪਣੀ ਪੋਜੀਸ਼ਨ ਚੇਂਜ ਕਰਨ ਤੋਂ ਬੱਚੇ, ਕਹਿੰਦੇ ਬੇ ਕਾਰੀਕੋ ਦਿਲ ਵਿਕੋਲ ਦੇਵੇ ਇਸ ਤਰ੍ਹਾਂ ਸਿਸਟਮਾਂ ਤੋਂ ਨਿਮੋਦ ਇਸ ਤਰ੍ਹਾਂ ਸਿਸਟਮਾਂ ਕਰਨਾ ਅਵਿਤਾਰੇ ਲਾ ਕਦੂ ਤਾਂ ਡਿੱਗਣ ਤੋਂ ਬੱਚੇ ਪ੍ਰੈਸ਼ਨੇ ਸੋਲੋ ਸਿਲ ਕੰਦੂਚੈਂਤ ਦੇਵੇ ਕੰਦੂਰੇ, ਸਿਰਫ ਜੇ ਡਰਾਈਵਰ ਡਰਾਈਵ ਕਰਦਾ ਪਿਆ ਬਿਲਕੁਲ ਸੂਸ ਤਰ੍ਹਾਂ ਦਾ ਐਕਸਟਰਾ ਬਣ, ਸਿਰਫ ਸ਼ਹਿਰ ਤੋਂ ਬਾਹਰ ਰੋਡ 'ਤੇ, ਯਾਨੀ ਕਿ ਸ਼ਹਿਰ ਦੇ ਸ਼ਹਿਰ ਵਾਲੇ ਰੋਡ 'ਤੇ ਪਿਆ ਡਿੱਗੇ, ਪਿਆ ਖੁੱਲ੍ਹ ਜੇ, ਜਗ੍ਹਾ ਚੇਂਜ ਕਰ ਲੈ ਖੈਰ ਹੁੰਦੀ ਹੈ। ਕਹਿੰਦੇ ਸੋਲੋ ਸੂਏ ਵਿਕੋ ਕੰਦੂਰੇ ਵਿਕੋ ਸੋਲੋ ਸੇ ਕੰਦੂਚੈਂਤ, ਸਿਰਫ ਜੇ ਡਰਾਈਵਰ ਜਿਹੜਾ ਹੈ ਡਰਾਈਵ ਕਰ ਰਿਹਾ ਸ਼ਹਿਰ ਤੋਂ ਬਾਹਰ, ਫਾਲਸ ਹੋ ਗਿਆ ਕਿਉਂਕਿ ਸ਼ਹਿਰ ਦੇ ਵਿੱਚ ਵੀ ਇਹ ਹਿਸਾਬ ਹੁੰਦਾ, ਠੀਕ ਹੈ। ਇੱਕ ਕਾਰੀਕੋ ਦਿਲ ਵਿਕੋਲ ਦੀ ਵਿਕੋਲ ਹੀ, ਕਹਿੰਦੇ ਕਾਰੀਕੋ ਜਿਹੜਾ ਗੱਡੀ ਦਾ ਦੇਵੇ ਇਸ ਤਰ੍ਹਾਂ ਸਿਸਟਮਾਂ ਤੋਂ ਮੋਦ ਸਿਸਟਮਾਂ ਕਰਨਾ, ਇਸ ਤਰ੍ਹਾਂ ਦਾ ਨੋਨ ਮਿਸਕਿਆਰ ਡਿਸਪੋਜ਼ਿਟਿਵ ਦੀ ਇਲੂਮੀਨੇਸ਼ਨ ਸਿਗਨਲੇਸ਼ਨ ਵਿਜੀਵੋ, ਕਹਿੰਦੇ ਸਿਗਨਲ ਜਿਹੜੇ ਨਜ਼ਰ ਵਾਲ ਵਾਲੇ ਸਿਗਨਲ ਨੇ ਲਾਈਟਾਂ ਵਾਲੇ ਸਿਗਨਲ ਦੇ ਵਿੱਚ ਮਿਕਸ ਨਾ ਹੋਵੇ, ਸੁਲਤਾਨ ਤੋਂ ਵੀ ਸਿਰਫ ਹੁੰਦਾ ਦੌਰਾਨ ਤੇਰੇ ਚਕਰਸ਼ ਨੇ ਨਤੂਰ ਨੇ ਸਿਰਫ ਰਾਤ ਦੇ ਟਾਈਮ 'ਤੇ, ਦਿਹਾੜੀ ਜੇ ਇਸ਼ਾਰੇ ਸ਼ੁਰੂ ਨਾ ਨਜ਼ਰ ਆਉਂਦੇ ਖੈਰ ਹੁੰਦੀ ਹੈ, ਨਹੀਂ ਖੈਰ ਹੁੰਦੀ ਨਾ, ਇਸੇ ਕਰਕੇ ਇਹ ਵੀ ਗਲਤ ਕਹਿੰਦੇ, ਇਹ ਕਹਿੰਦੇ ਸਿਰਫ ਰਾਤ ਨੂੰ ਟਾਈਮ 'ਤੇ, ਇਸ ਕਰਕੇ ਫਾਲਸ ਹੋਇਆ, ਠੀਕ ਹੈ ਜੀ। ਜੀ ਕੀ ਕਿਹਾ ਕਹਿੰਦੇ, ਉਹ ਗਲਤ ਕਹਿੰਦੇ ਨਾ ਵੀ, ਹਾਂਜੀ ਬਰਾਵੋ, ਅੱਗੇ ਆ ਗਿਆ ਕਾਰੀਕੋ ਸਪੋਰਜਿਆਂ 'ਤੇ, ਸਪੋਰਜ ਜਿਹੜੇ ਹੋ ਸਕਦਾ ਮੋਟਰਸਾਈਕਲ ਦੇ ਉੱਤੇ ਹਰ ਸਾਈਡ ਦੇ ਉੱਤੇ 50 ਸੈਂਟੀਮੀਟਰ, ਠੀਕ ਹੈ ਜੀ, ਜੇ ਨਹੀਂ ਕਿਸੇ ਨੂੰ ਯਾਦ ਰਹਿੰਦਾ ਲਿਖ ਲੋੜੋ, ਮੋਟਰਸਾਈਕਲ ਦੇ ਉੱਤੇ ਸਾਰੇ ਪੱਲਾਂ 'ਤੇ 50 ਸੈਂਟੀਮੀਟਰ ਸਪੋਰਜ ਜਿਹੜੇ ਹੋ ਸਕਦੇ। ਦੂਸਰੇ ਨੰਬਰ 'ਤੇ ਅੱਗੇ ਲਿਖ ਲਓ ਗੱਡੀ ਲਈ, ਗੱਡੀ ਦੇ ਪਿਛਲੀ ਸਾਈਡ ਦਾ 3% 53% ਜਿਸ ਦੀ ਗੱਡੀ ਲੰਬਾਈ ਹੈ, ਸੱਜੇ ਖੱਬੇ 3 ਸੈਂਟੀਮੀਟਰ 3 ਸੈਂਟੀਮੀਟਰ ਤਕਰੀਬਨ ਇੱਕ ਫੋਟੋ ਹੁੰਦਾ, ਠੀਕ ਹੈ, 3 ਸੈਂਟੀਮੀਟਰ ਲਈ ਕਹਿੰਦੇ ਗੱਡੀ ਤੋਂ ਬਾਡੀ, ਗੱਡੀ ਦੇ ਸ਼ੀਸ਼ਿਆਂ ਤੋਂ ਲੈ ਕੇ ਨਹੀਂ, ਉਹ ਗੱਡੀ ਦੇ ਲੂਚੇ ਦੀ ਪੋਜੀਸ਼ਨ ਅਗਲੀ ਪਿਛਲੀ ਜਿਹੜੀ ਹੈ ਨਾ ਉਹਦੇ ਤੋਂ ਲੈ ਕੇ 3 ਸੈਂਟੀਮੀਟਰ ਸੱਜੇ ਖੱਬੇ, ਉੱਤੇਲੀ ਸਾਈਡ 'ਤੇ ਜਿਹੜੀ ਗੱਡੀ ਦਾ ਉੱਚਾਈ ਹੁੰਦੀ ਮੈਕਸੀਮਮ 4 ਮੀਟਰ ਹੁੰਦੀ ਹੈ, ਲੇਕਿਨ ਕਿਤੇ ਵੀ ਲਿਖਿਆ ਨਹੀਂ ਆਉਂਦਾ, ਲਿਖਿਆ ਕਿਤੇ ਵੀ ਨਹੀਂ ਆਉਣਾ, ਜੇ ਲਿਖਿਆ ਹੋਵੇਗਾ ਸਵਾਲ ਗਲਤ ਹੋ ਜਾਣਾ, ਉੱਚਾਈ ਦਾ ਅਲਤੇਜ ਦਾ ਵੀ ਇੰਨਾ ਹੋਣਾ ਚਾਹੀਦਾ। ਫਿਰ ਜਿਹੜੀ ਅਗਲੀ ਸਾਈਡ ਹੈ 1 ਸੈਂਟੀਮੀਟਰ ਵੀ ਨਹੀਂ ਅੱਗੇ ਵਧਾ ਸਕਦੇ, 1 ਸੈਂਟੀਮੀਟਰ ਵੀ, 1 ਇੰਚ ਵੀ ਨਹੀਂ ਅੱਗੇ ਵਧਾ ਸਕਦੇ ਅਗਲੀ ਸਾਈਡ 'ਤੇ, ਕਿਉਂਕਿ ਵਿਜੀਬਿਲਟਾ ਡਰਾਈਵਰ ਦੇ ਵਿੱਚ ਰਿਕਾਊਟ ਬਣਦਾ। ਕਹਿੰਦੇ ਕਿ ਕਾਰੀਕੋ ਨੋਨ ਦੇਵੇ ਸੁਪਰਾਰ ਲਿਮਿਟੀ ਦੀ ਸਗੋਮਾ ਅਸਤਾ ਬਿਲ ਤੋਂ ਫਿਰ ਊਨੀ ਤਿੱਪ ਦੀ ਵਿਕੋਲੀ, ਕਹਿੰਦੇ ਜਿਹੜੀ ਲਿਮਿਟ ਜਿਹੜੀ ਲਾਗੂ ਹੁੰਦੀ ਹੈ ਹਰ ਟਾਈਪ ਦੀ ਗੱਡੀ ਲਈ, ਉਸ ਲਿਮਿਟ ਤੋਂ ਕਹਿੰਦੇ ਵਧਣਾ ਚਾਹੀਦਾ, ਮੋਟਰਸਾਈਕਲ ਲਈ, ਗੱਡੀ ਲਈ, ਕਾਰ ਲਈ, ਟਰੱਕ ਲਈ ਜਿਹੜੀ ਲਿਮਿਟ ਲਾਗੂ ਹੁੰਦੀ ਹੈ ਨਾ, ਉਹਦੀ ਲਈ ਜਿਹੜੀ ਲਿਮਿਟ ਸਟੇਬਲ ਕੀਤੀ ਗਈ ਹੈ ਉਹਦੇ 'ਤੇ ਵਧਣਾ ਚਾਹੀਦਾ ਹੈ, ਦਰੁਸਤ ਕਿਵੇਂ ਬਿਹੇਵੀਅਰ ਹੋਇਆ। ਕਹਿੰਦੇ ਸੋ ਵਿਕੋਲ ਹੀ ਇੱਕ ਕਾਰੀਕੋ ਨੋਨ ਪੋ ਸਪੋਰਜੇਅਰ ਹੈ ਲੂਗੋ ਤਿੱਦਾਂ ਨਾਲ ਮਿਹਨਤ ਹੈ ਦਲਾ ਪਾਰਤੇ ਅੰਤਰੀਓਰ ਹੈ, ਦਰੁਸਤ ਕਿਵੇਂ ਬਿਹੇਵੀਅਰ ਹੋਇਆ, ਅਗਲੀ ਸਾਈਡ ਤੋਂ ਸਪੋਰਜੇਅਰ ਹੈ ਨਹੀਂ ਕਰਨਾ ਚਾਹੀਦਾ, ਤੁਹਾਨੂੰ ਹੁਣੇ ਮੈਂ ਦੱਸਿਆ, ਠੀਕ ਹੈ।
ਕਹਿੰਦੇ ਕਾਰੀ ਕੋ ਪੁਸ ਪਰਜੇਰੇ ਲੂਗੋ ਤੇ ਨਾਲ ਮਿਹਨਤ ਦਾ ਲਾ ਪਾਰਟ ਪੁਸ ਰਿਓਰ ਪਿਛਲੀ ਸਾਈਡ ਪੁਸ ਜੇਰੇ ਕਰ ਸਕਦੇ ਆ ਸੇ ਕੋਸਟੀਟਿਊਟ ਤੋ ਦਾ ਕੋਜ਼ ਇਹ ਇਨਡਿਵਿਜੀਬਲ ਹੈ ਜੇ ਚੀਜ਼ਾਂ ਹੋਣ ਜਿਹੜੀਆਂ ਤਕਸੀਮ ਨਹੀਂ ਹੋ ਸਕਦੀਆਂ ਹੈ ਵੀ ਫਿਰ ਨੂੰ ਆ 3/10 ਦਲਾ ਲੁੰਗੇਜ਼ਾ ਦਲ ਅਤ ਵਧੂਰੇ ਲੰਬਾਈ ਅਤ ਵਧੂਰੇ ਲੰਬਾਈ ਦੇ ਹਿਸਾਬ ਤਾਬ ਨਾਲ 3/10 ਯਾਨੀ ਕਿ ਦਸਵੇਂ ਦਾ ਤੀਜਾ ਹਿੱਸਾ ਯਾਨੀ ਕਿ 100 ਦਾ 30% ਤੁਸੀਂ ਵਧਾ ਸਕਦੇ ਹੋ ਪਿਛਲੀ ਸਾਈਡ 'ਤੇ ਜੇ ਇਨਡਿਵਿਜੀਬਲ ਹੈ ਜਿਹੜਾ ਸਮਾਨ ਡਿਵਾਈਡ ਤਕਸੀਮ ਨਹੀਂ ਹੋ ਸਕਦੀ ਜਿਵੇਂ ਕਿ ਤੁਸੀਂ ਲੋਹੇ ਦੀਆਂ ਵੱਡੀਆਂ ਵੱਡੀਆਂ ਲੈਂਥਾਂ ਸਰੀਆ ਲੈ ਜੋ ਉੱਦਾਂ ਦੀਆਂ ਚੀਜ਼ਾਂ ਜਿਹੜੀਆਂ ਪਿੱਛੇ ਲਟਕਾਉਣੀਆਂ ਮਜਬੂਰੀ ਹੋ ਜਾਣ ਠੀਕ ਹੈ ਕਹਿੰਦੇ ਸੋ ਅਤ ਵਿਗੋਲੀ ਪੋਸੋ ਨਾ ਇਸਰੇ ਟਰਾਂਸਪੋਰਟ ਆ ਤੇ ਟਰਾਂਸਪੋਰਟ ਕਰ ਸਕਦੇ ਹੋ ਕੋਜ਼ ਇੱਕ ਸਪੋਰ ਗਨ ਹੋ ਲਤਰਾਲੀ ਮਹਿੰਤ ਜਿਹੜੇ ਸਪੋਰ ਜਿਹੜੇ ਹੁੰਦੇ ਸਾਈਡਾਂ ਤੇ ਚੀਜ਼ਾਂ ਫੋਰੀ ਦੇ ਲੋਰੋ ਸਾਗੋਮਾ ਮਾ ਨੋਨ ਪਿਊ ਦੀ ਤੁਰੰਤ ਜਾਂਦੀ ਬੈਤਰੀ ਕਹਿੰਦੇ ਨੇ ਉਹਨਾਂ ਦੀ ਚੌੜਾਈ ਦੀ ਹਿਸਾਬ ਤਾਬ ਨਾਲ 30 ਸੈਂਟੀਮੀਟਰ ਤੋਂ ਵੱਧ ਨਹੀਂ ਦਿਲਾ ਲੁਚਿਤ ਬਦਸ਼ੀਓ ਨੇ ਅੰਤਰੀ ਉਹਰੇ ਪਸਤਰੀ ਉਹਰੇ ਲੁਚਿਤ ਬਦਸ਼ੀਓ ਨੇ ਅਗਲੀ ਪਿਛਲੀ ਜਿਹੜੀ ਹੈ ਕੋਮੋਂਕੁਏ ਐਂਤਰੋ ਇਲ ਲਿਮਿਤੀ ਦੀ ਸਾਗੋਮਾ ਦੇ ਵਿਕੋਲ ਹੀ ਗੱਡੀ ਦੀ ਲਿਮਿਟ ਜਿਹੜੀ ਹੈ ਨਾ ਸਾਗੋਮੇ ਦੀ ਸ਼ਕਲ ਦੀ ਉਹਦੇ ਤੋਂ ਵੱਧ ਨਹੀਂ ਹੋਣਾ ਚਾਹੀਦਾ 30 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ ਵੀ ਠੀਕ ਹੈ ਯਾਨੀ ਕਿ ਅਗਲੀ ਹੈ ਪਿਛਲੀ ਸਾਈਡ ਤੋਂ ਲੈ ਕੇ 30 ਸੈਂਟੀਮੀਟਰ ਤੱਕ ਅਗਲੀ ਹੈ ਪਿਛਲੀ ਲੁਚੇ ਪੋਜੀਸ਼ਨ ਲੈ ਕੇ 30 ਸੈਂਟੀਮੀਟਰ ਸੱਜੇ ਖੱਬੇ ਵਧਾ ਸਕਦੇ ਉਧਰੋਂ ਕੰਪੇਅਰ ਹੋਇਆ ਠੀਕ ਹੈ ਅੱਗੇ ਕਹਿੰਦੇ ਨੇ ਪੇ ਇਹ ਵਿਆਤਾਰ ਤੋਂ ਟਰਾਂਸਪੋਰਟ ਆ ਰਹੇ ਹੋ ਤਰੇਨਾਰ ਇੱਕ ਉਹਦੇ ਕਹਿੰਦੇ ਟਰਾਂਸਪੋਰਟ ਕਰਨਾ ਔਰ ਤਰੇਨਾਰ ਟੋ ਪਾ ਖਿੱਚਣਾ ਚੀਜ਼ਾਂ ਬਣਾਈ ਹੈ ਸੁਲ ਤਰੇਨੋ ਜ਼ਮੀਨ ਦੇ ਉੱਤੇ ਹੈ ਜਿਹੜੀ ਜ਼ਮੀਨ ਦੇ ਉੱਤੇ ਕਹਿੰਦੇ ਸਤ੍ਰੀਚਿਆਨੋ ਸੁਲ ਤਰੇਨੋ ਜਿਹੜੀ ਜ਼ਮੀਨ ਦੇ ਉੱਤੇ ਰਗੜ ਲੱਗਦੀ ਹੋਵੇ ਜਿਹਨਾਂ ਚੀਜ਼ਾਂ ਦੀ ਠੀਕ ਹੈ ਅਨ ਕਿਸੇ ਪਾਰਤ ਸੁਸਤਨੂ ਦੀ ਰੋਹ ਅਤੇ ਭਾਵੇਂ ਟਾਇਰਾਂ ਵਾਲੀ ਸਾਈਡ 'ਤੇ ਵੀ ਹੋਣ ਠੀਕ ਹੈ ਕਿੱਧਰ ਵੀ ਹੋਵਣ ਨਾ ਜਿਹੜੀ ਜ਼ਮੀਨ 'ਤੇ ਰਗੜ ਲੱਗ ਲੱਗੀ ਚੀਜ਼ਾਂ ਦੀ ਉਹ ਤੁਸੀਂ ਟਰਾਂਸਪੋਰਟ ਨਹੀਂ ਕਰ ਸਕਦੇ ਆ ਵੀ ਠੀਕ ਹੈ ਦਰੁਸਤ ਕਰਨ ਪੇਅਰ ਹੋਇਆ ਵੀ ਅੱਗੇ ਕਹਿੰਦੇ ਨੇ ਪਏ ਸੁਲ ਕਾਰਿਕ ਸੇ ਇਲ ਕਾਰਿਕ ਸਪੋਰ ਜੈਨ ਸਪੋਰ ਗਏ ਔਲਤਰੇ ਲਾ ਸਾਗੋਮਾ ਦਲ ਵਿਕੋਲੀ ਗੱਡੀ ਦੇ ਸਗੋਮੇ ਤੋਂ ਵੱਧ ਇਲ ਕੰਦ ਚੈਂਤ ਦੇਵੇ ਅਦ ਉਤਾਰੇ ਤੂਤੇ ਲਗਾਓ ਤੇ ਡਰਾਈਵਰ ਨੂੰ ਚਾਹੀਦਾ ਸਾਰੀ ਇਹਤਿਆਤ ਕਰੇ ਇਹ ਦੋਨੀਆਂ ਮੁਨਾਸਬ ਇਹ ਦੇ ਵਿਤਾਰੇ ਪੈਰੀਕੁਲਰਲੀ ਅਲਤਰੀ ਉਤਾਰਨ ਦਸਰਾ ਦਾ ਜਿਹੜੇ ਦੂਜੇ ਰੋਡ 'ਤੇ ਨੇ ਉਹਨਾਂ ਲਈ ਖਤਰੇ ਤੋਂ ਬਚਾਏ ਠੀਕ ਹੈ ਦੂਸਰੇ ਕਿਨ ਬਿਵੇਰ ਹੋਇਆ ਡਰਾਈਵਰ ਨੂੰ ਚਾਹੀਦਾ ਹੈ ਜਿੰਨੀ ਕੁ ਇਹਤਿਆਤ ਕਰ ਸਕਦੇ ਕਰੇ ਔਰ ਦੂਜੇ ਜਿਹੜੇ ਹੈ ਨੇ ਸਾਰੇ ਰੋਡ ਦੇ ਉੱਤੇ ਉਹ ਉਹਨਾਂ ਉਹ ਖਤਰੇ ਤੋਂ ਬਚ ਸਕਣ ਦੂਸਰੇ ਕਿਨ ਬਿਵੇਰ ਹੋਇਆ ਕਹਿੰਦੇ ਕਾਰਿਕ ਪੋ ਸਪੋਰਜੇਰੇ ਲਤਰਾਲੇ ਮਿਹਨਤ ਸਪੋਰਜੇਰੇ ਕਰ ਸਕਦੇ ਕਾਰਿਕ ਸੱਜੇ ਖੱਬੇ ਸੇ ਕੁਸਤੀਜੀਤ ਦਾ ਕੋਜ਼ ਹੈ ਇਨਡਿਵਿਜੀਬਲ ਹੈ ਜੇ ਬਣਿਆ ਹੋਇਆ ਚੀਜ਼ਾਂ ਜਿਹੜੀਆਂ ਤਕਸੀਮ ਨਹੀਂ ਹੋ ਸਕਦੀਆਂ ਫਿਰ ਨੋ ਆ 3/10 ਜਿਹੜੀ 3/10 ਹੋਵਣ ਜਿਹੜਾ ਲੜਗੇ ਤੋਂ ਵਿਗੋਲੀ ਗੱਡੀ ਚੁੜਾਈ ਹਿਸਾਬ ਦਾ ਗੱਡੀ ਦੀ ਚੁੜਾਈ ਦੇ ਹਿਸਾਬ ਨਾਲ 3/10 ਤੁਸੀਂ ਲਟਕਾ ਸਕਦੇ ਹੋ ਸੱਜੇ ਖੱਬੇ ਇਹ ਲੁੰਗੇ ਦਾ ਹੁੰਦਾ ਤਾਂ ਫਿਰ ਠੀਕ ਹੋਣਾ ਸੀ ਔਰ ਪਿਛਲੀ ਸਾਈਡ ਦਾ ਹੁੰਦਾ ਫਿਰ ਠੀਕ ਸੀ ਇਸ ਕਰਕੇ ਫਾਲਸ ਹੋਇਆ ਕਹਿੰਦੇ ਨੇ ਇਹ ਕੌਨਸੈਂਤੀ ਤੋਂ ਟਰਾਂਸਪੋਰਟ ਆ ਰਹੇ ਜ਼ਿਆਦਾਤਰ ਟਰਾਂਸਪੋਰਟ ਕਰਨ ਦੀ ਉਹ ਤਰੇਨਾਰੇ ਆਟੋ ਪਾ ਖਿੱਚਣ ਦੀ ਕੋਜ਼ ਕੇ ਸਤ੍ਰੀਚਿਆਂ ਨੂੰ ਸੁਲ ਤਰੇਨੋ ਜਿਹੜੇ ਜ਼ਮੀਨ ਤੋਂ ਉੱਤੇ ਰਗੜ ਲੱਗਦੀ ਚੀਜ਼ਾਂ ਦੀ ਸੇ ਪਰ ਅਤੇ ਸੁਸਤ ਨੂੰ ਤੁਰੋਤ ਜੇ ਟਹਿਰਾਂ ਸਾਈਡ 'ਤੇ ਹੋਣ ਨਹੀਂ ਟਹਿਰਾਂ ਸਾਈਡ 'ਤੇ ਹੋਣ ਫਿਰ ਵੀ ਨਹੀਂ ਲੈ ਕੇ ਜਾ ਸਕਦੇ ਇਸ ਕਰਕੇ ਫਾਲਸ ਹੋਇਆ ਅੱਗੇ ਆ ਜਾਓ ਕਹਿੰਦੇ ਨੇ ਬੇ ਚਿਰਕੁਲਾਨ ਤੋਂ ਦੇਤਰਾ ਦਿਨ ਵਿਕੋਲੀ ਜੇ ਗੱਡੀ ਦੇ ਪਿੱਛੇ ਚੱਲਦੇ ਹੋ ਬਿਕ ਦੇ ਐਦ ਉਹਨਾਂ ਵਿਕੋਲੀ ਗੱਡੀ ਦੇ ਕਿ ਟਰਾਂਸਪੋਰਟ ਆ ਉਹਨਾਂ ਕਾਰੀ ਕੋ ਜਿਹੜੀ ਟਰਾਂਸਪੋਰਟ ਕਰਦੀ ਹੈ ਵੀ ਕਾਰੀ ਕੋ ਇਨ ਕਰ ਕੋਈ ਪੈਰੀਕੁਲੋ ਦੀ ਕਦੇਰ ਜਿਹੜਾ ਜਿਹਦਾ ਖਤਰਾ ਹੈ ਡਿੱਗਣ ਦਾ ਠੀਕ ਹੈ ਯੋ ਪਰਤੂਨ ਮੰਤਾਰੇ ਦਿਸੈਂਸ ਕਰੋ ਮੁਨਾਸਬ ਅਤੇ ਵਧਾ ਲਓ ਦਿਸੈਂਸ ਕਰ ਜਾ ਸਪੈਸ਼ੀਅਸ ਇਹ ਸੀ ਇਨਸਾ ਲਈ ਤਾਂ ਸਪੈਸ਼ਲੀ ਜੇ ਤੁਸੀਂ ਚੜ੍ਹਾਈ ਦੇ ਵਿੱਚ ਹੋਵੇ ਤਾਂ ਦੂਸਰੇ ਕਰਨ ਬਿਵੇਰ ਹੋਇਆ ਕਿਉਂਕਿ ਅਗਲੇ ਦਾ ਸਮਾਨ ਡਿੱਗਣ ਵਾਲਾ ਨਾ ਤਾਂ ਜੇ ਅਗਲਾ ਸਮਾਨ ਡਿੱਗਦਾ ਤਾਂ ਤੁਸੀਂ ਬ੍ਰੇਕ ਮਾਰ ਸਕੋ ਪਹਿਲੇ ਵੀ ਤੁਹਾਡੇ ਪਰ ਨਾ ਕੇ ਡਿੱਗੇ ਠੀਕ ਹੈ ਸਪੈਸ਼ਲੀ ਜੋ ਚੜ੍ਹਾਈ ਦੇ ਵਿੱਚ ਡਿਸਟੈਂਸ ਕਰ ਜਾ ਵਧਾ ਲਓ ਬਿਵੇਰ ਹੋਇਆ ਤੁਸੀਂ ਜੇ ਅਗਲੇ ਦਾ ਸਮਾਨ ਡਿੱਗਣ ਵਾਲਾ ਤੁਸੀਂ ਇਤਿਆਦ ਕਰੋ ਡਿਸਟੈਂਸ ਕਰ ਜਾ ਵਧਾ ਲਓ ਠੀਕ ਹੈ ਔਰ ਇਤਿਆਦ ਕਰੋ ਦੇਖੋ ਧਿਆਨ ਕਰੋ ਕਿ ਜੇ ਉਹ ਪ੍ਰੋਪਰ ਵੇ ਨਾਲ ਗੱਡੀ ਨਾਲ ਚਲਾ ਰਿਹਾ ਵੈ
ਤੇ ਜਾਂ ਸਟੈਬਲ ਨਾ ਹੋਵੇ ਸਮਾਨ ਉਹਦਾ, ਜਿਸ ਤਰੀਕੇ ਬਦਲ ਲਓ, ਜਦ ਓਵਰਟੇਕ ਕਰਨ ਦੀ ਕੋਸ਼ਿਸ਼ ਕਰੋ ਉਹਨੂੰ ਅਵਿਜ਼ਾਰ ਕਰਨ ਦੀ ਵੀ ਤੇਰਾ ਤੈਨੂੰ ਖਤਰਾ ਜਿਹੜਾ ਪੋਟੈਂਸ਼ੀਅਲ ਹੈ ਪੈਰੀਕਲੋ ਜਿਹੜਾ ਤਾਂ ਤੈਨੂੰ ਹੈ ਨਾ ਉਹਦਾ, ਉਹਨੂੰ ਇਨਫੋਰਮ ਵੀ ਕਰੋ। ਚਿਰਕਰਾਂ ਦੇ ਤਰ੍ਹਾਂ ਤੈਨੂੰ ਬੋਲੀ ਜੇ ਗੱਡੀ ਦੇ ਪਿੱਛੇ ਚੱਲਦੇ ਹੋ ਕਿ ਆਹ ਹੁਣ ਕਾਰੀਕੋ ਇਨਸਟਾਬੀਲ ਹੈ ਜਿੱਦਾਂ ਕਾਰੀਕੋ ਇਨਸਟੈਬਲ ਹੈ। ਦੂਸਰੇ ਕੁਐਸਚਨ ਦੇ ਅਸੀਂ ਇਸਮਾਨ ਬਾਈ ਕਹਿੰਦੇ ਨੇ ਜਿਹੜਾ ਕਾਰੀਕੋ ਇਨਸਟੈਬਲ ਹੈ ਇਹ ਉੱਪਰ ਤੂੰ ਨੇ ਮਿੰਤਾ ਡਿਸਟੈਂਸ ਕਰੋ, ਕਹਿੰਦੇ ਮਿੰਤਾ ਦੱਸਦਾ ਹੈ ਵਧਾ ਲਓ ਡਿਸਟੈਂਸ ਕਰ ਜਾ, ਸੁਰਪਾਸਾ ਲਓ ਡਿਸਟੈਂਸ ਕਰੋ ਵਧਾ ਲਓ ਔਰ ਓਵਰਟੇਕ ਕਰ ਲਓ ਆਪੇ ਨਾ ਪੋਸੀਬਲ ਹੈ, ਜਦੋਂ ਪੋਸੀਬਲ ਹੋਇਆ ਦੂਸਰੇ ਕਿਵੇਂ ਬਿਹੇਵੀਅਰ ਹੋਇਆ ਵੀ। ਚਿਰਕੁਲਾਰ ਦੋ ਦੇ ਤਰੋ ਇਹਦੂ ਨਾ ਵੀ ਕੋਲੋ ਜੇ ਗੱਡੀ ਦੇ ਪਿੱਛੇ ਚੱਲਦੇ ਹੋ ਕਿ ਟਰਾਂਸਪੋਰਟ ਤੁਹਾਨੂੰ ਕਾਰੀਕੋ ਕਿਸ਼ਤਾ ਪਰ ਕਦੇ ਰਹੇ ਜਿਹੜਾ ਟਰਾਂਸਪੋਰਟ ਕਰਦੀ ਕਾਰੀਕੋ ਜਿਹੜਾ ਡਿੱਗਣ ਵਾਲਾ ਹੈ ਇਹ ਪਰਤੂਨ ਹੈ ਵਰਤੀ ਰੇ ਮੁਨਾਸਿਬ ਹੈ ਇਨਫੋਰਮ ਕਰੋ ਇੱਕ ਅੰਦੂ ਚੈਂਤ ਦਿਲ ਪੋਟੈਂਸੀਅਲ ਪੈਰੀਕਲੋ, ਕਹਿੰਦੇ ਮੁਨਾਸਿਬ ਤੁਸੀਂ ਇਨਫੋਰਮ ਕਰੋ ਪੋਟੈਂਸੀਅਲ ਪੈਰੀਕਲੋ ਦਾ, ਦੂਸਰੇ ਕਿਵੇਂ ਬਿਹੇਵੀਅਰ ਹੋਇਆ ਜਿਹੜਾ ਪੋਟੈਂਸੀਅਲ ਪੈਰੀਕਲੋ ਦਾ, ਤੁਸੀਂ ਉਹਨੂੰ ਅਗਲੇ ਨੂੰ ਇਨਫੋਰਮ ਕਰੋ ਓਵਰਟੇਕ ਕਰੋ, ਕੋਸ਼ਿਸ਼ ਕਰੋ ਕਿ ਅਗਲੇ ਨੂੰ ਵੀ ਪਤਾ ਲੱਗ ਜਾਏ ਕਿ ਤੈਨੂੰ ਕੋਈ ਖਤਰਾ ਹੈ। ਚਿਰਕੁਲਾਂ ਤੋਂ ਪਹਿਲੀਆਂ ਦੋ ਲਾਈਨਾਂ ਤਕਰੀਬਨ ਸੇਮ ਨੇ ਸਾਰੀਆਂ, ਠੀਕ ਹੈ। ਕਹਿੰਦੇ ਚਿਰਕੁਲਾਂ ਦੇ ਤਰ੍ਹਾਂ ਗੋਲੀ ਕਿਹਾ ਪਕਾਰੀ ਕੋ ਪੋਕੋ ਸਿਕਿਓਰ ਘੱਟ ਸਿਕਿਓਰ ਸਮਾਨ ਹੈ, ਡਿੱਗਣ ਵਾਲਾ ਖਰਾਬ ਹੈ ਲਟਕਿਆ ਹੋਇਆ ਇੱਕ ਵੇਲੇ, ਜਿਵੇਂ ਕੋਨਵੀਅਨ ਹੀ ਮੁਨਾਸਿਬ ਹੈ ਨੋ ਸਤਾਰ ਲਈ ਤਰੁੱਪ ਵਿਚੀ ਨੂੰ ਮੁਨਾਸਿਬ ਹੈ, ਤੁਸੀਂ ਯੁੱਧ ਬਹੁਤ ਜ਼ਿਆਦਾ ਨਜ਼ਦੀਕ ਨਾ ਜਾਓ, ਕੋਸੀ ਰੀ ਉਸ਼ੀਰ ਹੈ ਆ ਫਿਰ ਮਾਰਸੀ ਇਸ ਤਰ੍ਹਾਂ, ਕਿਉਂਕਿ ਤੁਸੀਂ ਜ਼ਿਆਦਾ ਨੇੜੇ ਨਹੀਂ ਜਾਓਗੇ ਤੁਸੀਂ ਫਿਰ ਮਾਰਸੀ ਕਰ ਸਕਦੇ ਹੋ ਰੁਕ ਸਕਦੇ ਹੋ, ਇਨ ਟੈਂਪੋ ਟਾਈਮ ਸਿਰ ਇਨ ਕਾਹ ਤੋਂ ਦੀ ਕਦੂ ਤਾਂ ਦਿਲ ਮਾਰਚੀ ਟਰਾਂਸਪੋਰਟ ਤਾਂ ਇਨ ਕੇ ਜੇ ਡਿੱਗਦਾ ਸਮਾਨ ਜਿਹੜਾ ਟਰਾਂਸਪੋਰਟ ਕਰ ਲੱਗੇ ਤਾਂ, ਦੂਸਰੇ ਕਿਵੇਂ ਬਿਹੇਵੀਅਰ ਹੋਇਆ ਵੀ ਤੁਸੀਂ ਟਾਈਮ ਸਿਰ ਰੁਕ ਸਕੋਗੇ ਜੇ ਸਮਾਨ ਟਰਾਂਸਪੋਰਟ ਕਰ ਲੱਗੇ ਜਿਹੜਾ ਡਿੱਗਦਾ ਤਾਂ। ਕਹਿੰਦੇ ਚਿਰਕਲਾਂ ਦੇਤਰੋ ਇਦ ਉਹਨਾਂ ਵੀ ਕੋਲ ਜੇ ਚੱਲਦੇ ਪਿੱਛੇ ਗੱਡੀ ਦੇ ਕੇ ਹਾ ਉਹਨਾਂ ਕਾਰੀਕੋ ਇਨਸਟਾਬੀਲ ਹੈ ਜਿਹਦਾ ਕਾਰੀਕੋ ਇਨਸਟੈਬਲ ਹੈ, ਬਿਜ਼ੋਨੀਆ ਸਤਾਰੇ ਅਤੈਂਤੀ ਲਾਜ਼ਮੀ ਅਟੈਂਸ਼ਨ ਵਿੱਚ ਰਹੋ ਸੋਪਰਤੂ ਤੋਂ ਸਪੈਸ਼ਲੀ ਕੁਆਂਦੋ ਫਰੇਨਾ ਉਹ ਸਵਲਤ ਆ ਜਿਸ ਟਾਈਮ ਤੁਸੀਂ ਬਰੋਕ ਬ੍ਰੇਕਾਂ ਮਾਰਦੇ ਹੋ ਜਾਂ ਮੁੜਦੇ ਹੋ, ਪਰ ਪੋਸੀਬਲ ਹੈ ਕਦੂ ਤਾਂ ਦਿਲ ਮਾਰਚੀ ਟਰਾਂਸਪੋਰਟ ਆ ਤਾਂ, ਜਿਹਦੇ ਵਿੱਚ ਪੋਸੀਬਲ ਹੈ ਕਿ ਜਿਹੜਾ ਤੁਸੀਂ ਟਰਾਂਸਪੋਰਟ ਜਿਹੜਾ ਸਮਾਨ ਟਰਾਂਸਪੋਰਟ ਕਰਦਾ ਪਿਆ ਨਾ ਪਿਆ ਜੋ ਬ੍ਰੇਕਾਂ ਮਾਰਦਾ ਜਾਂ ਮੁੜਦਾ ਵਗੈਰਾ ਤਾਂ ਜ਼ਿਆਦਾ ਟੈਂਸ਼ਨ ਲਵੋ ਦੀ, ਠੀਕ ਹੈ। ਦੁਰੁਸਤ ਕਰਨ ਬਿਹੇਵੀਅਰ ਹੋਇਆ ਵੀ ਜ਼ਿਆਦਾ ਟੈਂਸ਼ਨ ਲੈਣੀ ਹੈ ਜੇ ਉਹ ਮੁੜਦਾ ਛੁੜਦਾ ਬ੍ਰੇਕਾਂ ਛੇਕਾਂ ਮਾਰਦਾ, ਠੀਕ ਹੈ, ਇਸ ਤਰ੍ਹਾਂ ਦਾ ਕੰਮ ਕਰਦਾ ਨਾ ਤਾਂ ਉਹਦੇ ਵਿੱਚ ਸਮਾਨ ਠੀਕਣ ਦਾ ਖਤਰਾ ਵੱਧ ਜਾਂਦਾ ਹੈ। ਚਿਰਕੁਲਾਂ ਦੇ ਤਰ੍ਹਾਂ ਤੁਹਾਨੂੰ ਵੀ ਕੋਲ ਜੇ ਚੱਲਦੇ ਪਿੱਛੇ ਗੱਡੀ ਦੇ ਕਿ ਹਾ ਉਹਨਾਂ ਕਾਰੀਕੋ ਸਪੁਰ ਜਾਂਦੇ ਜਿਹਦਾ ਕਾਰੀਕੋ ਸਪੁਰ ਜਾਂਦੇ ਹੈ ਪੋ ਰਿਜ਼ੁਲਤਾਰ ਫੀਚੀਲੇ, ਕਹਿੰਦੇ ਮੁਸ਼ਕਲ ਹੋ ਸਕਦਾ ਹੈ ਆ ਕੋਰਜੇਅਰ ਸੀ ਕਿ ਅਤੈਂਦ ਇਨ ਤੈਂਦ ਸਵਲਤਾਰੇ, ਕਹਿੰਦੇ ਪਤਾ ਲਵਾਉਣਾ ਮੁਸ਼ਕਲ ਹੋ ਸਕਦਾ ਜੇ ਉਹ ਸਵਲਤਾਰੇ ਕਰਨਾ ਚਾਹੁੰਦਾ ਕੋਈ ਮੋੜਨਾ ਚਾਹੁੰਦਾ ਹੈ, ਸੇਲੀ ਇੰਡੀਕਾਤੋਰੀ ਦ੍ਰਿਸ਼ਿਓ ਨੇ ਸੋਨੋ ਨਸਕੋਸਤੀ ਦਿਲਾ ਮਰਚੇ ਪੈਨਜ਼ੋਲਾਨ ਤੇ, ਕਹਿੰਦੇ ਜਿਹੜੇ ਇੰਡੀਕੇਟਰ ਡਰੈਕਸ਼ਨ ਵਾਲੇ ਜੇ ਛੁੱਪੇ ਹੋਏ ਹੋਣ ਮਰਚ ਸਮਾਨ ਪੈਨਜ਼ੋਲਾਂ ਤੇ ਜਿਹੜਾ ਲਟਕਿਆ ਹੋਇਆ ਸਮਾਨ ਹੈ ਜੀ ਉਹਦੇ ਪਿੱਛੇ ਛੁੱਪੇ ਹੋਣ ਦੇ, ਦੁਰੁਸਤ ਕਰਨ ਬਿਹੇਵੀਅਰ ਹੋਇਆ ਕਿਉਂਕਿ ਜੇ ਪਿੱਛੇ ਕਿਸੇ ਦਾ ਸਮਾਨ ਲਟਕਿਆ ਹੋਇਆ ਔਰ ਇਸ਼ਾਰੇ ਸ਼ੁਰੂ ਨਹੀਂ ਨਜ਼ਰ ਆਉਂਦੇ ਜੋ ਮੁੜਦਾ ਇੰਡੀਕੇਟਰ ਲਾਉਂਦੇ ਮੁਮਕਨ ਨਜ਼ਰ ਹੀ ਨਾ ਆਵਣ। ਚਿਰਕੁਲਾਂ ਦੇ ਤਰ੍ਹਾਂ ਤੈਨੂੰ ਵੀ ਗੋਲੀ ਜੇ ਚੱਲਦੇ ਪਿੱਛੇ ਗੱਡੀ ਦੇ ਕਿ ਟਰਾਂਸਪੋਰਟ ਤੁਹਾਨੂੰ ਕਾਰੀ ਕਿਉਂਕਿ ਸਤਾ ਪਰਕਾ ਦੇ ਰਹੇ ਜਿਹਦਾ ਜਿਹਦਾ ਪਿੱਛੇ ਜਿਹਦਾ ਕੋਈ ਸਮਾਨ ਹੈ ਜਿਹੜਾ ਕਿਹੜੇ ਡਿੱਗਣ ਵਾਲਾ ਸਮਾਨ ਹੈ ਕੋਨਵੀਅਨ ਸਤਾਰ ਸਤਰੀਨ ਜੇਅਰ ਸੀ ਇਲ ਪਿਊ ਵਿੱਚੀ ਨੋ ਪੋਸੀਬਲ ਹੈ, ਕਹਿੰਦੇ ਮੁਨਾਸਿਬ ਜਿੰਨਾ ਜ਼ਿਆਦਾ ਨਜ਼ਦੀਕ ਪੋਸੀਬਲ ਹੋਇਆ ਹੋ ਜਾਓ, ਅਲਮਰਜੀ ਨੇ ਸਿਨਿਸਤਰ ਦਲ ਕਰਜ਼ਾ ਦੇ ਕਰਜ਼ਾ ਦੇ ਖੱਬੇ ਕਿਨਾਰੇ ਦੇ, ਗਲਤ ਕਿਨ ਫਾਲਸ ਹੋਇਆ ਖੱਬੇ ਕਿਨਾਰੇ ਦੇ ਕਰਜ਼ਾ ਦੇ ਨੇੜੇ ਹੋਣ ਦੀ ਕੋਈ ਲੋੜ ਨਹੀਂ, ਇਸ ਕਰਕੇ ਖੱਬੇ ਹੋ ਕੇ ਕੋਈ ਫਾਇਦਾ ਨਹੀਂ ਹੋਣ ਲੱਗਾ, ਠੀਕ ਹੈ, ਇਸ ਕਰਕੇ ਕਿਉਂਕਿ ਤੁਸੀਂ ਰਹਿਣਾ ਸੱਜੇ ਭੱਲੇ ਜਾਂ ਜਦੋਂ ਓਵਰਟੇਕ ਕਰਨਾ ਉਸ ਸੂਰਤ ਵਿੱਚ ਖੱਬੇ ਪੱਲੇ, ਕਿਉਂਕਿ ਖੱਬੇ ਵਾਲੀ ਕੁਰਸੀ ਓਵਰਟੇਕ ਲਈ ਹੁੰਦੀ ਹੈ, ਇਸ ਕਰਕੇ ਐਵੇਂ ਖੱਬੇ ਪੱਲੇ ਨਹੀਂ ਹੋਣਾ ਹੈ ਵੀ, ਠੀਕ ਹੈ, ਇਸ ਕਰਕੇ ਫਾਲਸੋ ਮੁਮਕਨ ਉਹਨੇ ਖੱਬੇ ਪੱਲੇ ਸੁੱਟਣਾ ਹੋਵੇ ਸਮਾਨ। ਕਹਿੰਦੇ ਚਿਰਕੁਲਾਂ ਦੇ ਤਰ੍ਹਾਂ ਤੈਨੂੰ ਗੋਲੀ ਜੇ ਚੱਲਦੇ ਹੋ ਪਿੱਛੇ ਤੁਸੀਂ ਗੱਡੀ ਦੇ ਕਿ ਟਰਾਂਸਪੋਰਟ ਤਾਂ ਆਉਣੋ ਕਾਰੀ ਕੋ ਪੋਕਸ ਦਾ ਕਿਉਰ ਘੱਟ ਸਿਕਿਓਰ ਜਿਹੜਾ ਸਮਾਨ ਟਰਾਂਸਪੋਰਟ ਕਰ ਰਹੇ ਨੇ ਕੋਨਵੀਅਨ ਇਸ ਪੁਸਤਾਰ ਸੀ ਸਲੂਕ ਗੋਲੇ ਮਰਜੀ ਨੇ ਸਨਿਸਤਰਾ ਦਿਲਾ ਕਰਜਾ ਤਾਂ, ਕਹਿੰਦੇ ਮੁਨਾਸਿਬ ਖੱਬੇ ਕਿਨਾਰੇ ਹੋ ਜਾ ਕਰਜਾ ਦੇ, ਖੱਬੇ ਕਿਨਾਰੇ ਕਦ ਤੋਂ ਆਉਣਾ ਜਾਂ ਤਾਂ ਤੁਸੀਂ ਓਵਰਟੇਕ ਕਰਨਾ ਫਿਰ ਤੁਸੀਂ ਖੱਬੇ ਕਿਨਾਰੇ ਹੋ ਕਰ ਲਓ, ਨਾਰਮਲੀ ਤੁਸੀਂ ਸੱਜੇ ਕਿਨਾਰੇ ਆਉਂਦੇ ਡਿਸਟੈਂਸ ਕਰੀਏ ਵਧਾਉਣਾ ਹੁੰਦਾ ਨਾ ਕਿ ਤੁਸੀਂ ਖੱਬੇ ਕਿਨਾਰੇ ਹੋ ਜਾਓਗੇ ਵੱਜ ਜਾਓਗੇ, ਗਲਤ ਕਹਿੰਦੇ ਫਾਲਸੋ ਹੈ ਮੁਮਕਿਨ ਸਮਾਨ ਉੱਧਰ ਡਿੱਗ ਪਊਗਾ, ਠੀਕ ਹੈ, ਇਸ ਕਰਕੇ ਫਾਲਸੋ। ਚਿਰਕਲਾਂ ਦੇ ਤਰ੍ਹਾਂ ਗੋਲੀ ਕੇ ਟਰਾਂਸਪੋਰਟ ਤਾਂ ਉਹਨਾਂ ਕਾਰੀ ਕੋ ਕੇ ਸਤਾ ਪਰ ਕਦੇ ਰੇ, ਇਹ ਤਾਂ ਤੁਹਾਨੂੰ ਲੈਣਾ ਸਾਰੀਆਂ ਸੇਮ ਨੇ, ਠੀਕ ਹੈ। ਕਹਿੰਦੇ ਜੇ ਗੱਡੀ ਵਿੱਚ ਚੱਲਦੇ ਜਿਹੜਾ ਟਰਾਂਸਪੋਰਟ ਕਰਦੇ ਸਮਾਨ ਜਿੱਦਾਂ ਡਿੱਗਣ ਵਾਲਾ ਹੈ ਕੋਨਵੀਅਨ ਇਸ ਪੁਸਤਾਰ ਲਓ ਸੁਰਪਸਾਰ ਲਓ ਉਸ ਵੀ ਤੋਂ ਕਹਿੰਦੇ ਮੁਨਾਸਿਬ ਹੈ ਉਸ ਵੀ ਤੋਂ ਓਵਰਟੇਕ ਕਰੋ, ਅਨ ਕਿਸੇ ਇਨ ਕੁਰਵਾ ਭਾਵੇਂ ਕੁਰਵੇ ਵਿੱਚੋਂ ਤਾਂ, ਗਲਤ ਕਹਿੰਦੇ ਫਾਲਸ ਹੋਇਆ ਕੁਰਵੇ ਵਿੱਚੋਂ ਤਾਂ ਓਵਰਟੇਕ ਨਹੀਂ ਕਰ ਸਕਦੇ ਹੈ ਵੀ, ਠੀਕ ਹੈ, ਫਿਰ ਡਿਸਟੈਂਸ ਕਰੀਏ ਵਧਾ ਲਓ ਨਾ ਓਵਰਟੇਕ ਨਹੀਂ ਕਰ ਸਕਦੇ ਕੁਰਵੇ ਵਿੱਚ, ਇਸ ਕਰਕੇ ਫਾਲਸ ਹੋਇਆ ਕਿਉਂਕਿ ਤੁਸੀਂ ਉਹਦੇ ਤੋਂ ਬੱਚੋ ਓਵਰਟੇਕ ਕਰਨ ਲੱਗੇ ਹੋ ਕੁਰਵੇ 'ਚ, ਅੱਗੂ ਆ ਕੇ ਤੁਹਾਨੂੰ ਮਾਰ ਜਾਏਗਾ ਉਹ ਤੁਹਾਡਾ ਰਿਵੋਕਾ ਵੇਚਣਾ ਪਤੰਦੇ ਜੁਰਮਾਨਾ ਵੀ ਪਾਰ ਆਵੇਗਾ ਤੁਸੀਂ ਦੂਜੀ ਸਾਈਡ 'ਤੇ ਜਾਓ ਕੁਰਵੇ 'ਚ ਤਾਂ।
ਕਹਿੰਦੇ ਚਿਰਕਲਾਂ ਦੇ ਤਰਫ ਗੋਲੀ ਜੇ ਗੱਡੀ ਪਿੱਛੇ ਚੱਲਦੇ ਹੋ ਕਿ ਟਰਾਂਸਪੋਰਟ ਉਹਨਾਂ ਕਾਰੀ ਕੋ ਕਿ ਸਤਾ ਪਰ ਕਦੇਰ ਹੈ ਜਿਹਦਾ ਸਮਾਨ ਡਿੱਗਣ ਵਾਲਾ ਹੈ ਇਕਨਵੀਅਨਸ ਰਿਸਤਾਰ ਸੀ ਮੁਨਾਸਬ ਰੁਕ ਜਾਓ ਬੁਰਸ਼ ਕਮੈਂਟ ਤੇ ਅਚਾਨਕ ਰੁਕ ਜਾਓ ਰਿਸਪੈਤਾਂਦੋ ਸੋਲੋ ਕੁਆਂਦੋ ਲੀ ਅਲਤਰੀ ਵਿਕੋਲੀ ਚੀ ਆਬਿਆਨੋ ਸੁਰ ਸੁਪੇਰਾਤੋ ਕਹਿੰਦੇ ਰਿਸਪੈਕਟ ਕਰੋ ਸਿਰਫ ਜਿਸ ਟਾਈਮ ਦੂਜੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਨੇ ਓਵਰਟੇਕ ਕਰ ਜਾਂਦੇ ਗਲਤ ਕਹਿੰਦੇ ਫਾਲਸ ਹੋਇਆ ਕਹਿੰਦੇ ਕਹਿੰਦੇ ਸਮਾਨ ਡਿੱਗਣ ਵਾਲਾ ਕਨਵੀਅਨ ਮੁਨਾਸਬ ਹੈ ਰਸਤਾ ਸੀ ਰੁਕ ਜਾਓ ਬੁਰਸ਼ਕਾ ਮੈਂ ਅਚਾਨਕ ਰੁਕ ਜਾਓ ਜੇ ਬੁਰਸ਼ਕਾ ਫਰੇਨਾਂ 'ਤੇ ਕਰੋਗੇ ਤਾਂ ਪਿਛਲੀ ਗੱਡੀਆਂ ਤੁਹਾਡੇ ਜਾ ਕੇ ਵੱਜਣਗੀਆਂ ਠੀਕ ਹੈ ਇਸ ਕਰਕੇ ਫਾਲਸ ਹੋਇਆ ਠੀਕ ਹੈ ਬੁਰਸ਼ਕੇ ਫਰੇਨਾਂ 'ਤੇ ਬੁਰਸ਼ਕੇ ਵਿੱਚ ਲੜਾ 'ਤੇ ਬੁਰਸ਼ਕੇ ਸਤਰਜ਼ਾ 'ਤੇ ਨਹੀਂ ਕਰ ਸਕਦੇ ਵੀ ਠੀਕ ਹੈ ਕਹਿੰਦੇ ਕਾਹਲੀ ਕੋ ਚਿਰਕੋਲਾਂ ਤੋਂ ਦੇਤਰਾ ਦੂਣਾ ਵਿਕੋਲ ਜੇ ਚੱਲਦੇ ਹੋ ਤੁਸੀਂ ਪਿੱਛੇ ਗੱਡੀ ਦੇ ਇਹ ਦੂਣਾ ਵਿਕੋਲ ਕਿ ਟਰਾਂਸਪੋਰਟ ਉਹਨਾਂ ਕਾਰੀ ਕੋ ਇਨਸਟਾਬੀਲ ਹੈ ਜਿਹੜਾ ਟਰਾਂਸਪੋਰਟ ਕਰਦੀ ਇੱਕ ਕਾਰੀ ਕੋ ਇਨਸਟੈਬਲ ਹੈ ਜਿਹੜਾ ਵਿਜੋ ਨੇ ਜ਼ਿੰਮੇਵਾਰ ਡਿਸਟੈਂਸ ਕਰੋ ਕਹਿੰਦੇ ਡਿਸਟੈਂਸ ਕਰੋ ਘਟਾ ਲਓ ਨਹਾਇਤ ਫਜ਼ੂਲ ਗੱਲ ਕੀਤੀ ਨੇ ਫਜ਼ੂਲ ਨਹੀਂ ਗੱਲ ਕੀਤੀ ਫਜ਼ੂਲ ਤਰੀਨ ਕੀਤੀ ਨੇ ਕਹਿੰਦੇ ਮੋਦੋ ਕਿ ਲੀ ਆਲਤਰੀ ਵਿਕੋਲ ਹੀ ਨੂੰਚਿਆਨੋ ਇਲ ਸੁਰ ਪਾਸੋ ਕਹਿੰਦੇ ਕਿ ਇਸ ਤਰ੍ਹਾਂ ਕਿ ਦੂਜੀਆਂ ਗੱਡੀਆਂ ਜਿਹੜੀਆਂ ਨੇ ਓਵਰਟੇਕ ਕਰ ਦੇਣ ਕਰਨਾ ਰਿਨਿਊਂਚਿਆਰ ਕੈਂਸਲ ਕਰ ਦੇਣ ਗਲਤ ਕਹਿੰਦੇ ਫਾਲਸ ਹੋਇਆ ਕਹਿੰਦੇ ਵੀ ਤੁਸੀਂ ਘੱਟ ਕਰ ਲਓ ਡਿਸਟੈਂਸ ਕਰੋ ਡਿਸਟੈਂਸ ਕਰੋ ਘੱਟ ਕਰੋਗੇ ਅਗਲੇ ਪਹਿਲੇ ਜ਼ਮੀਨ ਰੋਡ ਦੇ ਉੱਤੇ ਅਗਲੇ ਸਮਾਨ ਡਿੱਗਣਾ ਸੀ ਫਿਰ ਤੁਹਾਡੀ ਗੱਡੀ ਉੱਤੇ ਡਿੱਗੇਗਾ ਜੇ ਘੱਟ ਕਰੋਗੇ ਡਿਸਟੈਂਸ ਕਰੋ ਕਿਸੇ ਜ਼ਰੂਰਤ ਘੱਟ ਕਰ ਹੀ ਨਹੀਂ ਸਕਦੇ ਕਿਸੇ ਜ਼ਰੂਰਤ ਕਰ ਸਕਦੇ ਹਾਂ ਕਦੀ ਵੀ ਨਹੀਂ ਕਿਸੇ ਨੂੰ ਵੀ ਨਹੀਂ ਪਤਾ ਮੈਂ ਦੱਸਿਆ ਇਸ ਕਰਕੇ ਫਾਲਸੋ ਕਹਿੰਦੇ ਨੇ ਇਨ ਮੋਦੋ ਕੇ ਲਿਆਲਤਰੀ ਵਿਕੋਲੀ ਰਿਨਚਿਆਨ ਕੈਂਸਲ ਕਰਦੇ ਹਾਂ ਸੁਰ ਪਾਸੋ ਨੋਨ ਐਸੇਨ ਦੋ ਵੀ ਸਪੇਸ ਵੀ ਉਹ ਸਫੀਸ਼ੀਐਂਟ ਹੈ ਵੀ ਕਾਫੀ ਸਪੇਸ ਹੀ ਨਹੀਂ ਰਹਿਣਾ ਓਵਰਟੇਕ ਕਰਨ ਦਾ ਤਾਂ ਓਵਰਟੇਕ ਕਰਨੀ ਕਰ ਸਕਣ ਯਾਰ ਉਹਨੂੰ ਓਵਰਟੇਕ ਕਰਕੇ ਅੱਗੇ ਨਿਕਲ ਜਾਓ ਅਗਲੇ ਨੂੰ ਇਨਫੋਰਮ ਕਰੋ ਵੀ ਤੈਨੂੰ ਪਤੰਜਲੀ ਵਾਲੇ ਪੈਰੇ ਕੋਲ ਹੈ ਇਸ ਕਰਕੇ ਇਹ ਨਹੀਂ ਹੈ ਕਿ ਤੁਸੀਂ ਅਗਲੇ ਨੇ ਨੇੜੇ ਲਾ ਜਾਓ ਠੀਕ ਹੈ ਮੁਸੀਬਤ ਆਪਣੇ ਸਿਰ ਲੈ ਲਵੋ ਲਓ ਜੀ 735 ਨੰਬਰ ਪੇਜ ਇਹ ਕਰਕੇ ਸਪੋਰਚੈਂਟ ਦੇ ਪਿੱਛੇ ਲੱਗਣ ਵਾਲੀ ਪਿੰਨ ਲਵੋ ਠੀਕ ਹੈ ਜੀ ਇਹ ਹੈਗੀ 735 ਨੰਬਰ ਪੇਜ 17 ਨੰਬਰ ਚੈਪਟਰ ਕਹਿੰਦੇ ਨੇ ਪੇ ਸਿਗਨਲਾਈਜ਼ੇਸ਼ਨ ਦਾ ਸਪੋਰਚੈਂਟ ਦਾ ਕਾਰਿਕੋ ਸਿਗਨਲ ਹੈਗਾ ਕਾਰਿਕੋ ਸਪੋਰਚੈਂਟ ਦਾ ਇਹ ਪਿੰਨ ਫਿਗਰਾਤੋ ਦੇਵੇ ਇਸ ਤਰ੍ਹਾਂ ਮੈਸੋ ਅਲਾ ਇਸ ਤਰਮੀਦਾ ਦਿਲ ਕਾਰਿਕੋ ਕੇ ਸਪੋਰ ਗੇ ਦੇਤਰੋ ਅਲ ਵਿਕੋਲੀ ਕਹਿੰਦੇ ਇਸ ਬਾਹਰ ਦੀ ਸਾਈਡ ਦਾ ਕਾਰਿਕ ਹੁੰਦਾ ਜਿਹੜਾ ਸਪੋਰਜੇਰੇ ਹੁੰਦਾ ਗੱਡੀ ਦੇ ਪਿਛਲੀ ਸਾਈਡ ਦਾ ਬਾਹਰਲੀ ਸਾਈਡ ਦੇ ਪਿੱਛੇ ਠੀਕ ਹੈ ਹੁਣ ਸਪੋਰਜੇਰੇ ਸਪੋਰਜੈਂਜ਼ਾ ਠੀਕ ਹੈ ਸਪੋਰਜਗੋ ਨੂੰ ਇਹ ਚੀਜ਼ਾਂ ਨੂੰ ਤੁਸੀਂ ਜ਼ਹਿਨ ਵੀ ਬਿਠਾ ਲਓ ਔਰ ਲਿਖ ਲਵੋ ਸਪੋਰਜਰ ਹੁੰਦਾ ਪਿੱਛੇ ਜਿਹੜਾ ਗੱਡੀ ਦੇ ਸਿਗੋਮੇ ਤੋਂ ਬਾਹਰ ਪਿੱਛੇ ਬਾਹਰ ਵਧਿਆ ਹੁੰਦਾ ਸਮਾਨ ਜਾਂ ਲਟਕਿਆ ਹੁੰਦਾ ਸਮਾਨ ਸੀ ਕਿ ਬਾਹਰ ਨਿਕਲਿਆ ਹੁੰਦਾ ਇਹਦੇ 'ਤੇ ਉਹ ਸਮਾਨ ਲੱਦਿਆ ਜਾਏਗਾ ਇਸ ਸਮਾਨ 'ਤੇ ਲੱਗੇਗੀ ਜਿਹੜਾ ਸਮਾਨ ਗੱਡੀ ਦੇ ਪਿੱਛੇ ਜ਼ਿਆਦਾ ਓਵਰ ਲੰਬਾ ਹੋਵੇਗਾ ਔਰ ਉਹਦੇ ਪਿੱਛੇ ਲਟਕੀ ਹੋਵੇਗੀ ਇਹ ਪਨੀਲੋ ਯਾਨੀ ਕਿ ਆਖਰੀ ਕਿਨਾਰੇ 'ਤੇ ਭਾਵੇਂ ਥੋੜ੍ਹਾ ਜਿਹਾ ਵੀ ਹੋਵੇ ਭਾਵੇਂ 2 ਸੈਂਟੀਮੀਟਰ ਵੀ ਬਾਹਰ ਨਿਕਲਿਆ ਸਮਾਨ ਪਿੱਛੇ ਇਹ ਪਨੀਲੋ ਲੱਗਣੀ ਹੈ ਠੀਕ ਹੈ ਜੀ ਪਹਿਲੀ ਗੱਲ ਭਾਵੇਂ ਮੈਕਸੀਮਮ ਕਿੰਨਾ 3 ਸੈਂਟੀਮੀਟਰ ਤੱਕ ਪਿੱਛੇ ਲਟਕਾ ਸਕਦੇ ਹੋ ਸਮਾਨ ਉਹਦੇ ਪਿੱਛੇ ਪਨੇਲੋ ਲਾਉਣੀ ਹੈ ਸੱਜੇ ਖੱਬੇ ਨਹੀਂ ਲਾ ਸਕਦੇ ਸਿਰਫ ਪਿੱਛੇ ਜੇ ਪਿੱਛੇ ਦੋਵਾਂ ਸਾਈਡਾਂ ਦਾ ਸਮਾਨ ਹੋ ਗਿਆ 2 ਪਨੇਲੋ ਲੱਗਣਗੀਆਂ ਜੇ ਪਿੱਛੇ 1 ਸਾਈਡ ਦਾ ਸਮਾਨ ਹੋ ਗਿਆ 1 ਪਨੇਲੋ ਲੱਗੇਗੀ ਠੀਕ ਹੈ ਕਹਿੰਦੇ ਪਨੇਲੋ ਨੇ ਦਿਖਾਤੀ ਉਹ ਪਨੇਲੋ ਫਿਗਰਾ ਤੋਂ ਸਿਨਿਆਲੇ ਦੇ ਕਾਰੀ ਕੀ ਕਿਸ ਪੌਰਗਾ ਨੂੰ ਕਹਿੰਦੇ ਕਿਸ ਕਾਰੀ ਕੇ ਪੁਰਜੇ ਰਹੇ ਹੁੰਦਾ ਹੈ ਦਲਪਾਰ ਦੇ ਪੁਸਤਰੇ ਦਿਲ ਵਿਗੁਲੀ ਪਿਛਲੀ ਸਾਈਡ ਦਾ ਸਪੁਰਜੇ ਰਹੇ ਹੁੰਦਾ ਦੂਸਰੇ ਨੂੰ ਪੇਪੇਰ ਹੋਇਆ ਵੀ ਇਹ ਪਨੇਲੋ ਫਿਗਰਾ ਤੋਂ ਦੇਵੇ ਇਸ ਰੇ ਰਿਫਲੈਕਟਿਡ ਹੋਣੀ ਚਾਹੀਦੀ ਹੈ ਸਾਨੂੰ ਪਤਾ ਰਿਫਲੈਕਟਿਡ ਹੋਣੀ ਚਾਹੀਦੀ ਹੈ ਤਾਂ ਹੀ ਤਾਂ ਨਜ਼ਰ ਆਏਗੀ ਰਾਤ ਨੂੰ ਪਿਨਰ ਫਿਗਰਾ ਤੋਂ ਵਾਪ ਉਜ਼ਾ ਤੋਂ ਨੈਲ ਕਾਜ਼ੋ ਇਨ ਕਵੀ ਇਨ ਕਾਰੀ ਕੋ ਸਪੋਰ ਕੇ ਦੇਤਰ ਵਿਕੋਰੀ ਕਹਿੰਦੇ ਕਿ ਪਿਨਰ ਜਿਹੜੀ ਦੱਸਦੇ ਨੇ ਇਸ ਦਾ ਇਸਤੇਮਾਲ ਹੋਵੇਗਾ ਇਨ ਕੇਸ ਇੱਥੇ ਕਾਰੀ ਕੋ ਸਪੋਰ ਜਿਹੜੇ ਹੋਵੇਗਾ ਪਿਛਲੀ ਸਾਈਡ ਦੀ ਗੱਡੀ ਦੇ ਅਨ ਕਿਸੇ ਦੀ ਪੋਕ ਕੋ ਭਾਵੇਂ ਥੋੜ੍ਹਾ ਵੀ ਹੋਵੇ ਦੁਰੁਸਤ ਕਹਿੰਦੇ ਵੇਅਰ ਹੋਇਆ ਭਾਵੇਂ ਥੋੜ੍ਹਾ ਵੀ ਹੋਵੇ ਨਾ ਸਪੋਰ ਜਿਹੜੇ ਹੋਵੇ ਪਿਛਲੀ ਸਾਈਡ ਦਾ ਅਤੇ ਇਸ ਪਿਨਰ ਦਾ ਇਸਤੇਮਾਲ ਹੋਵੇਗਾ ਵੇਅਰ ਹੋਇਆ ਠੀਕ ਹੈ ਕਹਿੰਦੇ ਇਹ ਪਿਨੇਲੋ ਰਫਿਗਰਾਤ ਤੋਂ ਦੇਵੇ ਇਸ ਰੇ ਸਿਸਤੇਮਾ ਤੋਂ ਅਲਾ ਇਸ ਤਰਮੀ ਦਾ ਦਲਕਾਰੀ ਕੋ ਕਹਿੰਦੇ ਕਾਰੀ ਕੋ ਤੇ ਬਾਹਰਲੀ ਸਾਈਡ ਦਾ ਤੁਸੀਂ ਸਪੋਰਜੇਰੇ ਕਰਨਾ ਕਰ ਕੋ ਸਪੋਰਜੈਨ ਅਤੇ ਦਲ ਵਿਕੋਲੀ ਜੇ ਕਾਰੀ ਕੋ ਸਪੋਰਜੈਨ ਤੋਂ ਹੋਇਆ ਗੱਡੀ ਦੇ ਪਿੱਛੇ ਇਨ ਮੋਦੋ ਇਸ ਤਰ੍ਹਾਂ ਕੇਸੀਆ ਬੈਨ ਵਿਜੀਬਲੇ ਇਸ ਤਰ੍ਹਾਂ ਕਿ ਬੈਨ ਵਿਜੀਬਲੇ ਵਧੀਆ ਵਿਜੀਬਲ ਹੋਵੇ ਦੂਸਰੇ ਪਿਵੇਰ ਹੋਇਆ ਵਧੀਆ ਵਿਜੀਬਲ ਬਣਾਉਣ ਲਈ ਉਹਨੂੰ ਇਹਦੇ ਪਿੱਛੇ ਇਹ ਪਿਨੇਲੋ ਲੱਗੀ ਹੋਵੇਗੀ ਪਿਛਲੀ ਸਾਈਡ 'ਤੇ ਵੇਅਰ ਹੋਇਆ ਹੈਂ 6 ਨੰਬਰ ਸੀ ਕਿਹੜਾ ਸੀ 5 ਨੰਬਰ ਵਿੱਚ 6 ਨੰਬਰ ਪੜ ਗਏ ਹਨ ਪਾਈ ਨੰਬਰ ਕਹਿੰਦੇ ਵੀ ਇਸ ਤਰ੍ਹਾਂ ਮੈਸੋ ਸੂਈ ਵੀ ਗੋਲੀ ਗੁਆਸਤੀ ਕਹਿੰਦੇ ਖਰਾਬ ਗੱਡੀਆਂ ਦੇ ਪਿੱਛੇ ਵੀ ਲੱਗ ਸਕਦਾ ਖਰਾਬ ਗੱਡੀਆਂ ਦੇ ਵੀ ਪਿੱਛੇ ਲੱਗ ਸਕਦਾ ਠੀਕ ਹੈ
ਇਹ ਕੁਆਂਡੋ ਵੈਂਗਾਂ ਤੇ ਨਾਲ ਸਿਸਟਮ ਨੂੰ ਟੋਪਾ ਖਿੱਚਦੇ ਹੋ, ਠੀਕ ਹੈ। ਜਦ ਤੁਸੀਂ ਉਹਨਾਂ ਨੂੰ ਟੋਪਾ ਖਿੱਚਦੇ ਹੋ, ਨੋਨ ਫੰਕਸ਼ਨਾਨ ਲੂਚੇ ਦੀ ਐਮਰਜੈਂਸਾ ਔਰ ਜਿਸ ਟਾਈਮ ਉਹਨਾਂ ਲੂਚੇ ਦੀ ਐਮਰਜੈਂਸਾ ਨਾ ਕੰਮ ਕਰਦੀ ਹੋਵੇ। ਦੁਰਸਕਨ ਵੀ ਵੇਰ ਹੋਇਆ, ਜਿਸ ਟਾਈਮ ਉਹਨਾਂ ਲੂਚੇ ਦੀ ਐਮਰਜੈਂਸਾ ਜੇ ਨਾ ਕੰਮ ਕਰਦੀ ਹੋਵੇ, ਉਹਨੂੰ ਤੁਰੰਤ ਨਾਲ ਕਰੋਗੇ ਤਾਂ ਫਿਰ ਉਹਨਾਂ ਨੂੰ ਟੋਪਾ ਖਿੱਚਦੇ ਦੌਰਾਨ ਇਹਦਾ ਦਾ ਪ੍ਰਯੋਗ ਤੁਸੀਂ ਇਸਤੇਮਾਲ ਕਰ ਸਕਦੇ ਹੋ, ਠੀਕ ਹੈ। ਦੁਰਸਕਨ ਵੀ ਵੇਰ ਹੋਇਆ ਕਹਿੰਦੇ ਵੇ ਇਹ ਪਿਨਰੋ ਫਿਗਰਾ ਤੋਂ ਦੇ ਵੇ ਇਸ ਸਾਰੇ ਸਿਸਟਮਾਂ ਤੋਂ ਸਿਸਟਮਾਂ ਕਰਨੀਆਂ ਤੁਸੀਂ ਜੇ ਪਿਨਰ ਰੈਫਿਗਰੇਸ਼ਨ ਕਰ ਰਹੇ ਸਿਸਟਮ ਬਾਰੇ ਕਰਨੀ ਆ, ਇਸ ਤਰਮੀ ਤਾਂ ਬਾਹਰਲੀ ਸਾਈਡ ਹੈ ਕਾਰੀਕੋ ਸਪੋਰਜੈਨ 'ਤੇ, ਜਿੱਥੇ ਜਿਹੜਾ ਕਾਰੀਕੋ ਸਪੋਰਜੈਨ 'ਤੇ ਹੋਇਆ ਨਾ ਉਹਦੇ ਬਾਹਰਲੀ ਸਾਈਡ 'ਤੇ ਤੁਸੀਂ ਇੱਕ ਪਿਨਲੋ ਜਿਹੜੀ ਹੈ ਇਹ ਲਗਾਉਣੀ ਹੈ, ਠੀਕ ਹੈ। ਕਿ ਦਲ ਵੀ ਕੋਲ ਗੱਡੀ ਦੇ ਇਨ ਮੋਦੋ ਇਸ ਤਰ੍ਹਾਂ ਕਿ ਸੀ ਆ ਬੈਨ ਵਿਜੀਬਲ ਹੈ, ਇਸ ਤਰ੍ਹਾਂ ਕਿ ਵਧੀਆ ਵਿਜੀਬਲ ਹੋਵੇ, ਇਸ ਤਰ੍ਹਾਂ ਕਿ ਵਧੀਆ ਨਜ਼ਰ ਆਉਂਦਾ ਹੋਵੇ, ਠੀਕ ਹੈ। ਦੂਸਰੇ ਕਿ ਵੇਅਰ ਹੋਇਆ ਵੀ ਇਸ ਤਰ੍ਹਾਂ ਕਿ ਵਧੀਆ ਨਜ਼ਰ ਆਉਂਦਾ ਹੋਵੇ, ਇਸ ਤਰ੍ਹਾਂ ਹੀ ਤੁਸੀਂ ਬਾਹਰ ਲਿਖਣਾ ਤਾਂ ਲਾਣੀ ਹੈ। ਬੈਨ ਜਿਸ ਕੁਐਸਚਨ ਵਿੱਚ ਆਉਂਦੇ ਨਾ ਵੈਸੇ ਵੀ ਕੁਐਸਚਨ ਉਹ ਵੇਅਰ ਹੋ ਜਾਂਦੇ, ਠੀਕ ਹੈ। ਇਸ ਕਰਕੇ ਵੀ ਇਹ ਕੁਐਸਚਨ ਵੇਅਰ ਹੋ ਸੀ। ਕਹਿੰਦੇ ਪਿਨਲੋ ਇੰਟੀਗ੍ਰੇਟਿਵ ਰੈਫਿਗਰਾ ਤੋਂ ਜਿਹੜੀ ਪਿਨਲੋ ਰੈਫਿਗਰੇਸ਼ਨ ਕਰ ਰਹੇ ਨੇ, ਇਨਵੀਤਾ ਕੰਦੂ ਚਾਹੁੰਦੇ ਕਿ ਇਸਤਾ ਦੇ ਅੰਦਰੋਂ ਇਨਵਾਈਟ ਕਰਦੇ ਡਰਾਈਵਰ ਨੂੰ ਜਿਹੜਾ ਕਿ ਪਿੱਛੇ ਆਉਂਦਾ ਹੈ, ਪਿੱਛੇ ਵਾਲੇ ਡਰਾਈਵਰ ਨੂੰ ਇਨਵਾਈਟ ਕਰਦੇ ਨੇ। ਕਿ ਸੁਇਕਵੀ ਐਪਲੀਕਾ ਤੋਂ ਜਿਹਦੇ ਤੋਂ ਪੁੱਛ ਲੱਗਿਆ ਹੋਵੇ ਨਾ ਉਹਦੇ ਤੋਂ ਪਿਛਲੀ ਗੱਡੀ ਦੇ ਡਰਾਈਵਰ ਨੂੰ ਇਨਵਾਈਟ ਕਰਦੇ ਨੇ। ਆ ਚਿਰਕੁਲਾਰ ਕੌਣ ਪਰਟੀਕੁਲਾਰ ਦਿੰਦਾ ਵੀ ਚਲੋ ਤੁਸੀਂ ਬਹੁਤ ਜ਼ਿਆਦਾ ਸਾਵਧਾਨੀ ਇਤਿਹਾਦ ਦੇ ਨਾਲ। ਦੂਸ ਕਹਿੰਦੇ ਫਿਰ ਹੋਇਆ ਜਿਹੜੇ ਪਿੱਛੇ ਵਾਲਾ ਡਰਾਈਵਰ ਹੈ ਉਹਨੂੰ ਇਹੋ ਹੀ ਇਨਵਾਈਟ ਕਰਦੇ ਨੇ, ਯਾਨੀ ਕਿ ਕਹਿੰਦੇ ਨੇ ਕਿ ਜਿਹੜੇ ਪਿੱਛੇ ਵਾਲੇ ਡਰਾਈਵਰ ਨੇ ਉਹਨੂੰ ਪਤਾ ਹੋਵੇ ਕਿ ਕਾਰੀ ਕੁਛ ਪਰਜੈਂਟ ਤੇ ਹੋਇਆ, ਉਹ ਬਹੁਤ ਜ਼ਿਆਦਾ ਸਾਵਧਾਨੀ ਦੇ ਨਾਲ ਚੱਲਣ। ਦੂਸ ਕਹਿੰਦੇ ਫਿਰ ਹੋਇਆ ਵੀ ਪਿਨਰ ਰੈਫਿਗਰਾ ਤੋਂ ਸੀ ਸੀ ਊਦਾ ਸੋਲੋ ਸੇ ਇਲ ਕਾਰੀਕੋ ਸਪੋਰਜੇ ਸਪੋਰਗੇ ਦੀ ਆਲ ਤਰੇ ਤਰੇ ਦੀ ਚੀਜ਼ ਮੀ ਦਲਾ ਲੂੰਗੇ ਦਲ ਵੀ ਕੋਲ। ਕਹਿੰਦੇ ਨੇ ਕਹਿੰਦੇ ਪਿਨੈਲੋ ਜਿਹੜੀ ਰੈਫਿਗਰੇਸ਼ਨ ਕਰ ਰਹੇ ਨੇ ਇਹ ਇਸਤੇਮਾਲ ਹੋਵੇਗੀ ਸਿਰਫ ਕਾਰੀਕੋ ਸਪੋਰਜੇ ਦੇ ਜੇ ਕਰਦਾ ਆਲ ਤਰੇ ਤਰੇ ਦੀ ਚੀਜ਼ 3% ਤੋਂ ਵੱਧ। ਦੇਖੋ 3% ਤੋਂ ਵੱਧ ਨਹੀਂ, 1 ਸੈਂਟੀਮੀਟਰ ਵੀ ਸਪੋਰਜੇ ਦੇ ਕੀਤੇ ਨਾ ਉੱਥੇ ਵੀ ਲੱਗੇਗੀ। ਮੈਕਸੀਮਮ ਤਰੇ ਦੀ ਚੀਜ਼ ਮੀ ਤੁਸੀਂ 3% ਜਿਹੜਾ ਹੈ ਪਿੱਛੇ ਲਟਕਾ ਸਕਦੇ ਹੋ, ਅਲਤਰੇ ਤਰੀ ਦੀ ਚੀਜ਼ ਵੀ ਨਹੀਂ ਕਰ ਸਕਦੇ, ਠੀਕ ਹੈ। ਇਸ ਕਰਕੇ ਫਾਲਸੋ, ਕਿਉਂਕਿ ਅਲਤਰੇ ਤਰੇ ਦੀ ਚੀਜ਼ ਵੀ ਹੋ ਗਈ ਤਾਂ ਕਰਕੇ ਸਪੋਰਜੈਨ 'ਤੇ ਹੋਏ ਜਿਹੜਾ ਇਹ ਵੀ ਕੋਲ ਚਸ਼ਨਾਲੇ ਵਿੱਚ ਆ ਜਾਏਗੀ, ਠੀਕ ਹੈ। ਕਹਿੰਦੇ ਪਹਿਲਾਂ ਰਫਿਗਰਾ ਤੋਂ ਵਾਹ ਮੈਸ ਤੋਂ ਲੱਗੀ ਹੋਵੇਗੀ, ਅਨ ਕੇ ਲਾਤੇ ਲਾਤ ਤੋਂ ਸਾਈਡ 'ਤੇ ਵੀ ਲੱਗੀ ਹੋਵੇਗੀ, ਕੁਆਂ ਤੋਂ ਕਾਰੀਕੋ ਸਪੋਰਗੇ ਅਲਤਰੇ ਅਲਰਗੇ ਜ਼ਿਆਦਾ ਵੀ ਕੋਲ। ਕਹਿੰਦੇ ਜਦ ਜਿਸ ਟਾਈਮ ਚੜਾਈ ਦੇ ਵੱਲ ਗੱਡੀ ਵਧੇਗੀ ਨਾ ਤਾਂ ਕਹਿੰਦੇ ਸਾਈਡਾਂ 'ਤੇ ਵੀ ਲੱਗੀ ਹੋਵੇਗੀ, ਸਾਈਡਾਂ 'ਤੇ ਵੀ ਲੱਗੀ ਹੋਵੇਗੀ ਨਹੀਂ ਸਿਰਫ ਪਿੱਛੇ। ਸ਼ਾਬਾਸ਼, ਕਰਕੇ ਗਲਤ ਕਿਵੇਂ ਫਾਲਸ ਹੋਇਆ। ਪਹਿਲਾਂ ਪਹਿਲੀ ਲਾਈਨ ਤਕਰੀਬਨ ਸੇਮ ਹੈ ਸੰਬੰਧੀ, ਪਹਿਲਾਂ ਰੈਫਿਗਰਾ ਤੋਂ ਆਈਡੈਂਟੀਫਾਈ ਗੱਲ ਦਾਤੋ ਕਰ ਆਈਡੈਂਟੀਫਾਈਡ ਕਰਦਾ ਆਟੋ ਟਰੱਕ ਨੂੰ ਸਪੈਸ਼ਲਿਜ਼ਾਤੋ ਪਰ ਟਰਾਂਸਪੋਰਟੋ ਮਟੀਰੀਅਲੇ ਦਾ ਕੰਸਟਰਕਸ਼ਨ ਹੈ, ਜਿਹੜਾ ਕਹਿੰਦੇ ਕੰਸਟਰਕਸ਼ਨ ਦਾ ਸਮਾਨ ਲੈ ਕੇ ਜਾ ਰਿਹਾ ਨਾ, ਕਹਿੰਦੇ ਸਪੈਸ਼ਲੀ ਉਹਨਾਂ ਨੂੰ ਇਹ ਵੈਰੀਫਾਈ ਕਰਦਾ। ਗਲਤ ਕਿਵੇਂ ਫਾਲਸ ਹੋਇਆ, ਇੱਦਾਂ ਦੀ ਕੋਈ ਚੀਜ਼ ਨਹੀਂ ਹੈ ਵੀ, ਠੀਕ ਹੈ। ਇਸ ਕਰਕੇ ਇਹ ਵੀ ਫਾਲਸ ਹੋ, ਉਹ ਹੋਰ ਨੇ ਪਹਿਲਾਂ ਉਹ ਹੋਰ ਚੀਜ਼ਾਂ ਹੁੰਦੀਆਂ ਨੇ। ਕਹਿੰਦੇ ਪਿਨੈਲੋ ਰੈਫਿਗਰਾ ਤੋਂ ਵਾ ਮੈਸ ਲੱਗਿਆ ਹੋਵੇਗਾ ਸੁਈ ਵਿਗੋਲੀ ਗੱਡੀ ਦੇ ਉੱਤੇ ਕਿ ਟਰਾਂਸਪੋਰਟ ਆ ਸਪੈਜ਼ਾਤੂਰਾ, ਸਪਾਜ਼ਾਤੂਰਾ ਜਿਹੜੀ ਟਰਾਂਸਪੋਰਟ ਕਰਦੀਆਂ ਨੇ ਉਹਨਾਂ ਨੂੰ ਪਿੱਛੇ ਲੱਗੇ ਹੁੰਦੇ ਨੇ। ਇਹ ਵੀ ਗਲਤ ਕਹਿੰਦੇ ਵੀ ਫਾਲਸ ਹੋ ਗਿਆ, ਇਹ ਵੀ ਇਸ ਟਾਈਪ ਦੀ ਗੱਡੀਆਂ ਦਾ ਸਾਇਮ ਸਿੰਬਲ ਨਹੀਂ ਹੈ ਵੀ। ਕਹਿੰਦੇ ਪਿਨੈਲੋ ਰੈਫਿਗਰਾ ਤੋਂ ਵਾ ਮੈਸ ਸੁਈ ਵਿਗੋਲੀ ਸੋਲੋ ਸੇ ਇਲ ਕਾਰੀਕੋ ਸਪੋਰਗੇ ਅਲਮੈਨੋ ਚਿਕੋਨ 'ਤੇ ਜਾਂਦੀ ਮੈਦਰੀ। ਕਹਿੰਦੇ 50 ਸੈਂਟੀਮੀਟਰ ਜੇ ਸਪੋਰਜੇ ਰਿਹਾ ਹੋਵੇ, ਜੇ 2 ਸੈਂਟੀਮੀਟਰ 10 ਸੈਂਟੀਮੀਟਰ 5 ਸੈਂਟੀਮੀਟਰ ਸਪੋਰਜੇ ਰਿਹਾ ਹੋਵੇ ਤਾਂ ਫਿਰ ਨਹੀਂ ਲੱਗਣੀ ਜ਼ਰੂਰੀ ਜੀ, ਫਾਲਸ ਹੋ, ਕਿਉਂਕਿ ਜ਼ਰੂਰੀ ਨਹੀਂ 2 ਸੈਂਟੀਮੀਟਰ ਵੀ ਹੋਵੇ ਫਿਰ ਵੀ ਲੱਗਣੀ ਹੈ, ਜ਼ਰੂਰੀ ਨਹੀਂ 50 ਸੈਂਟੀਮੀਟਰ ਲੱਗਿਆ ਲਟਕਿਆ ਹੋਇਆ, ਇਸ ਕਰਕੇ ਫਾਲਸ ਹੋ। ਕਹਿੰਦੇ ਪਿਨੈਲੋ ਰੈਫਿਗਰਾ ਤੋਂ ਵਾ ਮੈਸੋ ਦੇਤਰੋ ਈ ਤੂਤੀ ਵੀ ਕੋ ਤੁਕਾਰੀ, ਕਹਿੰਦਾ ਸਭਾਂ ਟਰੱਕਾਂ ਦੇ ਪਿੱਛੇ ਲਾਓਗੇ। ਗਲਤ ਕਹਿੰਦੇ ਫਾਲਸ ਹੋਇਆ, ਟਰੱਕਾਂ ਦੇ ਲਈ ਉਹ ਦੂਜੀਆਂ ਪਿਨੈਲੋ ਆਉਂਦੀਆਂ ਨੇ, ਜੇ 3.5 ਦਿਨ ਦਾ ਦੂਜਾ ਟਰੱਕ ਹੋਵੇ ਤਾਂ ਉਹਦੇ ਪਿੱਛੇ ਬੈਂਕੋ ਯਾਲੋ ਵਾਲੇ ਲੱਗਦੇ ਨੇ, ਬੈਂਕੋ ਯਾਲੋ ਡਰੋਸੋ ਯਾਲੋ ਸਤਰੀਚੇ ਆਉਂਦੇ ਨੇ, ਇਸ ਕਰਕੇ ਫਾਲਸ ਹੋ। ਕਹਿੰਦੇ ਪਿਨੈਲੋ ਰੈਫਿਗਰਾ ਤੋਂ ਪੋ ਇਸ ਰੇਸ ਸਥਿਤੀ ਦਾ ਦੋਨੋਂ ਬਾਂਦੀਏਰਾ, ਕਹਿੰਦੇ ਕਿ ਬਾਂਦੀਏਰੇ ਝੰਡੇ ਦੇ ਨਾਲ ਚੇਂਜ ਹੋ ਸਕਦੇ, ਦੀ ਰੋਸੋ ਰੈਡ ਕਲਰ ਦਾ ਕਲਰ, ਰੋਸੋ ਰੈਡ ਕਲਰ ਦੇ ਝੰਡੇ ਨਾਲ ਦਲਾ ਡਿਮੈਂਸ਼ਨ ਦੀ 50x50 ਸੈਂਟੀਮੀਟਰ ਦਾ। ਦੇਖੋ ਕਿਸੇ ਝੰਡੇ ਨਾਲ, ਕਿਸੇ ਟਾਕੀ ਨਾਲ, ਕਿਸੇ ਇਸ ਤਰ੍ਹਾਂ ਚੀਜ਼ ਨਾਲ ਇਹ ਚੇਂਜ ਨਹੀਂ ਹੋ ਸਕਦਾ, ਇਸ ਕਰਕੇ ਫਾਲਸ ਹੋਇਆ।
ਅੱਗੇ ਵੀ ਉਹੀ ਆਪਣੇ ਵੱਲੋਂ ਸਪੁਰਜੈਨ ਤੇ ਯੈਸ ਸਪੁਰਜੈਨ ਤਾਂ ਲੂਗੋ ਤੇ ਨਾਲ ਦਲ ਕਾਰੀਕੋ ਲੰਬਾਈ ਵਾਲ ਸਾਈਡ ਤੇ ਜੇ ਸਪੁਰਜੈਨ ਸਪੁਰਜੇ ਰਿਹਾ ਹੋਵੇ ਕਾਰੀਕੋ ਇਫੀਨੋ ਈ ਤ੍ਰੇ ਤਿੰਨ ਬੜਾ ਦਸ ਤਿੰਨ ਬੜਾ ਦਸ ਤੱਕ ਹੋਵੇ ਜੇ ਜਾਣੀ ਕਿ ਤੀ ਦਸ ਦਾ ਤੀਜਾ ਹਿੱਸਾ ਤਾਂ ਲੂੰਗੇ ਦੀ ਤਰਵੀ ਕੋਲੀ ਗੱਡੀ ਲੰਬਾਈ ਸਾਹਿਬ ਨਾਲ ਦੇਵੇ ਇਸ ਤਰ੍ਹਾਂ ਸਿਨਿਆਲਾ ਤੋਂ ਮੇਦਿਆਂ ਤੋਂ ਉਹਨੋਂ ਲਾਜ਼ਮੀ ਇੱਕ ਲਗਾਉਣੀ ਹੈ ਉਹ ਦੂਹੇ ਪਨੇਲੀ ਕੁਆਦਰੋ ਗਲਾ ਕੁਆਦਰਾਂਗੋਲਾਰੀ ਇਨ ਫਿਗੂਰਾ ਚਾਰ ਕੋਨੇ ਵਾਲੀ ਦੋ ਪਨੇਲੋ ਆ ਇੱਕ ਜਾਂ ਦੋ ਗੱਡੀ ਦੇ ਪਿੱਛੇ ਲਾਉਣੀ ਦੂਸਰੀ ਕਿਰਨ ਪਿਵੇਅਰ ਹੋਇਆ ਇਹ ਪਿਨਲੋ ਫਿਗੂਰਾ ਦੇਵੇ ਇਸ ਤਰ੍ਹਾਂ ਆਪਣੀ ਗਾਹ ਤੋਂ ਅਪਲਾਈ ਹੋਣੀ ਹੈ ਇਨ ਊਨੀ ਕਾਜ਼ੋ ਹਰ ਕੇਸ ਵਿੱਚ ਇਨ ਕੁਈ ਇਲ ਕਾਰੀਕੋ ਸਪੋਰਗੇ ਕਹਿੰਦੇ ਇਨ ਕੇ ਜੇ ਕਾਰੀਕੋ ਅਤੇ ਸਪੁਰਜੇ ਰਿਹਾ ਹੁੰਦਾ ਹੈ ਅਨ ਕਿਸੇ ਪੋਕੋ ਭਾਵੇਂ ਥੋੜ੍ਹਾ ਜਿਹਾ ਵੀ ਸਪੁਰਜੇ ਰਿਹਾ ਹੁੰਦਾ ਹੈ ਦਰੁਸਤ ਕਰਨ ਭਾਵੇਂ ਥੋੜ੍ਹਾ ਜਿਹਾ ਹਲਕਾ ਜਿਹਾ ਵੀ ਸਪੁਰਜੇ ਰਿਹਾ ਹੋਇਆ ਨਾ ਪਿਛਲੀ ਸਾਈਡ ਤੇ ਗੱਡੀ ਦੇ ਤਾਂ ਫਿਰ ਵੀ ਆਪਣੇ ਵੱਲੋਂ ਲਗਾਉਣੀ ਇਸ ਕਰਕੇ ਫਿਰ ਹੋਇਆ ਕਹਿੰਦੇ ਪੇ ਇਹ ਪਿੰਨਲੋ ਫਿਗੂਰਾ ਜਿਹੜੀ ਪਿੰਨਲੋ ਫੋਟੋ ਵਿੱਚ ਹੈ ਸਿਨਿਆਲਾ ਕਰ ਕੀ ਇੰਡਵਿਜੀਬਲ ਹੈ ਕਾਰੀਕੋ ਕਹਿੰਦੇ ਇੰਡਵਿਜੀਬਲ ਤਕਸੀਮ ਹੋਣ ਦੇ ਕਾਬਲ ਨਹੀਂ ਹੈ ਕਿ ਸਪੋਰ ਗਾਨੋ ਤਰ੍ਹਾਂ ਭਾਰਤੀ ਪੁਸਤਰੀ ਹੋ ਰਹੇ ਦਲ ਵੀ ਗੋਰੀ ਜਿਹੜਾ ਸਪੋਰਜੇ ਰਿਹਾ ਹੁੰਦਾ ਗੱਡੀ ਦੀ ਪਿਛਲੀ ਸਾਈਡ ਤੇ ਦਰੁਸਤ ਕਰਨ ਫਿਵੇਅਰ ਹੋਇਆ ਵੀ ਕਾਰੀਕੋ ਜਿਹੜਾ ਸਪੋਰਜੇ ਰਿਹਾ ਹੁੰਦਾ ਗੱਡੀ ਦੀ ਪਿਛਲੀ ਵੇਲੇ ਇੰਡੀਵਿਜੀਬਲ ਜਿਹੜਾ ਤਕਸੀਮ ਹੋ ਨਹੀਂ ਸਕਦਾ ਵੀ ਯਾਨੀ ਕਿ ਸਮਾਨ ਜਿਹੜਾ ਵਿੱਚ ਨਹੀਂ ਆ ਸਕਦਾ ਪਿੱਛੇ ਲਟਕਣਾ ਨਹੀਂ ਪੈਣਾ ਸਪੋਰਜੇ ਰਿਹਾ ਹੁੰਦਾ ਪਿਛਲੀ ਸਾਈਡ ਦਾ ਉਹਦੇ ਪਿੱਛੇ ਲੱਗੇ ਗਈ ਹੈ ਫਿਰ ਹੋਇਆ ਕਹਿੰਦੇ ਸੇਲ ਕਾਰੀਕੋ ਸਪੋਰ ਗਿਆ ਲੋਕੋ ਤੇ ਦਲਾਨ ਮਿਹਨਤ ਭਾਰਤ ਇੰਤਿਹਾਨਾਂ ਦਾ ਲੜ ਗਏ ਤਾਂ ਦਲਿਆ ਭਾਰਤ ਪੁਸਤਰੀ ਦਲ ਵੀ ਗੋਲੀ ਕਹਿੰਦੇ ਚੁੜਾਈ ਦੇ ਵਿੱਚ ਪਿੱਛੇ ਲਟਕਦਾ ਸਮਾਨ ਗੱਡੀ ਦੇ ਪਿੱਛੇ ਯਾਨੀ ਕਿ ਸੱਜੇ ਖੱਬੇ ਦੋਵਾਂ ਪੱਲੇ ਲੜਕੇ ਹੈ ਇਹ ਪਹਿਲੀ ਫਿਗੂਰਾ ਜਿਹੜੀ ਪਹਿਲੇ ਇਸ ਫੋਟੋ ਵਿੱਚ ਨੇ ਦੇਵਨ ਆਇਆ ਸਿਰ ਦੂਏ ਦੋ ਹੋਣੇ ਚਾਹੀਦੇ ਨੇ ਪੋਸਟ ਤੋਂ ਤਰਵਸਾਲੇ ਮਿਹਨਤ ਵਾਲਾ ਸੂਏ ਇਸ ਤਰਮੀਤ ਦਿਲ ਕਾਰੀਕੋ ਕਹਿੰਦੇ ਦੋਵਾਂ ਬਾਹਰਲੇ ਸਾਈਡਾਂ ਤੋਂ ਲੱਗੀ ਹੋਣੀ ਚਾਹੀਦੀ ਹੈ ਕਾਰੀਕੋ ਦੇ ਬਾਹਰਲੀ ਸਾਈਡ ਤੋਂ ਦੋਵਾਂ ਸਾਈਡਾਂ ਦੇ ਦਰੁਸਤ ਕਰਨ ਪਿਵੇਅਰ ਹੋਇਆ ਵੀ ਅੱਗੇ 737 ਨੰਬਰ ਪੇਜ ਇਹ ਹੈਗਾ ਜੇ ਇਹ ਵੀ ਕਾਰੀਕੋ ਸਪੁਰਜੈਨ ਤੇ ਵਰਦੇ ਵਾਰੀ ਹੈ ਠੀਕ ਹੈ ਪਹਿਲੇ ਦੇਖ ਲਓ ਕਾਰੀਕੋ ਸਪੁਰਜੈਨ ਤੇ ਵਾਲੀ ਪਿੰਨੇ ਲੋ ਹੈਗੀ ਹੈ ਨਹੀਂ ਨਹੀਂ ਕਹਿੰਦੇ ਪਿੰਨੇ ਲੋ ਇਨ ਫਿਗੂਰ ਆ ਜਿਹੜੇ ਸਿਨਿਆਲ ਆ ਕਾਰੀਕੋ ਇੰਡੀਵਿਜੀਬਲ ਜਿਹੜਾ ਕਾਰੀਕੋ ਡਿਵਾਈਡ ਨਹੀਂ ਹੋ ਸਕਦਾ ਕਿ ਸਪੋਰ ਗਾਨੋ ਦਿਲ ਭਾਰਤ ਪੁਸਤਰੀ ਦਿਲ ਦਾ ਇਸ ਤਰ੍ਹਾਂ ਗਲਤ ਹੋ ਕਹਿੰਦੇ ਫਾਲਸ ਹੋਇਆ ਇਹ ਕਾਰੀਕੋ ਸਪੁਰਜੈਨ ਤੇ ਵਾਲੀ ਨਹੀਂ ਹੈ ਇਹ ਗੱਡੀ ਜਿਹੜੀ ਰੋਡ ਤੇ ਰਿਪੇਅਰ ਕਰ ਰਹੀ ਹੈ ਕੰਮ ਕਰ ਰਹੀ ਹੈ ਜਾਂ ਮਦਦ ਦੀ ਖਲੋਤੀ ਹੋਈ ਹੈ ਉਹਦੇ ਪਿੱਛੇ ਲੱਗੇ ਨੇ ਇਸ ਕਰਕੇ ਫਾਲਸ ਹੋਇਆ ਠੀਕ ਹੈ ਕਾਰੀਕੋ ਸਪੁਰਜੈਨ ਤੇ ਆ ਗਿਆ ਸਪੋਰ ਗਾਨੋ ਪਿਛਲੀ ਸਾਈਡ ਤੇ ਸਪੁਰਜੇ ਹੋਏ ਹੈ ਪੁਸਤਰੀ ਵਾਲੀ ਸਾਈਡ ਤੇ ਫਾਲਸ ਹੋ ਗਿਆ ਅੱਗੇ ਨੇ ਵੇ ਅੱਗੇ ਵੀ ਉਹੀ ਹੈ ਕਹਿੰਦੇ ਕਾਰੀਕੋ ਸਪੋਰਗੇ ਸਪੁਰਜੇ ਹੋਏ ਤੇ ਐਪ ਨਾਲ ਹੁੰਦੀ ਹੈ ਲੱਗੀ ਨਹੀਂ ਕਹਿੰਦੇ ਲੂਗ ਉਹਦੇ ਨਾਲ ਮਿਹਨਤ ਦਾ ਲਾਈਨ ਚੇਅਰ ਨਾਲ ਲੱਗੇ ਦਲੇ ਭਾਰਤੀ ਪੁਸਤਰੀ ਦਲ ਵੀ ਗੋਲੀ ਗੰਨੇ ਅੰਦਰਲੀ ਚੌੜਾਈ ਦੇ ਹਿਸਾਬ ਨਾਲ ਪਿਛਲੀ ਸਾਈਡ ਤੇ ਜਿਹੜਾ ਸਮਾਨ ਲਟਕਿਆ ਯਾਨੀ ਕਿ ਦੋਵਾਂ ਸਾਈਡ ਦੇ ਸੀ ਦਵਨੋ ਐਪਲੀਕਾਰ ਹੈ ਦੂਏ ਪਨੇਲੀ ਰਤਰ ਫਿਰਦੇ ਦੀ ਫਿਗੂਰਾ ਦੋ ਪਨੇਲ ਹੋਣੇ ਚਾਹੀਦੇ ਇਹ ਉਹ ਪਨੇਲੋ ਨਹੀਂ ਹੁੰਦੀ ਹੈ ਵੀ ਇਹ ਪਨੇਲ ਹੁੰਦੀ ਹੈ ਜਿਹੜੇ ਰਮੋਰਕੀ ਹੁੰਦੇ ਸਾਡੇ ਤਿੰਡਾਂ ਦੇ ਉੱਤੇ ਵਾਲੇ ਉਹਨਾਂ ਦੇ ਪਿੱਛੇ ਇਸ ਕਰਕੇ ਇਹ ਵੀ ਫਾਲਸ ਹੋ ਅੱਗੇ ਕਹਿੰਦੇ ਨੇ ਲਾਸਪੋਰਜਾ ਸਪੋਰਜੈਂ ਦਾ ਲੂਗੋ ਦੇ ਨਾਲ ਮਿਹਨਤ ਦਲ ਕਾਰੀਗੋ ਸਪੋਰਜੈਂ ਦਾ ਹੋਵੇ ਤੇ ਇਹ ਪਨੇਲੋ ਹੋਵੇਗੀ ਇਹ ਵੀ ਨਹੀਂ ਹੋਣਗੀ ਕਿਉਂਕਿ ਇਹ ਟਰੱਕ ਦੇ ਪਿੱਛੇ ਹੁੰਦੇ ਜਿਹੜਾ ਸਾਡੇ ਤਿੰਡਾਂ ਦੇ ਉੱਤੇ ਵਾਲਾ ਟਰੱਕ ਸਮਾਨ ਲਿਜਾਣ ਵਾਲਾ ਹੁੰਦਾ ਹੈ ਇਹ ਜਿਹੜੀ ਪਨੇਲੋ ਹੁੰਦੀ ਹੈ ਉਹ ਬੈਂਕ ਰੋਸੇ ਹੁੰਦੇ ਨੇ ਯੱਲ ਰੋਸੇ ਨਹੀਂ ਹੁੰਦੇ ਯੱਲ ਰੋਸੇ ਇਹ ਟਰੱਕ ਦੇ ਪਿੱਛੇ ਹੁੰਦੀ ਹੈ ਠੀਕ ਹੈ ਇਸ ਕਰਕੇ ਫਾਲਸ ਹੋ ਕਹਿੰਦਾ ਫਿਨੋ ਤਿੰਨ ਬੜਾ ਦਸ ਦਲ ਲੂੰਗੇ ਦਲ ਵੀ ਗੋਲੀ ਗੱਡੀ ਲੰਬਾਈ ਹਿਸਾਬ ਨਾਲ ਦੇਵਨ ਇਸ ਤਰ੍ਹਾਂ ਸੀ ਨਿਆਲਾ ਤੀ ਮੀਦਿਆਂ ਤੇ ਉਹਨੋਂ ਉਹ ਦੂਏ ਪਨੇ ਲਈ ਫਿਗੂਰ ਆ ਕਹਿੰਦੇ ਇੱਕ ਜਾਂ ਦੋ ਪਨੇਲੋ ਇਸ ਫੋਟੋ ਵਿੱਚ ਲੱਗੇ ਹੋਣੇ ਚਾਹੀਦੇ ਗੱਲ ਕਿਰਨ ਫਾਲਸ ਹੋਇਆ ਤ੍ਰੇ ਦੀ ਚੀਜ਼ ਵੀ ਜਿਹੜੇ ਲੰਬੇ ਸਪੁਰਜੈਂ ਦਾ ਹੁੰਦਾ ਨਾ ਉਹਦੇ ਪਿੱਛੇ ਬੈਂਕ ਔਰ ਰੋਸੋ ਤਰੀਕੇ ਹੁੰਦੇ ਨੇ ਇਸ ਕਰਕੇ ਫਾਲਸ ਹੋ ਬਰਾਵਾ ਫਾਲਸ ਸ਼ਾਬਾਸ਼ ਇਹ ਵੀ ਫਾਲਸ ਹੋਇਆ ਕਹਿੰਦੇ ਕਾਰ ਕੋ ਦੇਵੇ ਇਸ ਤਰ੍ਹਾਂ ਸਿਸਤੇਮਾਤ ਹੋ ਵਿਗੋਲੀ ਕਹਿੰਦੇ ਕਾਰ ਕੋ ਸਿਸਤੇਮਾਤ ਕਹਿੰਦੇ ਗੱਡੀ ਦੇ ਉੱਤੇ ਇਨ ਮੋਦੋ ਇਸ ਤਰ੍ਹਾਂ ਕਿ ਸਪੋਰ ਸਿਨਿਆਲਾਰ ਇੱਕ ਸਪੋਰ ਗਾਨੋ ਪੋਸਤਰੀ ਹੋ ਰਹੇ ਕਹਿੰਦੇ ਸਪੁਰਜੇਰੇ ਕਰਦਾ ਹੈ ਦੇਖੋ ਸਪੁਰਜੇਰੇ ਨਹੀਂ ਕਰਦਾ ਹੈ ਠੀਕ ਹੈ ਕੌਣ ਇਲ ਪਨੇਲੋ ਰੈਤਰੋ ਫਤਹਿਨ ਦੀ ਇਹ ਫਿਗੂਰਾ ਜਿਹੜੀ ਰਿਫਲੈਕਟਿਡ ਪਨੇਲੋ ਇਸ ਫੋਟੋ ਵਿੱਚ ਹੈ ਕਹਿੰਦੇ ਸਪੁਰਜੇਰੇ ਕਰਦਾ ਪਿਛਲੀ ਸਾਈਡ ਤੇ ਗਲਤ ਕਿੰਨੇ ਵੀ ਫਾਲਸ ਹੋਇਆ ਸਪੁਰਜੇ ਕਰਨ ਦੀ ਇਹ ਪਨੇਲੋ ਨਹੀਂ ਹੈ ਵੀ ਠੀਕ ਹੈ ਇਸ ਕਰਕੇ ਫਾਲਸ ਹੋਇਆ ਕਹਿੰਦੇ ਪਨੇਲੋ ਔਰੰਚਿਆਨ ਜਿਹੜੀ ਔਰੇਂਜ ਕਲਰ ਦੀ ਪਨੇਲੋ ਹੈ ਰੈਤਰੋ ਫਤਹਿਨ ਰਿਫਲੈਕਟਿਡ ਇਹ ਫਿਗੂਰਾ ਇਸ ਫੋਟੋ ਵਿੱਚ ਸਿਨਿਆਲ ਹੈ ਵਿਗੋਲੀ ਕੇਸ ਦਾ ਟਰਾਂਸਪੋਰਟ ਤੋਂ ਮੈਰਚੀ ਪੈਰੀਕਲੋਜ਼ ਹੋ ਕਹਿੰਦੇ ਜੇ ਸਿਗਨਲ ਹੈ ਕਿ ਜੇ ਕੋਈ ਗੱਡੀ ਟਰਾਂਸਪੋਰਟ ਕਰਦੀ ਖਤਰਨਾਕ ਸਪੀਨ ਉਹਦੇ ਪਿੱਛੇ ਲੱਗਿਆ ਹੋਵੇਗਾ ਅਲੋਰਾ ਹਾਂਜੀ ਹਾਂਜੀ ਵੀਰ ਜੀ ਅਸੀਂ ਉੱਥੇ ਹੀ ਹਾਂ ਅਸੀਂ ਆ ਗਏ ਹਾਂ 300 744 ਨੰਬਰ ਪੇਜ 'ਤੇ ਠੀਕ ਹੈ ਪਹਿਲਾ ਕੁਸ਼ਚਨ ਪੜ੍ਹਦੇ ਹਾਂ ਦੁਬਾਰਾ ਕਹਿੰਦਾ ਪਿਲੇਲੋ ਔਰੰਚਿਓਨੇ ਔਰੇਂਜ ਕਲਰ ਦੀ ਪਿਨੇਲੋ ਔਰੇਂਜ ਕਲਰ ਜੀ ਪਿਨੇਲੋ ਹੁੰਦੀ ਨਾ ਇਹਨਾਂ ਦਾ ਹੁੰਦਾ ਕਿ ਜਿਹੜਾ ਮਟੀਰੀਅਲ ਤੁਸੀਂ ਖਤਰਨਾਕ ਲੈ ਕੇ ਜਾ ਰਹੇ ਹੋ ਨਾ ਉਹਦੇ ਕਰ ਰਹੇ ਆ ਠੀਕ ਹੈ ਪੈਰੀਗਲੋਜ਼ ਉਹ ਖਤਰਨਾਕ ਜਿੱਥੇ ਵੀ ਔਰੇਂਜ ਕਲਰ ਦੀ ਪਿਨੇਲੋ ਰੰਗ ਨਜ਼ਰ ਆਇਆ ਯਾਨੀ ਕਿ ਇਹ ਖਤਰਨਾਕ ਮਟੀਰੀਅਲ ਦੀ ਗੱਲ ਹੋ ਰਹੀ ਹੈ ਕੀ ਗੱਲ ਹੋ ਰਹੀ ਹੈ ਫਿਰ ਡਿਪੈਂਡ ਕਰਦਾ ਸਿਗਨਲ 'ਤੇ ਕਹਿੰਦੇ ਇਹ ਔਰੰਚਿਓਨੇ ਫਿਗੂਰਾ ਸੈਨ ਸਿਨਿਆਲ ਆ ਸਿਗਨਲ ਹੁੰਦਾ ਹੈ ਵਿਕੋਲੀ ਕਿਸ ਦਾ
ਟਰਾਂਸਪੋਰਟ ਤੋਂ ਮਿਰਚੀ ਪਰ ਕਿਲੋ ਤੋਂ ਵੀ ਦੱਸਦਾ ਕਿ ਸਿਗਨਲ ਗੱਡੀ ਸਿਗਨਲ ਦੱਸਦਾ ਕਿ ਗੱਡੀ ਟਰਾਂਸਪੋਰਟ ਕਰ ਲੱਗੀ ਖਤਰਨਾਕ ਸਮਾਨ ਦੂਸ ਕਿਨ ਪੇ ਵੇਰ ਹੋਇਆ ਇਹ ਪਿਨਲ ਹੋਣ ਚੀ ਹੋਣ ਤਰਫ ਫਿਰਦਿਆਂ ਅਤੇ ਰਿਫਲੈਕਟ ਜਿਹੜੀ ਪਿਨਲ ਹੁੰਦੀ ਹੈ ਪ੍ਰੋਦੋਤੋ ਇਨ ਫਿਗੂਰਾ ਜਾਂ ਪ੍ਰੋਡਕਟ ਇਸ ਫੋਟੋ ਵਿੱਚ ਕੋਲਕਾਤੋ ਪਸਤਰੀਓ ਮਿਹਨਤ ਪਰ ਸਿਨਿਆਲਾਰੇ ਕਾਰੀ ਕੀ ਸਪੋਰਜੈਂਤੀ ਪੈਰੀ ਕਲੋਜ਼ ਹੋ ਕਹਿੰਦੇ ਕਿ ਸਿਗਨਲ ਲਗਾਉਂਦਾ ਕਿ ਕਾਰੀ ਕੋ ਸਪੋਰਜੈਂਤ ਹੈ ਖਤਰਨਾਕ ਕਾਰੀ ਕੋ ਸਪੋਰਜੈਂਤ ਹੈ ਸਪੋਰਜੇਰੇ ਵਾਲੇ ਨਹੀਂ ਹੈ ਵੀ ਬਰਾਵਾ ਸ਼ਾਬਾਸ਼ ਸਪੋਰਜੇਰੇ ਮਿਰਚੀ ਪੈਰੀ ਕਲੋਜ਼ ਮਿਰਚੀ ਪੈਰੀ ਕਲੋਜ਼ ਸਪੋਰਜੇਰੇ ਹੁੰਦੇ ਨਹੀਂ ਹੈ ਠੀਕ ਹੈ ਇਸ ਕਰਕੇ ਫਾਲਸੋ ਅੱਗੇ ਆ ਗਿਆ ਇਹ ਪਿਨਲੋ ਤੁਹਾਨੂੰ ਦੱਸਿਆ ਸੀ ਨਾ ਮੈਂ ਕਿ ਇਹ ਟਰੱਕ ਦੇ ਪਿੱਛੇ ਲੱਗੇ ਜਿਹੜਾ 3.5 ਟਨ ਦੁੱਧ ਵਾਲਾ ਟਰੱਕ ਹੁੰਦਾ ਠੀਕ ਹੈ ਕਹਿੰਦੇ ਨੇ ਬਰਾਬਰ ਸ਼ਾਬਾ ਜਿਹੜਾ 3.5 ਟਨ ਦਾ ਬਰਾਬਰ ਹੋਇਆ ਉਹਦੇ ਪਿੱਛੇ ਨਹੀਂ ਜਿਹੜਾ ਸੁਪਰ ਉੱਪਰ 3.5 ਟਨ ਦੁੱਧ ਦੇ ਪਿੱਛੇ ਲੱਗਿਆ ਹੋਵੇਗਾ ਠੀਕ ਹੈ ਕਹਿੰਦੇ ਨੇ ਇਹ ਪਿਨਲੋ ਫਿਗੂਰਾ ਜਿਹੜੇ ਪਿਨਲੋ ਫੋਟੋ ਵਿੱਚ ਹੈ ਫਾਚੀਲੀ ਦਾ ਆਸਾਨੀ ਪੈਦਾ ਕਰਦਾ ਹੈ ਇੰਡੀਵਿਦੁਆਰ ਸ਼ਨਾਖਤ ਕਰਨ ਲਈ ਦਿਲਾ ਪਾਰਤੇ ਪੋਸਟਰੀਓਰ ਦੀ ਅਤੋਕਾਰ ਪਿਛਲੀ ਸਾਈਡ ਦੀ ਟਰੱਕ ਦੀ ਹੈ ਕੁਨ ਮਾਸਾ ਪੇਨੋ ਕਾਰੀ ਕੋ ਸੁਪਰੀਓਰ 3.5 ਟਨ ਜਿਹਦਾ ਵਜ਼ਨ 3.5 ਟਨ ਸੁਪਰ ਉੱਪਰ ਹੈ ਦ੍ਰਿਸ਼ਕਨ ਵੀ ਵੇਰ ਹੋਇਆ ਕਹਿੰਦਾ ਆਸਾਨੀ ਪੈਦਾ ਕਰਦਾ ਹੈ ਸ਼ਨਾਖਤ ਕਰਨ ਲਈ ਪਿਛਲੀ ਸਾਈਡ ਟਰੱਕਾਂ ਦੀ ਜਿਹਦਾ ਵਜ਼ਨ 3.5 ਟਨ ਦੇ ਉੱਪਰ ਹੈ ਵੇਰ ਹੋਇਆ ਇਹ ਪਿਨਲ ਫਿਗੂਰਾ ਸੋਨੋ ਪੋਸਟ ਦੀ ਲੱਗੀ ਹੋਣੀ ਸੁਲਕਰ ਜਾਤਾ ਪਾਰਤੇ ਪੋਸਟਰੀਓਰ ਪਰਸੀਨੀਆ ਲਾ ਰਹੇ ਹੋਣਾ ਉਸ ਤੋਂ ਕੋਲੋ ਸਿਗਨਲ ਲਗਾਉਣ ਦੀ ਇੱਕ ਰੁਕਾਵਟ ਗਲਤ ਕਹਿੰਦੇ ਫਾਲਸ ਹੋਇਆ ਸਿਗਨਲ ਲਗਾਉਣ ਦੀ ਰੁਕਾਵਟ ਨਹੀਂ ਦੱਸ ਰਿਹਾ ਇਸ ਕਰਕੇ ਇਹ ਫਾਲਸ ਹੋਇਆ ਉਸ ਕੋਲੋ ਰੁਕਾਵਟ ਨਹੀਂ ਹੁੰਦੇ ਸਿਗਨਲ ਲਗਾਉਣ ਲਈ ਰੁਕਾਵਟ ਲਈ ਇਹ ਸਿਗਨਲ ਨਹੀਂ ਹੁੰਦਾ ਇਹ ਵੀ ਠੀਕ ਹੈ ਅੱਗੇ ਕੀ ਪਨੇਲ ਯਾ ਲਈ ਜਿਹੜੀ ਪੀਲੀਆ ਪਨੇਲੋ ਬਣਨਾ ਠੀਕ ਹੈ ਇਹ ਫਿਗੂਰਾ ਫੋਟੋ ਵੀ ਪੋਸਟ ਤੋਂ ਬਾਹਰ ਤੇ ਪੋਸਟਰੀਓਰ ਪਿਛਲੀ ਸਾਈਡ ਤੇ ਲੱਗੀ ਹੁੰਦੀ ਨੇ ਕਹਿੰਦਾ ਪਿਛਲੀ ਸਾਈਡ ਤੇ ਲੱਗੀ ਹੁੰਦੀ ਨੇ ਜੀ ਇੱਕ ਸਾਡਾ ਉਹ ਸਾਡਾ ਇੱਕ ਮੁਜਾਹਿਦ ਆ ਗਿਆ ਨਾ ਇੱਥੇ ਸਾਡੇ ਕਮਰੇ ਵਿੱਚ ਉਹਨੇ ਆਪਣਾ ਹੁਣ ਹਾਂਜੀ ਉਹਨੇ ਆ ਕੇ ਆਪਣਾ ਕਾਰ ਕਰਨਾ ਸ਼ੁਰੂ ਕਰ ਲਿਆ ਉਹ ਫਿਰ ਆਪਣੇ ਰੋਲੇ ਪਾਈ ਜਾਂਦਾ ਨਾ ਉਹ ਕਾਲਾਂ ਕੁਲਾਂ ਲਵਾ ਕੇ ਜਾਂਦਾ ਹੈ ਰੋਜ਼ ਕਾਲਾਂ ਲੱਗ ਜਾਣਗੀਆਂ ਨਾ ਫਿਰ ਚਲਾ ਜਾਏਗਾ ਕੱਲ ਲੱਗਣ ਤੋਂ ਬਾਅਦ ਹੁਣ ਜੇ ਦੂਜਾ ਚੱਕਰ ਆਉਂਦਾ ਨਾ ਫਿਰ ਕੋਈ ਹੱਥ ਵੀ ਚੀਜ਼ ਲੈ ਕੇ ਆਉਂਦਾ ਹੁਣ ਉਹ ਵੱਡੀ ਸਾਰੀ ਚਮਚ ਲੈ ਕੇ ਆ ਗਿਆ ਉਹ ਆ ਕੇ ਰੋਲਾ ਪਾਉਂਦੇ ਖੜਕਾਉਂਦੇ ਪਿਆ ਛੁੱਟੀ ਟਾਈਮ ਨਹੀਂ ਹੋਇਆ ਅਜੇ ਅਸੀਂ ਅਸੀਂ ਪੜ੍ਹਾਂਗੇ ਅੱਗੇ ਪੇਜ ਵੱਡਾ ਇੱਕ ਦੋ ਬਿਲਕੁਲ ਬਿਲਕੁਲ ਉਹਨਾਂ ਦਾ ਹੋ ਗਿਆ ਬਿਲਕੁਲ ਅਲਰਾ ਅੱਗੇ ਕਹਿੰਦੇ ਨੇ ਪੇ ਕਹਿੰਦੇ ਪਿਨੇਲੋ ਜਿਹੜੀ ਪੀਲੀ ਹੈ ਰਮੋਰਕਿਊ ਦੇ ਪਿੱਛੇ ਲੱਗੀ ਹੁੰਦੀ ਹੈ ਰਮੋਰਕਿਊ ਜਿਹੜਾ ਕੇ 3.5 ਟਨ ਉੱਤੇ ਸਮਾਨ ਲੈ ਕੇ ਜਾਣ ਵਾਲਾ ਠੀਕ ਹੈ ਉਹਦੇ ਪਿੱਛੇ ਕਹਿੰਦਾ ਪਿਨੇਲੋ ਉਸ ਤੋਂ ਨਲਾ ਪਾਰਤੇ ਪੁਸਤਰੀ ਹੋ ਰਹੇ ਪਿਨੇਲੋ ਯਾਲੋ ਜਿਹੜੀ ਲੱਗੀ ਹੋਈ ਪਿਛਲੀ ਸਾਈਡ ਤੇ ਰਮੋਰਕਿਊ ਦੇ ਇੰਡੀਵਿਦੁਆ ਸ਼ਨਾਖਤ ਕਰਦਾ ਹੈ ਆਤੋਕਾਰ ਆਤੋਤ੍ਰੇਨੋ ਉਹ ਆਤੋਰਤੀਕੁਲਾਤੋ ਆਤੋਤ੍ਰੇਨੋ ਆਤੋਰਤੀਕੁਲਾਤੋ ਦੀ ਸ਼ਨਾਖਤ ਕਰਦਾ ਦੂਸਰੇ ਵੀ ਵੇਰੋ 3.5 ਟਨ ਵਾਲੇ ਟਰੱਕਾਂ ਦੀ ਸ਼ਨਾਖਤ ਕਰਦਾ ਵੇਰ ਹੋਇਆ ਇਹ ਪਿਨੇਲੋ ਫਿਗੂਰਾ ਜਿਹੜਾ ਪਿਨੇਲੋ ਇਸ ਫੋਟੋ ਵਿੱਚ ਹੈ ਦੇਵੇ ਸਰ ਐਪਲੀਕਾ ਤੋਂ ਅਪਲਾਈ ਹੁੰਦਾ ਹੈ ਪੋਸਟਰੀਓਰ ਮਿਹਨਤ ਲਈ ਆਟੋਬੂਸ ਕਹਿੰਦੇ ਆਟੋਬੂਸ ਤਾਂ ਪਿਛਲੀ ਸਾਈਡ ਤੇ ਹੋਵੇਗਾ ਆਟੋਬੂਸ ਤੇ ਪਿਛਲੀ ਸਾਈਡ ਤੇ ਹੋਵੇਗਾ ਆਟੋਬੂਸ ਤੇ ਪਿਛਲੀ ਸਾਈਡ ਤੇ ਹੋ ਸਕਦਾ ਮਾਸ 47 ਸੁਪਰੀਅਰ ਸਾਈਡ ਦੇ ਤਾਂ ਜਿਹੜਾ 3.5 ਟਨ ਦਾ ਵਜ਼ਨ ਹੁੰਦਾ ਹੈ ਗਲਤ ਕਹਿੰਦੇ ਵੀ ਆਟੋਬੂਸ ਦੇ ਪਿੱਛੇ ਇੱਦਾਂ ਦਾ ਕੋਈ ਬੋਰਡ ਨਹੀਂ ਹੁੰਦਾ ਇਸ ਕਰਕੇ ਫਾਲਸ ਹੋ ਤ੍ਰੇਨੋ ਆਦੂਨਾ ਵੀ ਗੋਲ ਜੀ ਭਾਬੀ ਜੀ ਜੀ ਆਤੋ ਤਰੇ ਨਹੀਂ ਆਤੋ ਤਿਕ ਲਾਤੇ 3.5 ਟਨ ਤੋਂ ਬਾਅਦ ਜਿਹੜਾ ਟਰੱਕ ਹੁੰਦਾ ਨਾ ਉਹਦੇ ਪਿੱਛੇ ਲੱਗਿਆ ਹੋਵੇਗਾ ਠੀਕ ਹੈ ਸਿੰਪਲ ਅਸਾਂ ਠੀਕ ਹੈ ਜੀ ਜੀ ਰਮੋਰ ਕਿਉਂ ਨਹੀਂ ਇਹ ਜਿਹੜਾ ਨਾ ਜਿਹੜਾ ਪੀਲੀ ਪਨੇਲ ਹੋਵੇ ਨਾ ਇਹ ਰਮੋਰ ਕਿਉਂ ਪਿੱਛੇ ਲੱਗੀ ਹੋਵੇਗੀ ਰਮੋਰ ਕਿਉਂ ਆਤੋ ਤਰੇ ਨੂੰ ਆਤੋ ਤਿਕ ਲਾਤੋ ਰਮੋਰ ਕਿਉਂ ਹੁੰਦੇ ਨਾ ਠੀਕ ਹੈ ਆਤੋ ਤਰੇਨੋ ਸੋਰੀ ਪਿਛਲੀ ਜਿਹੜੀ ਸੀ ਨਾ ਪਿਨੇਲ ਮੈਂ ਗਲਤ ਦੱਸ ਗਿਆ ਜਿਹੜੀ ਪਿਛਲੀ 242 ਨੰਬਰ ਪਿਨੇਲ ਹੋਵੇ ਨਾ ਉਹ ਟਰੱਕ ਦੇ ਪਿੱਛੇ ਲੱਗੀ ਹੋਵੇਗੀ ਠੀਕ ਹੈ ਜਿਹੜਾ 3.5 ਟਨ ਉੱਤੇ ਵਾਲਾ ਹੈ ਜਿਹੜੀ 747 ਨੰਬਰ ਪਿਨੇਲ ਹੋਵੇ ਨਾ ਇਹ ਰਮੋਰਕੀ ਦੇ ਪਿੱਛੇ ਲੱਗੀ ਹੋਵੇਗੀ
ਸ਼ਨਾਖਤ ਕਰਾਉਣ ਲਈ ਕਿ ਇਹ ਕਾਤ ਤੇਰੇ ਨੇ ਯਾਤਰਾ ਉੱਤੇ ਗਲਤ ਹੋਇਆ, ਠੀਕ ਹੈ? ਥੋੜ੍ਹਾ ਮੈਂ ਗਲਤ ਦੱਸ ਗਿਆ, ਮੇਰੀ ਗਲਤੀ ਹੈ, ਠੀਕ ਹੈ, ਸੋਰੀ, ਕਿਉਂਕਿ ਇਹ ਰਮੋਰਕੀ ਦੇ ਪਿੱਛੇ ਲੱਗੀ ਹੁੰਦੀ ਹੈ, ਠੀਕ ਹੈ? ਦੁਬਾਰਾ ਪੜ੍ਹਨੇ ਕੁਐਸਚਨ, ਕਹਿੰਦੇ ਪਿਨੇਲੋ ਯਾਲੋ ਇਨ ਫਿਗੂਰਾ ਪੋਸਟ ਤੋਂ ਪਾਰਤੇ ਪੋਸਟੀਓਰੇ ਦਿਲ ਰਮੋਰਕ, ਕਹਿੰਦੇ ਰਮੋਰਕ ਪਿਛਲੀ ਸ਼ਹਿਰ ਤੇ ਲੱਗੀ ਹੋਵੇਗੀ, ਇਨ ਦਵੀਦੋ ਉਹਨਾਂ ਆਤੋ ਤ੍ਰੇਨੋ ਉਹਨਾਂ ਆਤੋ ਔਰਤੀ ਗਲਾ ਤੋਂ ਆਤੋ ਤ੍ਰੇਨੋ ਆਤੋ ਗਲਾ ਤੋਂ ਕਹਿੰਦੇ ਇਹਦੀ ਸ਼ਨਾਖਤ ਕਰਦੀ ਹੈ, ਦੂਸਰੇ ਕਹਿੰਦੇ ਵਿਵੇਰ ਹੋਇਆ ਆਤੋ ਤ੍ਰੇਨੋ ਆਤੋ ਗਲਾ ਦੀ ਹੀ ਸ਼ਨਾਖਤ ਕਰ ਰਹੇ ਨੇ, ਠੀਕ ਹੈ, ਇਸ ਕਰਕੇ ਇਹ ਵਿਵੇਰ ਹੋਇਆ। ਦੂਜੀ ਕੁਐਸਚਨ ਸੀ ਇਹ ਪਿਨੇਲੋ ਫਿਗੂਰਾ ਦੇ ਵੇਸ ਰਹੇ ਅਪਲੀਕਾ ਤੋਂ ਅਪਲਾਈ ਹੋਵੇਗਾ ਪੋਸਟੀਓਰੇ ਮਿਹਨਤ ਪਿਛਲੀ ਸਾਈਡ ਤੇ ਅੱਤ ਉਸ ਦੇ ਦੀ ਮਾਸਾ ਤੋਂ ਤਾਲੇ ਸੁਪਰੀਓਰ 3.5 ਟਨ ਜਿਹਦਾ ਵਜ਼ਨ 3.5 ਟਨ ਸੁਪਰ ਉੱਪਰ ਹੈ, ਅੱਤ ਉਸ ਦੇ ਪਿੱਛੇ ਤਾਂ ਪਿਨੇਲੋ ਲੱਗਦੀ ਨਹੀਂ ਹੈ ਵੀ ਡਰਮੋਰ ਦੇ ਪਿੱਛੇ ਲੱਗਦੀ, ਇਸ ਕਰਕੇ ਫਾਲਸ ਹੋਇਆ, ਠੀਕ ਹੈ। ਅੱਗੇ ਤ੍ਰੇਨੋ ਦਿਨੋ ਵੀ ਕੋਲ, ਜੇ ਤ੍ਰੇਨਾਂ ਵਾਲੀ ਕਰਨੀ ਹੈ ਗੱਡੀ ਤੁਸੀਂ, ਠੀਕ ਹੈ, ਮੁਨਾਸਬ ਤਰੀਕੇ ਨਾਲ ਸਿਗਨਲ ਲੱਗਿਆ ਹੋਣਾ ਚਾਹੀਦਾ, ਇੰਡੀਕੇਟਰ 'ਚ ਹੋਵੇ ਉਹਨਾਂ ਹੋਣੇ ਚਾਹੀਦੇ ਨੇ, ਨਹੀਂ ਹੈ ਤਾਂ ਤੁਸੀਂ ਕਾਰਗੋ ਸਪੋਰਜੈਂਟ ਵਾਲੀ ਪਿਨੇਲੋ ਲਗਾਓ ਪਿੱਛੇ। ਕਹਿੰਦੇ ਨੇ ਇਹ ਨੋਨ ਸੂਨੋ ਵੀ ਕੋਲ ਪੁੱਤਰੇ ਨਾਰੇ, ਕਹਿੰਦੇ ਕੋਈ ਵੀ ਗੱਡੀ ਟੋਪ ਆ ਕੇ ਨਹੀਂ ਖਿੱਚ ਸਕਦੇ, ਪਹਿਲੀ ਗੱਲ ਅੱਠ ਸੌ ਦੇ ਸਾਥ ਇੱਕ ਪਿੱਛੇ ਵੱਲ ਤਾਂ ਗੱਡੀ ਖਿੱਚਣੀ ਹੋ ਜਾਣੀ ਹੈ ਬਈ, ਠੀਕ ਹੈ, ਅੱਠ ਸੌ ਦੇ ਸਾਥ ਇੱਕ ਪਿੱਛੇ ਵੱਲ ਹੈ, ਜਿਹੜੇ ਮਦਦ ਵਾਲੇ ਸਪੈਸ਼ਲ ਹੁੰਦੇ ਆ ਤੋਂ ਕਰਜ਼ੇਰੀਆ ਵਾਲੇ ਕਰਤਰੇ ਜੀ ਵਾਲੇ ਉਹ ਹੀ ਚੱਕ ਲੈ ਜਾਣਗੇ, ਠੀਕ ਹੈ, ਤੁਸੀਂ ਨਹੀਂ ਕਰ ਸਕਦੇ, ਆਮ ਰੋਣਾ ਤੁਸੀਂ ਕਰ ਸਕਦੇ ਹੋ। ਕਿ ਨੋਨ ਪੋਤਰੇ ਨਾਰੇ ਪੋਸਰੇ ਨੋਨ ਸੁਨੋ ਵੀ ਕੋਲ ਹੀ ਪੋਤਰੇ ਨਾਰੇ ਉਹ ਐਸਰੇ ਤ੍ਰੇਨਾਤ ਹੈ ਦਾ ਪਿਊ ਦੀ ਉਹਨਾਂ ਵੀ ਕੋਲ ਹੋ, ਕਹਿੰਦੇ ਇੱਕ ਗੱਡੀ ਤੋਂ ਵੱਧ ਤੁਸੀਂ ਕਿਸੇ ਨੂੰ ਤ੍ਰੇਨਾਰੇ ਨਹੀਂ ਕਰ ਸਕਦੇ, ਨਾ ਕਿ ਤੁਹਾਨੂੰ ਤ੍ਰੇਨਾਰੇ ਕਰ ਸਕਦੇ, ਦਰੁਸ਼ ਕਹਿੰਦੇ ਵੇਅਰ ਹੋਇਆ, ਯਾਨੀ ਕਿ ਇੱਕ ਟਾਈਮ ਤਾਂ ਇੱਕ ਗੱਡੀ ਚਿੱਕ ਧਰੂ ਕੇ ਲੈ ਕੇ ਜਾ ਸਕਦੇ ਹੋ, ਜੇ ਕੋਈ ਸਪੈਸ਼ਲ ਗੱਡੀ ਗੱਡੀਆਂ ਧਰੂਣ ਵਾਲੀ ਨਾ ਹੋਵੇ ਤਾਂ ਵੱਖਰੀ ਗੱਲ ਹੈ, ਠੀਕ ਹੈ। ਕਹਿੰਦਾ ਤੂੰ ਵਿਗੋਲੀ ਪੋਤਰੇ ਨਾਰੇ ਉਹਨਾਂ ਵੀ ਕੋਲ ਹੋ ਗੱਡੀ ਤੋਂ ਵਿਗੋਲੀ ਇੱਕ ਤ੍ਰੇਨਾਰੇ ਕਰ ਸਕਦੀ, ਗੱਡੀ ਨੂੰ ਨੋਨ ਸੀਆ ਉਹਨਾਂ ਰਮੋਰ ਕੇ ਜਿਹੜਾ ਕਿ ਰਮੋਰ ਕਿਉਂ ਨਹੀਂ ਹੈ, ਸਿਕਵੈਸਟ ਔਰ ਨੋਨ ਪੋ ਪਿਊ ਚਿਰਕੁਲਾਰੇ, ਕਿਉਂਕਿ ਇਹ ਨਹੀਂ ਚੱਲ ਸਕਦਾ, ਉਹ ਪਰ ਮੰਕਾ ਦੀ ਔਰਗਾਨ ਦੀ ਚੁਸ਼ਣ ਵਾਲੇ ਔਰ ਜੇ ਔਰਗਾਨ ਦੀ ਚੁਸ਼ਣ ਵਾਲੇ ਨਹੀਂ ਮੌਜੂਦ ਹੈ ਤੇ ਦਰੁਸਤ ਕਹਿੰਦੇ ਵੀ ਫਿਰ ਹੋਇਆ, ਜੇ ਗੱਡੀ ਉਹ ਨਹੀਂ ਚੱਲ ਸਕਦੀ ਹੈ ਵੀ, ਕਹਿੰਦੇ ਵੀ ਇੱਕ ਗੱਡੀ ਦੂਜੀ ਗੱਡੀ ਨੂੰ ਤ੍ਰੇਨਾ ਕਰ ਸਕਦੀ ਹੈ, ਜੇ ਔਰ ਮੋਰ ਕਿਉਂ ਨਹੀਂ ਹੈ, ਕਿਉਂਕਿ ਉਹ ਨਹੀਂ ਚੱਲ ਸਕਦੀ ਹੈ ਵੀ ਖਰਾਬ ਹੋਣ ਦੀ ਵਜ੍ਹਾ ਨਾਲ, ਔਰ ਔਰਗਾਨ ਦੀ ਚੁਸ਼ਣ ਵਾਲੇ ਵੀ ਨਹੀਂ ਹੈ ਤੇ ਦਰੁਸਤ ਕਹਿੰਦੇ ਵੀ ਫਿਰ ਹੋਇਆ। ਅੱਗੇ ਕਹਿੰਦੇ ਨੇ ਜੀ ਜੀ ਗਾਣੀ ਚਿਸ਼ਨ ਵਾਲੀ ਹੁੰਦੀ ਹੈ ਜਿਹੜੀ ਗੱਡੀਆਂ ਚੱਕ ਲੈ ਜਾਣ ਵਾਲੀ ਗੱਡੀਆਂ ਹੁੰਦੀਆਂ ਨਾ, ਠੀਕ ਹੈ, ਉਹ ਆ ਤੋਂ ਕਰਤੇ ਜੀ ਵੀ ਨੂੰ ਕਹਿ ਦਿੰਦੇ ਵੇਰ ਹੋਇਆ। ਕਹਿੰਦੇ ਇਹ ਤ੍ਰੇਨੋ ਇਹ ਸਿਤੁਆਸ਼ਨ ਦੀ ਐਮਰਜੈਂਸੀ ਆ, ਜੇ ਐਮਰਜੈਂਸੀ ਸਿਚੁਏਸ਼ਨ ਵੀ ਜੇ ਤੁਸੀਂ ਟੋਭਾ ਖਿੱਚਦੇ ਹੋ, ਠੀਕ ਹੈ, ਦੀ ਉਹਨਾਂ ਵੀ ਕੋਲ ਹੀ ਪਾਰਟੀ ਦੀ ਉਹਨਾਂ ਅਲਤਰੋ ਇੱਕ ਗੱਡੀ ਦੂਜੀ ਗੱਡੀ ਨੂੰ ਖਿੱਚਦੀ ਹੈ ਟੋਪ ਆ ਕੇ ਤੇ, ਠੀਕ ਹੈ, ਆ ਤ੍ਰਿਵਰ ਸੋ ਉਹਨਾਂ ਸੋਲੀ ਤੋਂ ਲੈ ਕੇ ਮਿਹਨਤ ਮਜ਼ਬੂਤੀ ਨਾਲ ਉਹਨੂੰ ਬਣਨਾ ਹੈ, ਕੌਮੇ ਫੂਨ ਹੈ ਰੱਸੀ ਦੇ ਨਾਲ ਕਾਤੇ ਨਾਲ ਸੰਗਲ ਦੇ ਨਾਲ ਕਾਬੋ ਤਾਰ ਦੇ ਨਾਲ ਬਾਰ ਰਿੱਜੀ ਦਾ ਇੱਕ ਸਖ਼ਤ ਲੋਹੇ ਦੀ ਲੈਂਥ ਦੇ ਨਾਲ ਫਿਰ ਕੇ ਦੋਰੀ ਮਿਹਨਤ ਸੀ ਨੇ ਲਾ ਦਿਓ, ਕਿਉਂਕਿ ਮੁਨਾਸਬ ਤਰੀਕੇ ਨਾਲ ਤੁਸੀਂ ਸਿਗਨਲ ਲਗਾ ਲਿਆ ਹੈ, ਦਰੁਸਤ ਕਰਨ ਵੀ ਵੇਅਰ ਹੋਇਆ, ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਤੁਸੀਂ ਖਿੱਚ ਸਕਦੇ ਹੋ, ਜੇ ਤੁਸੀਂ ਮੁਨਾਸਬ ਤਰੀਕੇ ਨਾਲ ਪਿਛਲਾਂ ਨੂੰ ਅਵਿਜ਼ਾਰ ਕਰ ਦਿੱਤਾ ਸਿਗਨਲ ਲਗਾ ਦਿੱਤਾ ਤਾਂ, ਠੀਕ ਹੈ, ਵੇਅਰ ਹੋਇਆ। ਕਹਿੰਦੇ ਬੇ ਇਹ ਤ੍ਰੇਨੋ ਪਰ ਇਨਕੋਮਬੈਨ ਤੇ ਸਿਚੁਏਸ਼ਨ ਐਮਰਜੈਂਸੀ ਆ, ਜੇ ਸਿਚੁਏਸ਼ਨ ਐਮਰਜੈਂਸੀ ਵਿੱਚ ਤੁਸੀਂ ਤ੍ਰੇਨਾਰ ਕਰਦੇ ਗੱਡੀ ਕਿਸੇ ਨੂੰ ਇਨ ਅਵਾਰੀ ਖਰਾਬੀ ਦੀ ਹਾਲਤ ਵਿੱਚ ਦੇਵੇ ਅਵਨੀਰੇ ਆ ਤ੍ਰਿਵਰਸ ਉਹਨੂੰ ਸੋਲੀ ਤੋਂ ਕੋਲੇਗਾ ਮਿਹਨਤ ਮਜ਼ਬੂਤੀ ਨਾਲ ਦੋਵਾਂ ਗੱਡੀਆਂ ਨੂੰ ਬਣਨਾ ਹੈ, ਫਿਰ ਕਿਉਂ ਦੀ ਮਿਹਨਤ ਤੁਸੀਂ ਨੇ ਲਾ ਦਿਓ ਪਰ ਰਹਿੰਦੇ ਰੇ ਵੀ ਕੋਲੀ ਕਿਆਰਾ ਮਿਹਨਤ ਅਵਿਸਤਾ ਵੀ ਲੇ, ਕਹਿੰਦੇ ਮੁਨਾਸਬ ਤਰੀਕੇ ਨਾਲ ਦੋਵਾਂ ਨੇ ਸਿਗਨਲ ਬਣਨਾ ਗੱਡੀਆਂ ਨੂੰ ਔਰ ਰਹਿੰਦੇ ਬਣਾਉਣੇ ਜ਼ਿਆਦਾ ਕਿਆਰਾ ਮਿਹਨਤ ਅਵਿਸਤਾ ਵੀ ਲੇ ਰੀਅਲ ਤਰੀਕਾ, ਔਰ ਦੂਜਿਆਂ ਨੂੰ ਜਿਹੜੇ ਰੋਡ 'ਤੇ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਪਤਾ ਲੱਗਣਾ ਚਾਹੀਦਾ ਵੀ ਤੁਸੀਂ ਟੋਪਾ ਖਿੱਚਣ ਗਏ ਹੋ, ਵੇਰ ਹੋਇਆ। ਕੱਲ ਓਵਰ ਵਾਲੀ ਸਿਚੁਏਸ਼ਨ ਐਮਰਜੈਂਸੀ ਇਨ ਕੇਸ ਸਿਚੁਏਸ਼ਨ ਹੋਇਆ ਐਮਰਜੈਂਸੀ ਦੀ, ਇੱਕ ਚੈਂਤ ਤ੍ਰੇਨ ਉਹਨੂੰ ਵਿਗੋਲੋ ਉਹਨੂੰ ਵਿਗੋਲੀ ਸੁਕੋਨ ਸੂ ਵਿਗੋਲੋ ਕੋਨੂੰ ਆਲਤਰੋ ਵਿਗੋਲੋ ਗੱਡੀ ਨਾਲ ਤੁਸੀਂ ਗੱਡੀ ਨੂੰ ਦੂਜੀ ਨੂੰ ਖਿੱਚਣ ਲੱਗੇ ਹੋ, ਸੰਸਾ ਰਿਸਪੈਕਟਾਰ ਪ੍ਰਸਕ੍ਰਿਸ਼ਨ ਨੇ ਰਿਲੇਟਿਵ ਉਹ ਬਿਨਾਂ ਕਿਸੇ ਕਿਸਮ ਦੀ ਰਿਸਪੈਕਟ ਕੀਤੇ ਆ ਰਿਲੇਟਿਵ ਜਿਹੜੀ ਇਹਦੇ ਬਾਰੇ ਹਦਾਇਤ ਦਿੱਤੀ ਜਾਂਦੀ ਹੈ, ਪ੍ਰਸਕ੍ਰਿਪਸ਼ਨ ਦਿੱਤੀ ਜਾਂਦੀ ਹੈ, ਆਲਾ ਸੋਲੀ ਦੀ ਤਾਂ ਮਜ਼ਬੂਤੀ ਨਾਲ ਬਣਨਾ ਜਿਵੇਂ ਕੋਲਗਾ ਮਿਹਨਤ ਕੋਲਗਾ ਮਿਹਨਤ ਜਿਹੜੀ ਕੋਲ ਸੋਲੀ ਦਾ ਮਿਹਨਤ ਸੋਲੀ ਤੋਂ ਸੋਲੀਦੀਤਾ ਦਿਲ ਕਦੋਂ ਗਿਆ ਮਿਹਨਤ ਜਿਹੜੀ ਕਿ ਮਜ਼ਬੂਤੀ ਨਾਲ ਬਣਨ ਵਗੈਰਾ ਤੁਸੀਂ ਸਹੀ ਤਰੀਕੇ ਨਾਲ ਰਿਸਪੈਕਟ ਨਹੀਂ ਕਰਦੇ ਹੈ ਅਤੇ ਸਹੀ ਤਰੀਕੇ ਨਾਲ ਤੁਸੀਂ ਗੱਡੀ ਟੋਪ ਆ ਕੇ ਨਹੀਂ ਖਿੱਚਦੇ, ਪੂਰੀ ਤੋਂ ਤੁਹਾਨੂੰ ਸੁਝਾਅ ਹੋਵੇਗੀ ਕੌਣ ਸਤਰਸ਼ੂ ਨੇ ਦੂਏ ਪੁੰਤੀ ਦਲ ਪਤੰਦੇ, ਕਹਿੰਦੇ ਦੋ ਪੁੰਤੀਆਂ ਪਤੰਦੇ ਕੱਢ ਸਕਦੇ ਦਰੁਸਤ ਕਰਨ ਵੀ ਵੇਅਰ ਹੋਇਆ।
ਇਹਨਾਂ ਅਤਸਰਾ ਦਾ ਉਹਨਾਂ ਤੋਂ ਵੀ ਗੋਲੀ ਪੋਤਰੇ ਨਾ ਰਹੇ ਉਹਨਾਂ ਵੀ ਗੋਲ ਹੋ ਨੋਨ ਸੀ ਇਹਨਾਂ ਰਮੋਰ ਕਿਉਂ ਕਹਿੰਦੇ ਅਤਸਰਾ ਦੀ ਗੱਡੀ ਤੇਰੇ ਨਾਲ ਕਸਦੀ ਦੂਜੀ ਗੱਡੀ ਨੂੰ ਭਾਵੇਂ ਜਿਹੜਾ ਰਮੋਰ ਕਿਉਂ ਨਹੀਂ ਹੈ ਗਲਤ ਕਿਵੇਂ ਫਾਲਸ ਹੋਇਆ ਅਸਰਾ ਦੇ ਤੇਰੇ ਨਾਲ ਨਹੀਂ ਕਸਦਾ ਕਹਿੰਦੇ ਕਿ ਸਿਕਵੇਸ ਤੋਂ ਨੋਨ ਸੀ ਪੋ ਫਿਊਚਰ ਕੋਲ ਆ ਰਹੇ ਪਰ ਕੋਲ ਸਿਆਸੀ ਗਰਾਵੇ ਮੋਤੀ ਹੋ ਕਹਿੰਦੇ ਕਿਸੇ ਵੀ ਵਜ੍ਹਾ ਨਾਲ ਜੇ ਨਹੀਂ ਚੱਲ ਸਕਦੀ ਹੈ ਜੇ ਕਿਸੇ ਵੀ ਵਜ੍ਹਾ ਨਾਲ ਨਹੀਂ ਨਾ ਚੱਲ ਸਕਦੀ ਅਤਸਰਾ ਦੇ ਤੇ ਔਰਗਾਨਿਕ ਚਸ਼ਨਾਲੇ ਹੁੰਦੇ ਨੇ ਉਹਨਾਂ ਨੇ ਹੀ ਚੱਕ ਲੈ ਜਾਣੀ ਹੈ ਤੁਸੀਂ ਟ੍ਰੋਪ ਆ ਕੇ ਨਹੀਂ ਖਿੱਚ ਸਕਦੇ ਵੀ ਕਦੀ ਵੀ ਠੀਕ ਹੈ ਇਸ ਕਰਕੇ ਫਾਲਸ ਹੋ ਤ੍ਰੇਨੋ ਇਨ ਕੋਮਬੈਂਤੇ ਇਸ ਸਿਚੁਏਸ਼ਨ ਦੀ ਐਮਰਜੈਂਸੀ ਜਿਸ ਐਮਰਜੈਂਸੀ ਸਿਚੁਏਸ਼ਨ ਤੁਸੀਂ ਟ੍ਰੇਨ ਕਰਦੇ ਹੋ ਗੱਡੀ ਇਨ ਵਿਗੋਲੋ ਇਨ ਵਾਰੀ ਖਰਾਬੀ ਦੀ ਹਾਲਤ ਵਿੱਚ ਅਵਿਆਨੀ ਅਤੇ ਵਰਸੋਂ ਉਹਨਾਂ ਸੋਲੀ ਤੋਂ ਕਲਮ ਮਿਹਨਤ ਕਹਿੰਦੇ ਨੇ ਤੁਸੀਂ ਮਜ਼ਬੂਤੀ ਨਾਲ ਬੱਜਿਆ ਹੋਇਆ ਆਣ ਕੇ ਸੇ ਨੋਨ ਪੋਸੀਬਲ ਇਸ ਕੰਸੀਨਰ ਆ ਰਹੇ ਭਾਵੇਂ ਜੇ ਨਹੀਂ ਪੋਸੀਬਲ ਹੈ ਵੀ ਸਿਗਨਲ ਲਗਾਉਣਾ ਤਾਂ ਵੀ ਦੇਖੋ ਸਿਗਨਲ ਲਗਾਉਣਾ ਵੀ ਪਿਛਲਿਆਂ ਨੂੰ ਲਾਜ਼ਮੀ ਹੈ ਜੇ ਪੁੰਤੀਆਂ ਸੀ ਪੜ ਗਏ ਦੋ ਕਰ ਸਕਦੇ ਨੇ ਇਸ ਕਰਕੇ ਫਾਲਸੋ ਦੌਰਾਨ ਤੇਰਾ ਪ੍ਰਸ਼ਨ ਤ੍ਰੇਨ ਉਹਦੀ ਨੂੰ ਵਿਗੋਲੋ ਇਨ ਵਾਰੀ ਆ ਖਰਾਬੀ ਦੀ ਹਾਲਤ ਵੀ ਜੇ ਗੱਡੀ ਤਰਾਣਾ ਕਰਦੇ ਤੁਸੀਂ ਡਿੱਜੀ ਗੱਡੀ ਨੂੰ ਵਿਗੋਲੀ ਤ੍ਰੇਨਾ ਦੇਵੇ ਮਿਹਨਤ ਨਹੀਂ ਰਿਹਾ ਚੇਜ਼ ਹੋ ਲਾ ਲੂਚੇ ਪੋਸਟਰੀਓਰੇ ਇਨ ਮੰਕਾਨਜ਼ਾ ਦੀ ਅਲਤਰੀ ਦਿਓ ਨੇ ਸਿਗਨੇਸ਼ਨ ਹੈ ਕਹਿੰਦੇ ਮੇਨਟੇਨ ਕਰਕੇ ਰੱਖੋ ਓਨ ਕਰਕੇ ਸਿਗਨੇਸ਼ਨ ਆ ਲੂਮੀਨੋਜ਼ ਹੋ ਜੇ ਦੂਸਰੇ ਕੋਈ ਸਿਗਨਲ ਮੁਨਾਸਬ ਨਾ ਹੋਣ ਤਾਂ ਦਰੁਸ ਕਹਿੰਦੇ ਵੇਅਰ ਹੋਇਆ ਵੀ ਫਾਲਸ ਹੋਇਆ ਗਲਤ ਕਹਿੰਦੇ ਕਹਿੰਦੇ ਬੇ ਦੇਵੇ ਕਹਿੰਦੇ ਇਲ ਵਿਗੋਲੋ ਤ੍ਰੇਨਾ ਦੇਵੇ ਮਿਹਨਤ ਨਹੀਂ ਰਹੇ ਅਚੇਜ਼ ਹੋ ਲੂਚੇ ਪੋਸਟਰੀਓਰੇ ਇਨ ਮੰਕਾਨਜ਼ਾ ਦੀ ਅਲਤਰੀ ਦਿਓ ਨੇ ਸਿਗਨੇਸ਼ਨ ਹੈ ਜੇ ਕੋਈ ਹੋਰ ਸਿਗਨਲ ਮੁਨਾਸਬ ਨਾ ਹੋਵੇ ਦੇਖੋ ਪਹਿਲੇ ਸਭ ਤੋਂ ਇਹੀ ਸਿਗਨਲ ਹੁੰਦਾ ਲਾਈਟਾਂ ਵਾਲਾ ਸਿਗਨਲ ਪਹਿਲੇ ਹੁੰਦਾ ਠੀਕ ਹੈ ਇਹ ਨਹੀਂ ਹੈ ਕਿ ਬਾਕੀ ਪਹਿਲੇ ਸਿਗਨਲ ਤੁਸੀਂ ਦੂਜੇ ਲਗਾਓ ਅਤੇ ਫਿਰ ਬਾਅਦ ਦੂਜੇ ਲਗਾਓ ਜਿਹੜੇ ਦੂਜੇ ਸਿਗਨਲ ਨਾ ਇਨ ਕੇਸ ਤੁਹਾਡੀ ਗੱਡੀ ਦੀ ਲਾਈਟਾਂ ਲੁੱਟਾਂ ਨਹੀਂ ਬਰ ਰਹੀਆਂ ਫਿਰ ਦੂਜੇ ਸਿਗਨਲ ਲਗਾਏ ਦੇਣ ਜਿਵੇਂ ਕਿ ਤਰੰਗ ਵੱਲੋਂ ਮੋਬੀਲ ਦੀ ਪੈਰੀ ਕੋਲੋਂ ਪਿਛਲੇ ਲੁੰਤ ਨੂੰ ਤੋਂ ਪੋਸਟਰੀ ਉਰੇ ਰੱਖਣਾ ਹੁੰਦਾ ਹੈ ਜਿਵੇਂ ਕਿ ਤੁਸੀਂ ਹੋਰ ਕੋਈ ਸਿਗਨਲ ਲਾਉਣਾ ਜਿਹੜੀ ਪਿੱਛੇ ਆਪਣਾ ਤਰੰਗ ਵੱਲੋਂ ਜਿਹੜੀ ਉਹ ਤਰੰਗ ਵੱਲੋਂ ਮੂਵੀ ਦੀ ਪੈਰੀ ਕੋਲੋਂ ਪਿਛਲੇ ਲੁੰਤ ਨੂੰ ਤੋਂ ਪੋਸਟਰੀ ਉਰੇ ਪਿਛਲੀ ਸਕਰੀਨ 'ਤੇ ਔਰ ਪਿੱਛੇ ਕਰਕੇ ਸਪਰਜਨ ਦੇ ਵਾਲੇ ਪਿੰਨਰ ਲਗਾਉਣੀ ਹੁੰਦੀ ਉਹ ਇਹਦੇ ਤੋਂ ਬਾਅਦ ਹੁੰਦੇ ਪਹਿਲੇ ਨਹੀਂ ਹੁੰਦੇ ਇਸ ਕਰਕੇ ਫਾਲਸ ਹੋ ਕਹਿੰਦੇ ਕੋਲੋਰੋ ਸਿਚੁਏਸ਼ਨ ਐਮਰਜੈਂਸੀ ਜੀ ਇੱਥੇ ਸਿਚੁਏਸ਼ਨ ਐਮਰਜੈਂਸੀ ਦੀ ਇੱਕ ਅੰਦੂਚੈਮ ਅਤੇ ਤ੍ਰੇਨ ਆ ਉਹਨਾਂ ਵਿਗੋਲੀ ਸੂਏ ਵਿਗੋਲੀ ਉਹਨਾਂ ਆਲਤਰੋ ਵਿਗੋਲੀ ਸੈਂਸਰ ਸਪੈਤਾਰ ਪ੍ਰਸਕ੍ਰਿਪਸ਼ਨ ਹੈ ਕਹਿੰਦੇ ਜੇ ਬਿਨਾਂ ਰਿਸਪੈਕਟ ਕੀਤੇ ਪ੍ਰਸਕ੍ਰਿਪਸ਼ਨ ਦੇ ਤੁਸੀਂ ਤ੍ਰੇਨਾ ਕਰਦੇ ਹੋ ਗੱਡੀ ਰੈਲੀਟਿਵ ਸੋਲੀ ਦਾ ਮਿਹਨਤ ਤੋਂ ਕੋਲੇਗਾ ਮਿਹਨਤ ਤੋਂ ਸੋਲੀਦੀਤਾ ਕੋਲੇਗਾ ਮਿਹਨਤ ਤੋਂ ਮਜ਼ਬੂਤੀ ਨਾਲ ਬੱਜਣ ਤੋਂ ਜਿਵੇਂ ਕਿ ਇਹਦੀ ਰਿਸਪੈਕਟ ਨਹੀਂ ਕਰਦੇ ਸਹੀ ਪੁਨੀਤੋ ਸਟ੍ਰੈਸ਼ੂ ਨੇ ਕੁਆਤਰੋ ਪੁੰਤੀਆਂ ਬਦਲ ਦਿੰਦੇ ਕਹਿੰਦੇ ਚਾਰ ਪੁੰਤੀਆਂ ਦੇਖੋ ਚਾਰ ਪੁੰਤੀਆਂ ਕਿਸੇ ਕੇਸ ਵਿੱਚ ਨਹੀਂ ਕੱਟੀ ਜਾਣਗੀਆਂ ਜਿੱਥੇ ਵੀ ਚਾਰ ਪੁੰਤੀਆਂ ਦੇ ਕਹੋਣ ਸਵਾਲ ਫਾਲਸ ਹੋ ਜਾਏਗਾ ਉੱਥੇ ਠੀਕ ਹੈ ਇਸ ਕਰਕੇ ਫਾਲਸ ਹੋ ਜਿੱਥੇ ਵੀ ਚਾਰ ਪੁੰਤੀਆਂ ਦੇ ਕਹੋਣ ਉੱਥੇ ਕੁਐਸਚਨ ਫਾਲਸ ਹੋ ਜਾਂਦਾ ਕਹਿੰਦੇ ਕੁਆਂਦੋਂ ਉਹਨਾਂ ਵੀ ਗੋਲੀ ਗਵਾਸ ਤੋਂ ਜਿਸਮ ਗੱਡੀ ਖਰਾਬ ਹੋਇਆ ਮੀਨੂ ਤੀ ਸਰਵਿਸ ਤੇਰ ਤੋਂ ਪਾਵਰ ਸਟੇਰਨ ਲੱਗਿਆ ਹੋਇਆ ਪਾਵਰ ਸਟੇਰਨ ਪਾਵਰ ਬ੍ਰੇਕ ਸਿਸਟਮ ਹੋਵੇ ਨਾ ਸਰਵਿਸ ਤੇਰ ਤੋਂ ਸਰਵਿਸ ਫਰੇਨੋ ਜਦ ਗੱਡੀ ਬੰਦ ਹੋ ਜਾਏਗੀ ਤਾਂ ਉਹ ਆਰਾਮ ਨਾਲ ਗੱਡੀ ਨਾਲ ਆਸਾਨੀ ਨਾਲ ਚੱਲਦੀ ਨਹੀਂ ਹੈ ਵੀ ਯਾਨੀ ਕਿ ਕੰਮ ਨਹੀਂ ਕਰਦਾ ਸਰ ਪਾਵਰ ਸਟੇਰਿੰਗ ਵਧੀਆ ਕੰਮ ਨਹੀਂ ਕਰ ਲਗਾ ਬ੍ਰੇਕਾਂ ਸਿਸਟਮ ਇੱਕ ਵਧੀਆ ਕੰਮ ਨਹੀਂ ਕਰ ਲਗਾ ਵੀ ਤ੍ਰੇਨਾ ਟੋਪਾ ਖਿੱਚਦੇ ਪੋਰ ਜ਼ੁਲਤਾਰੇ ਫਾਤੀ ਕੋਜ਼ ਹੋ ਮਨਵਾਰੇ ਲਾਸਟ ਸਟੇਅਰਸ ਹੋ ਕਹਿੰਦੇ ਡਿਫੀਕਲਟ ਮੁਸ਼ਕਲ ਹੋ ਸਕਦਾ ਤਕਲੀਫ ਦੇ ਹੋ ਸਕਦਾ ਸਟੇਅਰਿੰਗ ਦਾ ਸਟੇਅਰਿੰਗ ਨੂੰ ਘੁਮਾਉਣਾ ਦਰੁਸਤ ਕਰਨ ਬਿਵੇਅਰ ਹੋਇਆ ਪਰ ਕਿ ਵਿਦਾਰੇ ਉਹਨਾਂ ਤਵਤੂਰਾ ਜੇ ਡਰਾਈਵ ਕਰਦੇ ਤਵਤੂਰਾ ਕਿ ਤ੍ਰੇਨਾ ਉਹਨਾਂ ਵੀ ਗੋਲ ਹੋ ਜਿਹੜਾ ਗਵਾਸ ਤੋਂ ਜਿਹੜਾ ਕਿ ਤ੍ਰੇਨਾ ਕਰਦੇ ਗੱਡੀ ਖਰਾਬੀ ਦੀ ਹਾਲਤ ਵਿੱਚ ਕੌਣ ਕੰਦੂ ਚਾਹੁੰਦੇ ਆ ਬਹੁਤ ਡਰਾਈਵਰ ਜਿਹੜਾ ਗੱਡੀ ਵਿੱਚ ਇੱਕ ਅਕੂਰ ਹੈ ਜਿਹੜਾ ਡਰਾਈਵਰ ਗੱਡੀ ਜਿੱਤ ਜਿਹਨੂੰ ਢੋ ਰਿਹਾ ਕਹਿੰਦੇ ਪੂਰੇ ਲਪਤੰਤਰ ਦੀ ਕੈਟੇਗਰੀ ਆ ਗੁਵਿਧਾ ਕੈਟੇਗਰੀ ਆ ਈ ਕਹਿੰਦੇ ਈ ਕੈਟੇਗਰੀ ਹੋਣੀ ਚਾਹੀਦੀ ਹੈ ਗਲਤ ਕਹਿੰਦੇ ਫਾਲਸ ਹੋਇਆ ਤੁਹਾਡੇ ਕੋਲ ਵੀਹ ਪਤੰਤੇ ਕੈਟੇਗਰੀ ਆ ਉਹ ਵੀ ਕਾਫੀ ਹੈ ਈ ਪਤੰਤੇ ਦੀ ਕੈਟੇਗਰੀ ਪਤਾ ਨਹੀਂ ਹੁੰਦੀ ਕਿਹੜੀ ਹੈ ਇਸ ਕਰਕੇ ਵੀ ਫਾਲਸ ਹੋ ਬੀ ਇਨਫ ਹੁੰਦੀ ਹੈ ਈ ਦੀ ਲੋੜ ਨਹੀਂ ਹੈ ਵੀ ਠੀਕ ਹੈ ਕਹਿੰਦੇ ਲਈ ਕਦੂ ਚਾਹੁੰਦੇ ਆ ਬਹੁਤ ਦਿਨ ਕੋਲ ਗਵਾਸ ਤੋਂ ਜੇ ਗੱਡੀ ਡਰਾਈਵਰ ਹੋਵੇ ਇੱਕ ਗੱਡੀ ਦੇ ਵਿੱਚ ਜਿਹੜੀ ਖਰਾਬੀ ਹਾਲਤ ਵਿੱਚ ਹੈ ਕਿ ਵਿਆਹ ਨੇ ਤੇਰੇ ਨਾਂ ਤੋਂ ਪੋਏ ਸਿਰੇ ਪ੍ਰੀਵੀ ਦੀ ਪਤੰਤੇ ਦੀ ਗਵਿਧਾ ਕਹਿੰਦਾ ਬਿਨਾਂ ਪਤੰਤੇ ਤੂੰ ਵੀ ਚਲਾ ਸਕਦਾ ਦੇਖੋ ਗੱਡੀ ਤੇਰੇ ਨਾਂ ਹੋ ਰਹੀ ਹੈ ਖਾਸ ਕਿਸਮ ਦਾ ਐਕਸਪੀਰੀਅੰਸ ਡਰਾਈਵਰ ਹੋਣਾ ਚਾਹੀਦਾ ਅਤੇ ਇਹ ਕਹਿੰਦੇ ਬਿਨਾਂ ਪਤੰਤੇ ਤੂੰ ਹੋਵੇ ਇਹ ਤਾਂ ਬਿਲਕੁਲ ਫਜ਼ੂਲ ਗੱਲ ਕਿਸੇ ਨੇ ਫਾਲਸ ਹੋਇਆ ਕਹਿੰਦੇ ਤ੍ਰੇਨੋ ਵਿਕੋਲ ਸੂਏ ਨੂੰ ਵਿਕੋਲ ਹੀ ਗਵਾਸ ਤੋਂ ਵਿਆਹ ਨੇ ਤੇਰੇ ਨਾਂ ਤੂੰ ਕੌਣ ਕੁਆਤਰ ਰੋਤ ਤੇ ਅਸੋਲ ਹੋ ਜੇ ਚੌਵੇ ਟਾਇਰ ਉਹਦੇ ਜ਼ਮੀਨ ਦੇ ਦਿੱਤੇ ਨੇ ਤੇ ਜੇ ਗੱਡੀ ਤੇਰੇ ਨਾਲ ਕਰ ਰਹੇ ਹੋ ਅਕੂਰੇ ਇੰਨੇ ਸਰੀਰ ਹੈ ਲਾ ਕੁਆਰਤਾ ਮਾਰਚਿਆ ਦਾ ਲੈ ਕੰਬੇ ਦੀ ਵਿਲੋਚਿਤਾ ਕਹਿੰਦੇ ਮੁਨਾਸਬ ਹੈ ਤੁਸੀਂ ਚੌਥਾ ਗੇਅਰ ਲਗਾਓ ਕੰਬੇ ਦੀ ਵਿਲੋਚਿਤਾ ਦਾ ਗਲਤ ਕਹਿੰਦੇ ਫਾਲਸ ਹੋਇਆ ਚੌਥਾ ਗੇਅਰ ਲਗਾਉਣ ਦੀ ਗੱਲ ਕੋਈ ਨਹੀਂ ਹੈ ਵੀ ਇਸ ਕਰਕੇ ਇਹ ਫਾਲਸ ਹੋਇਆ ਚੌਥਾ ਗੇਅਰ ਨਹੀਂ ਪਹਿਲਾ ਗੇਅਰ ਤੁਸੀਂ ਨਿਊਟਰਲ ਵਿੱਚ ਰੱਖਣੀ ਹੁੰਦੀ ਹੈ ਗੇਅਰ ਗੱਡੀ ਨਾ ਕਿ ਪਹਿਲਾ ਗੇਅਰ ਨਾ ਦੂਜਾ ਨਾ ਤੀਜਾ ਨਾ ਚੌਥਾ ਕੋਈ ਵੀ ਗੇਅਰ ਨਹੀਂ ਲਾਉਣਾ ਹੁੰਦਾ ਕਿਉਂਕਿ ਗੱਡੀ ਤੋਂ ਟੋ ਬਾਗ ਖਿੱਚਣ ਲੱਗੀ ਹੈ ਨਾ ਠੀਕ ਹੈ ਇਸ ਕਰਕੇ ਫਾਲਸ ਹੋ ਕਹਿੰਦੇ ਤ੍ਰੇਨਾ ਨੂੰ ਵੀ ਗੋਲੀ ਗਵਾਸ ਤੋਂ ਜੇ ਗੱਡੀ ਤਰ੍ਹਾਂ ਟੋ ਬਾਗ ਖਿੱਚਣ ਲੱਗੇ ਖਰਾਬੀ ਦੀ ਹਾਲਤ ਵਿੱਚ ਮੀਨੂ ਦੀ ਸਰਵਿਸ ਤੇ ਉਦੋਂ ਪਾਵਰ ਸਟੇਰਿੰਗ ਨੂੰ ਲੱਗਿਆ ਹੋਇਆ ਹੈ ਲੋ ਸਟੇਅਰਸ ਔਰ ਰੂਲ ਦਾ ਸੈਂਪਰੇ ਬਲੋਕਾ ਤੋਂ ਕਹਿੰਦੇ ਸਟੇਅਰਿੰਗ ਹਮੇਸ਼ਾ ਬਲੋਕ ਰਹੇਗਾ ਗਲਤ ਕਹਿੰਦੇ ਫਾਲਸ ਹੋਇਆ ਕਿ ਕਹਿੰਦੇ ਸਟੇਅਰਿੰਗ ਹਮੇਸ਼ਾ ਬਲੋਕ ਰਹੇ ਬਲੋਕ ਨਹੀਂ ਰੋਣ ਲੱਗਾ ਡਿਫੀਕਲਟ ਹੋ ਜਾਏਗਾ ਘੁਮਾਉਣਾ ਬਲੋਕ ਨਹੀਂ ਰੋਣ ਲੱਗਾ ਵੀ ਠੀਕ ਹੈ ਇਸ ਕਰਕੇ ਫਾਲਸ ਹੋ
ਕਹਿੰਦੇ ਕਵੰਦ ਤ੍ਰੇਨਾ ਨੂੰ ਵੀ ਗੋਲੀ ਗਵਾਸਤ ਜੇ ਗੱਡੀ ਤ੍ਰੇਨਾ ਕਦੇ ਟਰਾਬੀ ਦੀ ਹਾਲਤ ਵਿੱਚ ਅਕੂਰੇ ਕੇ ਲਾ ਦਿਸਿਆਂ ਦਾ ਫਰਾ ਦੂਏ ਵੀ ਗੋਲੀ ਸੀਆ ਅਲਮੈਨੋ ਤ੍ਰੇ ਮੈਥਰੀ ਕਹਿੰਦੇ ਲਾਜ਼ਮੀ ਡਿਸਟੈਂਸ ਦੋਵਾਂ ਗੱਡੀਆਂ ਵਿੱਚ 3 ਮੀਟਰ ਹੋਣਾ ਚਾਹੀਦਾ ਗਲਤ ਕਹਿੰਦੇ ਫਾਲਸਾ ਅਸੀਂ ਕਿਤੇ ਵੀ ਥਿਊਰੀ ਵਿੱਚ ਨਹੀਂ ਪੜਿਆ ਹੈ ਕਿ ਕਿੰਨੇ ਮੀਟਰ ਹੋਣਾ ਚਾਹੀਦਾ ਜਦ ਵੀ ਕਦੀ ਕਵਣ ਇੱਕ ਗੱਲ ਅਸੀਂ ਪੜ੍ਹੀ ਜਿੱਥੇ ਵਿੱਚ 4 ਪੁੰਤੀਆਂ ਲਈ 4 ਪੁੰਤੀਆਂ ਕਿਤੇ ਵੀ ਕਵਣ ਫਾਲਸ ਹੋ ਗਿਆ ਦੂਜੀ ਗੱਲ ਜੇ ਮੀਟਰ ਦੱਸਣ 1 ਮੀਟਰ 3 ਮੀਟਰ 5 ਮੀਟਰ ਕੋਈ ਵੀ ਮੀਟਰ ਦੱਸਣ ਤ੍ਰੇਨਾਰ ਕਰਨ ਦੇ ਦੌਰਾਨ ਉਹ ਵੀ ਫਾਲਸ ਹੋ ਠੀਕ ਹੈ ਮੁਨਾਸਬ ਹੋਣਾ ਚਾਹੀਦਾ ਡਿਸਟੈਂਸ ਲੇਕਿਨ ਕੋਈ ਇਹਦੀ ਲਿਮਿਟ ਨਹੀਂ ਦੱਸਦੇ ਆ ਠੀਕ ਹੈ ਅਤੇ ਲਓ ਜੀ ਅੱਜ ਲਈ ਇੰਨਾ ਹੀ ਬਹੁਤ ਹੈ ਠੀਕ ਹੈ